ਸਤ ਸ੍ਰੀ ਅਕਾਲ ਜੀ ਇੱਕ ਵਾਰਾਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਪ੍ਰੋਗਰਾਮ ਉਹ ਹੀ ਜੀ ਪ੍ਰਾਈਮ ਫੋਕਸ ਰੋਜ਼ ਦੀਆਂ ਖਬਰਾਂ ਤੇ ਰੋਜ਼ ਦੀਆਂ ਗੱਲਾਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰੀਂਦੀਆਂ ਅੱਜ ਵੀ ਕੁਝ ਪੰਜਾਬ ਸਰਕਾਰ ਦੀਆਂ ਗੱਲਾਂ ਕੁਝ ਕੇਂਦਰ ਸਰਕਾਰ ਦੀਆਂ ਗੱਲਾਂ ਕੁਝ ਪੰਜਾਬ ਸਰਕਾਰ ਦੇ ਉੱਪਰ ਵਿਰੋਧੀਆਂ ਦੀਆਂ ਗੱਲਾਂ ਤੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਇਹ ਸਾਰੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਦੁਨੀਆ 'ਚ ਇਸ ਵਕਤ ਕੁਝ ਵਾਪਰ ਰਿਹਾ ਉਹ ਸਾਰੇ ਕੁਝ ਬਾਰੇ ਵੀ ਗੱਲਬਾਤ ਹੋਊਗੀ ਨਾਲ ਆਪਣੇ ਪਰਮੇਰ ਬਾਠੂਰੀ ਹੁੰਦੇ ਆ ਉਹ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਸੰਧਾ ਜੀ। ਰਾਤਰੀ ਕਾਲ ਮਹਾਰਾਜ। ਸੇਤਾਂ ਕਿਦਾਂ? ਸੇਤਾਂ ਠੀਕ ਨੇ ਹੁਣ। ਇਹ ਬੰਦੇ ਕੋ ਰੋਜ਼ ਮੈਂ ਪੁੱਛ ਲੀਨਾ। ਹੂੰ ਤੇ ਇਹਨਾਂ ਦਾ ਨੂੰ ਫਾਇਦਾ ਹੁੰਦਾ ਵੀ ਇਹਨਾਂ ਨੂੰ ਚੇਤਾ ਇਹਨਾਂ ਵੀ ਯਾਰ ਸੇਤ ਦਾ ਕੋ ਖਿਆਲ ਕਰਨਾ। ਇਹ ਵੀ ਕੋਈ ਚੀਜ਼ ਹੈਗੀ ਹੈ। ਇਹ ਵੀ ਕੋਈ ਚੀਜ਼ ਹੈਗੀ। ਨਹੀਂ ਦੇਖੋ ਸੰਧਾ ਇਹ ਸਭ ਗੱਲ ਪਤਾ ਕੀ ਆ। ਭਰਾ ਖਾਣ ਪੀਣ ਦਾ ਸ਼ਕੀਨ ਆ। ਠੀਕ ਚੀਜ਼ਾਂ। ਖਾਣ ਪੀਣ ਦਾ। ਹਾਂ ਜਿਹੜੀ ਪੀਣ ਮਾੜੀ ਚੀਜ਼ ਕੋਈ ਨਹੀਂ। ਦੇਖੋ ਇਹਦੇ 'ਚ ਵਰਕ ਆਉਂਦਾ। ਆਉਂਦਾ ਉਹਦੇ ਇਹ ਬੰਦਾ ਕਹਿੰਦਾ ਵੀ ਯਾਰ ਤੂੰ ਖਾਂਦਾ ਪੀਂਦਾ। ਜੀ। ਇਹ ਗਲਤੀ ਹੈ। ਹੂੰ ਹੂੰ। ਜਿਹਦੇ ਦੋ ਸੈਂਸਿਟਿਵਿਟੀ ਹਾਂ ਫਿਰ ਬਣਾ ਪੀਣ ਖਾਣ ਵਾਲਾ ਤਾਂ ਨਹੀਂ ਕਿਤੇ ਹਮਮ ਕਿਉਂਕਿ ਜੇ ਇਹਦੇ ਬੰਦਾ ਰੋਟੀ ਪਾਣੀ ਖਾਂਦਾ ਉਹਦੇ ਨਾਲ ਪਾਣੀ ਪੀ ਲਿਆ ਜੀ ਜੇ ਪੀਣ ਖਾਣ ਵਾਲਾ ਦਾ ਮਤਲਬ ਬੰਦਾ ਕੁਝ ਪੀ ਰਿਹਾ ਉਹਦੇ ਨਾਲ ਕੁਝ ਕੁਝ ਖਾ ਰਿਹਾ ਆ ਗੱਲ ਇਹ ਇਹ ਨੋਟ ਕੀਤੀ ਆ ਅੱਗੇ ਤੋਂ ਜਦੋਂ ਵੀ ਇਹਨੂੰ ਪੁੱਛਣਾ ਉਹਨੂੰ ਖਾਣ ਪੀਣ ਪੁੱਛਣਾ ਕਿ ਪੀਣ ਖਾਣ ਪੁੱਛਣਾ ਮੈਂ ਕੀ ਪੁੱਛਿਆ ਸੀ ਤੁਸੀਂ ਪਤਾ ਨਹੀਂ ਕੀ ਪੁੱਛਿਆ ਮੈਂ ਖਾਣ ਪੀਣ ਹੀ ਕਿਹਾ ਸੀ ਫਿਰ ਠੀਕ ਹੈ ਹਾਂ ਨਹੀਂ ਉਹ ਤੁਸੀਂ ਖਾਣ ਪੀਣ ਵਾਲੇ ਬੰਦੇ ਹੋ ਸਮਾਨ ਵਸਤੂ ਲਿਆਉਣੇ ਰਹਿੰਦੇ ਹੋ ਨਾਲ ਆਪਾਂ ਡੁੰਗਲੇ ਦਾ ਥੋੜਾ ਜਿਹਾ ਫਿਰ ਸਿਹਤ ਆਪੇ ਠੀਕ ਰਹਿਣੀ ਆ ਓਏ ਤੇ ਜਗੀ ਜੀ ਖਵਾਈ ਤੈਨੂੰ ਕੱਲ ਦੇਖੋ 베ਰੀਆਂ ਖਵਾਈਆਂ 베ਰੀਆਂ ਖਵਾਈਆਂ ਬਲੂਬੇਰੀ ਤਾਂ ਇਹ ਨੀਲਾ ਕੋੜ ਤਦੇ ਨਹੀਂ ਪਾਰਾ ਕਿ ਨੀ ਨੀ ਪੌਣਾ ਕਿਲੋ 베ਰੀਆਂ ਖਾਧੀਆਂ ਅੱਛਾ ਸੰਧਾਲੀਆ ਸਭ ਮੈਨੂੰ ਇੱਕ ਗੱਲ ਸਮਝਾਇਓ ਮਾੜਾ ਜਿਆ ਅੰਦਾਜ਼ਿਆਂ ਨਾਲ ਬੜੀਆਂ ਚੀਜ਼ਾਂ ਚੱਲਦੀਆਂ ਹੁਣ ਜੀਐਸਟੀ ਦਾ ਮੁੱਦਾ ਸੀ ਬਹੁਤ ਭਖਿਆ ਮੈਂ ਹੈਰਾਨ ਸੀ ਇਸ ਗੱਲ ਦੇ ਉੱਤੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਉਹਨਾਂ ਨੇ ਤਾਂ ਜਜ਼ੀਆ ਸ਼ਬਦ ਵਰਤੇ ਸੀ ਨਾ ਕਿ ਜਿੱਦਾਂ ਮੁਗਲਾਂ ਦੇ ਸਮੇਂ ਵਿੱਚ ਵਿੱਚ ਟੈਕਸ ਲੱਗਦੇ ਸੀ ਕਿ ਇਦਾਂ ਟੈਕਸ ਲਾਤਾ ਸਰਾਵਾਂ ਦੇ ਉੱਤੇ ਠੀਕ ਐ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਕਿਹਾ ਗਲਤ ਐ ਰਾਗਵ ਛੱਡਾ ਸਾਹਿਬ ਵਿੱਤ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਹੋਰਾਂ ਨੂੰ ਮਹਿਣ ਗਿਆ ਕਿ ਗੁਰੂ ਘਰ ਨੇ ਗੁਰੂ ਘਰਾਂ ਦੀਆਂ ਸਰਾਵਾਂ ਨੇ ਸੰਗਤ ਆ ਕੇ ਠਹਿਰਦੀ ਐ ਤੇ ਉਹ ਜਦੋਂ ਸੰਗਤ ਠਹਿਰਦੀ ਐ ਤੇ ਉਹਨਾਂ ਦੇ ਉੱਤੇ ਜੀਐਸਟੀ ਕੀ 12% ਵੀ ਬਿਲਕੁਲ ਤੱਕ ਬਣਦੀ ਹੋਈ ਨਹੀਂ ਹੂੰ ਕਾਂਗਰਸੀ ਲੀਡਰਾਂ ਨੇ ਸਾਰੇ ਲੀਡਰਾਂ ਨੇ ਇਥੋਂ ਤੱਕ ਕਿ ਹਰਜੀਤ ਸਿੰਘ ਗਰੇਵਾਲ ਸਾਹਿਬ ਨੇ ਵੀ ਕਿਹਾ ਕਿ ਨਹੀਂ ਗਲਤ ਹੈ ਵੀ ਇਹ ਨਹੀਂ ਬਿਲਕੁਲ ਵੀ ਲੱਗਣਾ ਚਾਹੀਦਾ ਫਿਰ ਮੀਡੀਆ ਦੇ ਵਿੱਚ ਗਿਣਤੀ ਮਿੰਤੀ ਆਈ ਕੈਲਕੂਲੇਸ਼ਨਸ ਆਈਆਂ ਕਿ 12% ਦੇ ਹਿਸਾਬ ਨਾਲ ਜਿਹੜਾ 400 ਦਾ ਕਮਰਾ 500 ਇੰਨੇ ਦਾ ਹੋ ਗਿਆ 800 ਵਾਲਾ ਕਮਰਾ ਇੰਨੇ ਦਾ ਹੋ ਗਿਆ ਹੁਣ ਸ਼ਰਧਾਲੂਆਂ ਤੋਂ ਇਦਾਂ ਪੈਸੇ ਲਏ ਜਾਣਗੇ ਤਾਂ ਕੀ ਜਿਹੜੇ ਇੰਨਾ ਦੂਰ ਤੱਕ ਕੰਮ ਗਿਆ ਕਿ ਹੁਣ ਇੱਕ ਡਿਪਾਰਟਮੈਂਟ ਨੇ ਕੁਝ ਟਵੀਟ ਕੀਤੇ ਆ ਕੇਂਦਰ ਸਰਕਾਰ ਦੇ ਸਰਕਾਰੀ ਵਿਭਾਗ ਨੇ ਕਹਿੰਦੇ ਲਾਇ ਹੀ ਨਹੀਂ ਜੀਐਸਟੀ ਕੋਈ ਨੋਟਸ ਦਿਖਾ ਲ ਦਿਓ ਕੋਈ ਲਿਖਤੀ ਕੁ ਬਰਵਲੀ ਕਿਸ ਨੇ ਕਿਹਾ ਹੋਵੇ ਤੇ ਉਹਨਾਂ ਟਵੀਟਾਂ ਦੇ ਵਿੱਚੋਂ ਤਾਂ ਕਿਤੇ ਨਾ ਕਿਤੇ ਇਹ ਵੀ ਨਜ਼ਰ ਆ ਰਿਹਾ ਕਿ ਉਹ ਕਹਿੰਦੇ ਜੀ ਆਪੇ ਹੀ ਲਾ ਲਿਆ ਗਿਆ ਜੀਐਸਟੀ ਵੀ ਅਸੀਂ ਤਾਂ ਕਿਸੇ ਨੂੰ ਆਖਿਆ ਹੀ ਨਹੀਂ ਹਜ਼ਾਰ ਰੁਪਏ ਤੋਂ ਘੱਟ ਦਾ ਜਿਹੜਾ ਕਮਰਾ ਉਹਦੇ ਤੇ ਪਹਿਲਾਂ ਵੀ ਕੋਈ ਜੀਐਸਟੀ ਨਹੀਂ ਉੱਤੇ ਹੁਣ ਵੀ ਕੋਈ ਜੀਐਸਟੀ ਨਹੀਂ ਇਦਾਂ ਦੀ ਕੋਈ ਪ੍ਰੋਵੀਜ਼ਨ ਆਈਓ ਹੀ ਨਹੀਂ ਕਹਿੰਦੇ ਜਿਹੜੀ ਆਖਰੀ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਕੋਈ ਗੱਲ ਨਹੀਂ ਹੋਈ ਹੁਣ ਜਿਹੜੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਹੋ ਰਹੇ ਨੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਕਰੀਬਨ ਸਾਰੀ ਲੀਡਰਸ਼ਿਪ ਨੇ ਕਾਂਗਰਸ ਦੇ ਲੀਡਰਾਂ ਨੇ ਕਿ ਭਾਈ ਇਹ ਗਲਤ ਹੋ ਰਿਹਾ ਉਹਨਾਂ ਨੇ ਆਖਿਆ ਹੁਣ ਉਹਨੂੰ ਸੱਚ ਮੰਨੀਏ ਉਹਨਾਂ ਨੇ ਕਿਹੜੀ ਚੀਜ਼ ਤੋਂ ਦੇਖ ਕੇ ਆਖਿਆ ਐਸਜੀਪੀਸੀ ਨੂੰ ਉਹ ਡਾਕੂਮੈਂਟ ਪ੍ਰੋਡਿਊਸ ਕਰ ਦੇਣੇ ਚਾਹੀਦੇ ਆ ਉਹ ਡਾਕੂਮੈਂਟ ਜਿਹੜੇ ਆ ਪੇਸ਼ ਕਰ ਦੇਣੇ ਚਾਹੀਦੇ ਆ ਕਿ ਭਾਈ ਆਹ ਚੀਜ਼ ਸੀ ਕਿਉਂਕਿ ਸ਼ਰਧਾਲੂਆਂ ਤੋਂ ਜੀਐਸਟੀ ਵਸੂਲਿਆ ਜਾਣ ਲੱਗ ਪਿਆ ਸੀ ਹੂੰ ਉਹ ਕਿਹੜੇ ਆਧਾਰ ਦੇ ਉੱਤੇ ਵਸੂਲਿਆ ਜਾਂ ਕਿਸੇ ਨੇ ਟੈਲੀਫੋਨ ਕੀਤਾ ਕਿਸੇ ਨੇ ਚਿੱਠੀ ਪਾਈ ਕੋਈ ਈਮੇਲ ਆਈ ਕੋਈ ਫੈਕਸ ਆਈ ਕੋਈ ਨਾ ਕੋਈ ਚੀਜ਼ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਜੇ ਇਹ ਸਾਰੀਆਂ ਚੀਜ਼ਾਂ ਨਹੀਂ ਆਈਆਂ ਫਿਰ ਇਹਨਾਂ ਰੌਲਾ ਕਾਹਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਆ ਗਿਆ ਸੀ ਨਾ ਕਿ ਭਾਈ ਪਹਿਲਾਂ ਲੰਗਰ ਦੀ ਰਸਤੇ ਦੇ ਉੱਤੇ ਜੀਐਸਟੀ ਲੱਗਾ ਸੀ ਹੁਣ ਅਸਰਾਮਾਂ ਦੇ ਮੁੱਦੇ ਦੇ ਉੱਤੇ ਜੀਐਸਟੀ ਲੱਗ ਗਿਆ ਤਾਂ ਫਿਰ ਇਹਦਾ ਮਤਲਬ ਹੈ ਕਿ ਠੀਕ ਸੋਚ ਨਹੀਂ ਹੈਗੀ ਪਰ ਜੇ ਕੋਈ ਲੈਟਰ ਆਈ ਨਹੀਂ ਇਹਦੇ باوجود ਹੀ ਰੌਲਾ ਰੱਪਾ ਕੰਮ ਕਰ ਸ਼ੁਰੂ ਹੋ ਗਿਆ ਫਿਰ ਓਖਾ ਅਣੀ ਇਹ ਤਾਂ ਗੱਲ ਹੈਗੀ ਆ ਦੇਖੋ ਇੱਕ ਗੱਲ ਤਾਂ ਪ ਪੀ ਵਿਰੋਧੀ ਦੇ ਰਾਲਾਂ ਨੂੰ ਮੌਕਾ ਮਿਲ ਗਿਆ ਅਗਲੇ ਕਹਿੰਦੇ ਲੈ ਵੀ ਮੁੱਦਾ ਆ ਗਿਆ ਜੀ ਛਾਜ ਆਪਣੇ ਕੋ ਹੈਗਾ ਪੱਖਾ ਲਗਾ ਬਾਅਦ ਫਿਰ ਮੁੱਦਾ ਪਾ ਲੋ ਤੇ ਛਟਣਾ ਸ਼ੁਰੂ ਕਰ ਦਿਓ ਹੁਣ ਜੇ ਆਪਾਂ ਇਸ ਹਿਸਾਬ ਨਾਲ ਦੇਖੀਏ ਵੀ ਮੰਨ ਲਓ ਭਾਜਪਾ ਨੇ ਨਹੀਂ ਲਾਇਆ ਇਦਰੋਂ ਉਹ ਕਹਿੰਦੇ ਵੀ ਲੱਗ ਗਿਆ ਇਹਦੇ ਚ ਹੋ ਸਕਦਾ ਵੀ ਜਦੋਂ ਇੱਕ ਰਾਂ ਉਧਰੋਂ ਅਨਾਉਂਸਮੈਂਟ ਆਈ ਹੋਵੇ ਤੇ ਕਿਉਂਕਿ ਜਿੰਨੇ ਵੀ ادارے ਨੇ ਹਰੇਕ ادارے ਨੇ ਆਪਣਾ ਹਿਸਾਬ ਤਬ ਕਰਨ ਲਈ ਉਹ ਸੀਏ ਤੇ ਰੱਖੇ ਹੁੰਦੇ ਨੇ ਉਹਨਾਂ ਨੇ ਵੀ ਹੋ ਸਕਦਾ ਆਪਣੇ ਤੌਰ ਤੇ ਅੰਦਾਜ਼ਾ ਇਹ ਲਾਤ ਹੋਇਆ ਕਿ ਆ ਨਵੀਆਂ ਐਮੈਂਡਮੈਂਟਸ ਆਈਆਂ ਨੇ ਜੀ ਇਹਦੇ ਵਿੱਚ ਹੋ ਸਕਦਾ ਆਪਾਂ ਵੀ ਆਉਂਦੇ ਹੋਈਏ ਤੇ ਜੇ ਆਪਾਂ ਆਉਂਦੇ ਹੋਏ ਤੇ ਇਹਦੇ ਵਿੱਚ ਹੋ ਸਕਦਾ ਆਪਾਂ ਨੂੰ ਆ ਗੱਲ ਹੋ ਗਈ ਜੀ ਹੋ ਸਕਦਾ ਇਹਦੇ ਵਿੱਚ ਹੋ ਸਕਦਾ ਗੱਲ ਦਾ ਮੁੜ ਕੇ ਰੌਲਾ ਪੈ ਕਿਉਂਕਿ ਕਾਰਨ ਇਹਨੇ ਖੰਭ ਦੀ ਡਾਰ ਬਣਨ ਨੇ ਕਿਹੜਾ ਟਾਈਮ ਲੱਗਦਾ ਹੂੰ ਹੂੰ ਇਹ ਇੱਕ ਰਾ ਮੰਨ ਲਓ ਮੈਂ ਕਹਾ ਵੀ ਬਾਟ ਸਾਹਿਬ ਹੋ ਸਕਦਾ ਵੀ ਮਤਲਬ ਮੀ ਪਵੇ ਉਹੀ ਕਿ ਉਹ ਮੈਣਾ ਵੀ ਅੱਜ ਮੀ ਪੈਣਾ ਹੀ ਉਸ ਬੰਦੇ ਨੇ ਅੱਗੇ ਆਇਆ ਉਹ ਗੁਰੂ ਆ ਬੜਾ ਮੀ ਪੈਣ ਡਿਆ ਉੱਥੇ ਤੇ ਚੌਥੇ ਬੰਦੇ ਦਾ ਕਹਿੰਦੇ ਗੜੇ ਬੜੇ ਪਏ ਉੱਥੇ ਦੇ ਉੱਖਾ ਹੁੰਦੇ ਸ਼ਾਇਦ ਪਾਣੀ ਪੂਣੀ ਆ ਜੇ ਹੁਣ 11ਵੇਂ 12ਵੇਂ ਬੰਦੇ ਤੱਕ ਜਾਂਦੇ ਜਾਂਦੇ ਅਗਲੇ ਡੂਬ ਵੀ ਦਿੰਦੇ ਵੀ ਉਧਰ ਤੇ ਉੱਕਾ ਨਾ ਜਾਇਓ ਮੈਂ ਤੇ ਆਪ ਸੁਣ ਕੇ ਆਇਆ ਗੁਰੂ ਤੇ ਬੱਚਿਆ ਇੱਕ ਆਖ ਨਹੀਂ ਹੜ ਗਿਆ ਸਭ ਕੁਝ ਮਤਲਬ ਹੋ ਸਕਦਾ ਵੀ ਇਦਾਂ ਖੰਬਾਂ ਦੀਆਂ ਡਾਰਾਂ ਬਣੀਆਂ ਹੁਣ ਬਾਕੀ ਚਲੋ ਚੰਗੀ ਗੱਲ ਆ ਵੀ ਜੇ ਉਹਨਾਂ ਨੇ ਆਪਣੇ ਵੱਲੋਂ ਕਲੀਅਰ ਕਰਤਾ ਤੇ ਉਦੋਂ ਚ ਇੱਕ ਗੱਲ ਤੇ ਹੈਗੀ ਆ ਰਾਸ ਸਭ ਮੈਂਬਰ ਨੇ ਰਾਗਵ ਚੱਡਾ ਸਾਹਿਬ ਅਗਲੇ ਨੂੰ ਤੇ ਫੋਟੋ ਟਵੀਟ ਕਰਨ ਦਾ ਮੌਕਾ ਮਿਲ ਗਿਆ ਨਾ ਵੀ ਆ ਦੇਖੋ ਜੀ ਨਿਰਮਲਾ ਸੀ타 ਰਾਮ ਮੰਦਿਰ ਮੈਂ ਮਿਲਿਆ ਉਹਨਾਂ ਨੇ ਆਖਿਆ ਵੀ ਅਸੀਂ ਮੁੱਦਾ ਛੁਕਿਆ ਪੰਜਾਬ ਦਾ ਅਗਲਾ ਦੀ ਗੱਲ ਬਣ ਗਈ ਹੈ ਹੁਣ ਉਹ ਗੱਲ ਵਖਰੀ ਆ ਵੀ ਕੇਂਦਰ ਸਰਕਾਰ ਵਾਲੇ ਲੱਭਦੇ ਫਿਰਨਗੇ ਭਾਈ ਸਾਹਿਬ ਆ ਆਪਣਾ ਕਿਹੜਾ ਬੰਦਾ ਮੈਨੂੰ ਲੱਗਦਾ ਮੈਨੂੰ ਕੱਲ ਵਾਲੀ ਗੱਲ ਯਾਦ ਆਉਂਦੀ ਹਰਜੀਸ ਸਿੰਘ ਗਰੇਵਾਲ ਵਾਲਾ ਰਾਣੀ ਯਾਰ ਉਪਰੋਂ ਤੇ ਗੱਲ ਕੋਈ ਹੈ ਨਹੀਂ ਕਿ ਹੋ ਸਕਦਾ ਕਿ ਤਨਾ ਕਦੇ ਕੋਈ ਅਫਸਰ ਕੋਲੋਂ ਕੋਈ ਤਾਣ ਠਾ ਹੋਈ ਹੋਵੇ ਗੱਲ ਇਹ ਦਾ ਮਤਲਬ ਹੈ ਗਰੇਵਾਲ ਸਾਹਿਬ ਸਹੀ ਕਹਿੰਦੇ ਸੀ ਗਰੇਵਾਲ ਸਾਹਿਬ ਨੇ ਇੱਕ ਹੋਰ ਵੀ ਅੱਜ ਗੱਲ ਕਹਿਤੀ ਉਹ ਕਹਿੰਦੇ ਜੀ ਕਮਰੇ ਮਹਿੰਗੇ ਹੁੰਦੇ ਆ ਕਮਰੇ ਤਾਂ ਮੁਫਤੀ ਚਾਹੀਦੇ ਆ ਆਮ ਸ਼ਰਧਾਲੂ ਕਹਿੰਦੇ 500 ਰੁਪਏ ਹਰ ਇੱਕ ਬੰਦਾ ਨਹੀਂ ਦੇ ਸਕਦਾ 4 ਵਿੱਤੀ ਤੌਰ ਦੇ ਉੱਤੇ ਵੱਖ-ਵੱਖ ਪੱਧਰ ਹੁੰਦੇ ਆ ਤੇ ਐਸਜੀਪੀਸੀ ਨੂੰ ਚਾਹੀਦਾ ਕਿ ਬਿਲਕੁਲ ਹੀ ਮਾਮੂਲੀ ਚਾਰਜ ਲਾਓ 10 20 40 50 ਰੁਪਏ ਲਾਓ ਇਹਦੇ ਤੋਂ ਵੱਧ ਲਾਓ ਹੀ ਨਾ ਗੁਰੂ ਘਰਾਂ ਦੇ ਵਿੱਚ ਬਥੇਰਾ ਚੜਾਵਾ ਬਥੇਰਾ ਬਜਟ ਕਹਿੰਦੇ ਬਜਟ ਹੈ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਭਾਈ ਜੇ ਵੱਧ ਕੀਮਤ ਰੱਖਾਂਗੇ ਆਪਾਂ ਕਮਰਿਆਂ ਦੀ ਕਿਰਾਇਆ ਵੱਧ ਰੱਖਾਂਗੇ ਤਾਂ ਫਿਰ ਉੱਪਰਲੀ ਕਲਾਸ ਹੀ ਰਹੂ ਉੱਥੇ ਆਮੰਦਾ ਤਰ੍ਹਾਂ ਹੋਈ ਨਹੀਂ ਪੈਸੇ ਵੀ ਸੰਧਾਲੀਆਂ ਸਭ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਵਾਰਾਂਡਿਆ ਜੀ ਸੁੱਤੇ ਹੁੰਦੇ ਆ ਸੰਗਤ ਜਿਹੜੀ ਜਾਂਦੀ ਹੈ ਹਰ ਇੱਕ ਦੀ ਹਸਿਆਤ ਨਹੀਂ ਹੁੰਦੀ ਫਿਰ ਇਹ ਵੀ ਚਰਚਾ ਹੁੰਦੀ ਹੈ ਕਿ ਕੁਝ ਕਮਰੇ ਜਿਹੜੇ ਆ ਉਹ ਪੱਕੇ ਰਿਜ਼ਰਵ ਹੀ ਰਹਿੰਦੇ ਆ ਕੋਈ ਕਿਸੇ ਨੂੰ ਦਿੱਤਾ ਕਿਸੇ ਨੂੰ ਦਿੱਤਾ ਜਾਂ ਬਹੁਤ ਸਾਰੇ ਲੋਕ ਕਮਰੇ ਲੈ ਜਾਂਦੇ ਹੁੰਦੇ ਫੋਨ ਕਰਾ ਕੇ ਇਹ ਵੀ ਚਰਚਾ ਚੱਲਦੀ ਹੁੰਦੀ ਹੈ ਤੇ ਹੁਣ ਇਹ ਕਿਤੇ ਨਾ ਕਿਤੇ ਐਸਜੀਪੀਸੀ ਨੂੰ ਕਲੀਅਰ ਕਰਨਾ ਚਾਹੀਦਾ ਕਿ ਭਾਈ ਆਪਾਂ ਕਮਰੇ ਵੱਧ ਬਣਾ ਦਈਏ ਕੁਝ ਹੋਰ ਸਰਾਵਾਂ ਦੀ ਸਥਾਪਨਾ ਕਰ ਲਈਏ ਪੋਪੂਲੇਸ਼ਨ ਵੱਧ ਰਹੀ ਹੈ ਸੰਗਤ ਦੀ ਗਿਣਤੀ ਵੱਧ ਰਹੀ ਹੈ ਤੇ ਉਸ ਹਿਸਾਬ ਨਾਲ ਕੰਮ ਕਰ ਤੇ ਪਾਰਦਰਸ਼ੀ ਹੋਵੇ ਬਿਲਕੁਲ ਆਨਲਾਈਨ ਸਾਹਮਣੇ ਸਾਰਾ ਨਜ਼ਰਾਬੇ ਅਠ ਕਮਰੇ ਰਹਿ ਗਏ ਐਨੇ ਆਣ ਕੇ ਪਹਿਲਾਂ ਕਿਹਤੋਂ ਮਿਲ ਗਿਆ ਨਹੀਂ ਸਲਾਦ ਉਹਦੀ ਅੱਛੀ ਹੈ ਕੋਈ ਨਹੀਂ ਤੇ ਕੰਮ ਕਰਦੇ ਠੀਕ ਹੈ ਦੇਖੋ ਕਾਰਨ ਦੇ ਉਹੀ ਹੈ ਨਾ ਵੀ ਜਿਹੜੀ ਚੀਜ਼ ਤੁਸੀਂ ਗੱਲ ਕਰਦੇ ਹੋ ਵੀ ਰੌਲਾ ਪੈਂਦਾ ਰੌਲਾ ਪੈਂਦਾ ਰੌਲਾ ਤਾਂ ਹੀ ਪੈਂਦਾ ਜੀ ਇਹ ਕੋਈ ਗੱਲ ਹੈਗੀ ਹੈ ਹੁਣ ਉੱਥੇ ਮੰਨ ਲਓ ਸਕਰੀਨ ਲੱਗੀ ਹੋਏ ਸਕਰੀਨ ਤੇ ਅਗਲੇ ਕਹਿਣ ਵੀ ਕਮਰੇ ਖਾਲੀ ਐ ਤੇ ਪਿੱਛੋਂ ਕੋਈ ਵੱਡੇ ਬੰਦੇ ਦਾ ਫੋਨ ਆ ਜੇ ਵੀ ਉਹ ਫਿਰ ਥੋੜਾ ਜਿਹਾ ਤੁਸੀਂ ਰੱਖਿਓ ਖਿਆਲ ਤੇ ਅਚਾਨਕ ਉਹ ਉੱਥੇ ਮਤਲਬ ਇਹ ਕਮਰਾ ਗਾਇਬ ਹੋ ਜਾਵੇ ਵੀ ਬੱਗਡ ਤੇ ਬੰਦਾ ਕਹੇ ਮਹਾਰਾ ਕਾਊਂਟਰ ਤੇ ਤਾਂ ਕਿਹਾ ਕੋਈ ਨਹੀਂ ਤੇ ਬੱਗਡ ਕਿੱਦਾਂ ਹੋ ਗਿਆ ਹੈ ਨਾ ਸੋ ਇਸ ਕਰਕੇ ਕਈ ਚੀਜ਼ਾਂ ਚਲੋ ਆਪਾਂ ਉਸ ਚੱਕਰ ਤੇ ਨਾ ਪਈਏ ਇੱਕ ਗੱਲ ਬੰਦੇ ਨੂੰ ਮਹਿੰਗਾ ਕਮਰਾ ਮਿਲੂਗਾ ਉੱਤੇ ਵਿਤੀ ਬੋਝ ਪਊਗਾ ਫਿਰ ਉਹ ਹੋ ਸਕਦਾ ਵੀ ਉਹਦੇ ਲਈ ਕੋਈ ਨਾ ਕੋਈ ਹੋਰ ਹੱਲ ਲੱਭੇ ਮੈਨੂੰ ਲੱਗਦਾ ਇਹ ਵੀ ਕਾਰਨ ਪਿਛਲੇ ਦਿਨੀ ਚਰਚਾ ਸੀਗਾ ਵੀ ਅਚਾਨਕ ਦਰਬਾਰ ਸਾਹਿਬ ਦੇ ਆਸੇ ਪਾਸੇ ਜਿਹੜੇ ਹੋਟਲ ਨੇ ਕਿੰਨੇ 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 ਕਿ ਹੋਟਲ ਉਹ ਬਣ ਗਏ ਕਿਤੇ ਉਹ ਇਸ ਕਰਕੇ ਤੇ ਨਹੀਂ ਬਣੇ ਵੀ ਮਤਲਬ ਉਹਨੂੰ ਲੱਗਿਆ ਵੀ ਯਾਰ ਬਹੁਤ ਸਾਰੇ ਲੋਕ ਨੇ ਜਿਹੜੇ ਸਸਤਾ ਕਮਰਾ ਭਾਲਦੇ ਆ ਅਗਲੇ ਨਾਲ ਤਾਂ ਕਾਰੋਬਾਰ ਹੈ ਜੇ ਅਗਲਾ ਕਹਿੰਦਾ ਵੀ ਵੀਰ ਅਸੀਂ ਇੰਨੇ ਜਿਹਾ ਕਮਰਾ ਦੇਣਗੇ ਯਾਰ ਅਸੀਂ ਨਾ 5 ਜਾਣੇ ਕਹਿੰਦਾ ਸੌਝੋ ਕੀ ਫਰਕ ਪੈਂਦਾ ਪੁੰਜੀ ਵਸਾ ਲੂਗਾ ਦਾ ਹਮ ਹਮ ਜਿਨੇ ਰਾਤ ਕੱਟਣੀਆਂ ਆ ਉਹ ਗੱਲ ਤੁਹਾਡੀ ਠੀਕ ਹੈ ਜੇ ਗਰੇਲ ਸਾਥ ਦੀ ਵੀ ਗੱਲ ਆਪਾਂ ਮੰਨੀਏ ਵੀ ਜੇ ਉਧਰੋਂ ਥੋੜਾ ਜਿਹਾ ਮੰਨ ਲਓ ਰਾਤ ਹੋਵੇ ਤੇ ਅਗਲਾ ਬੰਦਾ ਉਧਰ ਨੂੰ ਨਾ ਜਾਊਗਾ ਨਹੀਂ ਜ਼ਰੂਰੀ ਐ ਸੰਧਾਲੀ ਸਭ ਉਧਰਲੇ ਪਾਸੇ ਨੂੰ ਤੁਰਨਾ ਪਊਗਾ ਹੁਣ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਆਣ ਕੇ ਦਫ਼ਤਰ ਖੋਲ੍ਹਿਆ ਨਾ ਦੇਖੋ ਪ੍ਰਚਾਰ ਕਰਨਾ ਨਹੀਂ ਮਾੜਾ ਜਿਹੜਾ ਮਰਜੀ ਬੰਦਾ ਪ੍ਰਚਾਰ ਕਰਿਆ ਆ ਕੇ ਸਿੱਖੀ ਦੇ ਪ੍ਰਚਾਰ ਕਰਨ ਹੂੰ ਉਹਦੇ ਵਿੱਚ ਆਪਸੀ ਖਹਿਬਾਜੀ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇਹ ਵੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੋਂ ਪਹਿਲਾਂ ਕਿ ਕੋਈ ਹੋਰ ਸ਼ੁਰੂ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥੋੜਾ ਜਿਹਾ ਅਗਲੇ ਪਾਸੇ ਵੱਧ ਕੇ ਕੁਝ ਉਦਮ ਖੇਡਾਂ ਵਾਲੇ ਪਾਸੇ ਵੀ ਕਰਨਾ ਚਾਹੀਦਾ ਕਿਉਂਕਿ ਕਾਮਨਵੈਲਥ ਖੇਡਾਂ 'ਨਹੀਂ ਕਈ ਸਿੱਖ ਖਿਡਾਰੀ ਜਿੱਤ ਕੇ ਆਏ ਆ ਕਈ ਸਿੱਖ ਖਿਡਾਰੀਆਂ ਦੇ ਜੇ ਮੁਕਾਬਲੇ ਹੋਣੇ ਆ ਕਿੰਨੀ ਵਧੀਆ ਗੱਲ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅੰਤਰਰਾਸ਼ਟਰੀ ਮੁਕਾਬਲਾ ਜਿੱਤ ਹੋਵੇ ਤੇ ਉਹਦੇ ਵਿੱਚ ਖਿਡਾਰੀ ਕਹਵੇ ਕਿ ਮੈਂ ਪਹਿਲਾਂ ਐਸਜੀਪੀਸੀ ਦੇ ਟ੍ਰੇਨਿੰਗ ਸੈਂਟਰ ਦੇ ਵਿੱਚ ਟ੍ਰੇਨਿੰਗ ਲਈ ਹੂੰ ਮੈਂ ਤਾਂ ਆਮ ਘਰ ਦੇ ਵਿੱਚੋਂ ਸੀ ਮੈਂ 5 ਸਾਲ ਬਾਅਦ ਦੀ ਗੱਲ ਕਰਦਾ ਮੈਂ ਤਾਂ ਆਮ ਘਰ ਚੋਂ ਸੀ ਸਾਡੇ ਕੋਲ ਕਿੱਥੇ ਕੀਤਾ ਜਾਣਾ ਸੀ ਐਸਜੀਪੀਸੀ ਵਾਲਿਆਂ ਦਾ ਟ੍ਰੇਨਿੰਗ ਸੈਂਟਰ ਸੀ ਉਹਨਾਂ ਦਾ ਕੋਚ ਸੀ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਜਦੋਂ ਉਹਨਾਂ ਨੂੰ ਲੱਗਾ ਕਿ ਪਾਈ ਮੈਂ ਕੁਝ ਕਰ ਸਕਦਾ ਟ੍ਰੇਨਿੰਗ ਵੀ ਉਹਨਾਂ ਨੇ ਦਿੱਤੀ ਖੁਰਾਕ ਵੀ ਉਹਨਾਂ ਨੇ ਦਿੱਤੀ ਤੇ ਮੈਂ ਐਸਜੀਪੀਸੀ ਦਾ ਧੰਨਵਾਦ ਕਰਦਾ ਹਾਂ ਉਹ ਜਿਹੜੇ ਚੰਦ ਸ਼ਬਦ ਹੋਣੇ ਨਾ ਚਾਹੇ ਅੱਜ ਬੋਲੇ ਜਾਣ ਤੇ ਚਾਹੇ 4 ਸਾਲ ਬਾਅਦ ਬੋਲੇ ਜਾਣ ਹੂੰ ਸੰਧਾਲੀਆਂ ਸਾਬ ਜਿੰਨਾ ਪ੍ਰਚਾਰ ਜਿੰਨਾ ਵਿਕਾਸ ਉਹਨਾਂ ਸ਼ਬਦਾਂ ਦੇ ਨਾਲ ਹੋ ਰਿਹਾ ਨਾ ਤੁਸੀਂ ਲੱਖ ਜ਼ੋਰ ਲਾ ਲਓ ਹੋਰ ਕਿਸੇ ਸ਼ਬਦ ਦੇ ਨਾਲ ਉਹ ਵਿਕਾਸ ਹੋਣਾ ਨਹੀਂ ਕਿਉਂਕਿ ਕਾਮਨਵੈਲਥ ਖੇਡਾਂ ਚੱਲ ਰਹੀਆਂ ਜਿੱਤਾਂ ਹਾਰਾਂ ਦੇ ਨਤੀਜੇ ਆ ਰਹੇ ਨੇ ਮਨ ਲੱਗਦਾ ਦੇਖ ਰਣਾ ਚਾਹੀਦਾ ਇਹ ਤੇ ਤੂੰ ਪਹਿਲਾਂ ਕੋ ਹੋ ਰਾ ਕੇ ਕੰਮ ਕਰੇ ਇਸ ਮੁੱਦੇ ਤੇ ਐਸਜੀਪੀਸੀ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਇਹਦੀ ਮੁੱਲਾਦਾ ਵੀ ਜੇ ਉਦਾਹਰਨ ਦੇਖਣੀ ਹੈ ਉਹ ਮਿਲ ਸਕਦੀ ਹੈ ਕਿਵੇਂ ਜਿਲ੍ਹਾ ਤਰਨਤਾਰਨ ਚ ਖਡੂਰ ਸਾਹਿਬ ਜੀ ਉਹ ਧਰਤੀ ਜਿੱਥੇ ਇੰਨੇ ਗੁਰੂ ਸਾਹਿਬ ਆਏ ਉੱਥੇ ਕਾਰਸੇਵਾ ਵਾਲੇ ਬਾਬੇ ਬਾਬਾ ਸੇਵਾ ਸਿੰਘ ਜੀ ਅੱਗੇ ਵੀ ਆਪਾਂ ਜਾਣਦੇ ਵੀ ਰੁੱਖਾ ਨਾਲ ਰਿਲੇਟਡ ਬਹੁਤ ਕੰਮ ਕੀਤਾ ਉਹਨਾਂ ਨੇ ਉਹ ਇਹ ਕੰਮ ਕਰਦੇ ਆ ਹਾਕੀ ਦੀ ਅਕੈਡਮੀ ਉਹਨਾਂ ਨੇ ਬਣਾਈ ਏ ਉਹਨਾਂ ਦੇ ਬੱਚੇ ਗਾਂ ਟੀਮਾਂ ਤੱਕ ਵੀ ਪਹੁੰਚੇ ਇਸ ਤੋਂ ਇਲਾਵਾ ਆਈਐਸਪੀਸੀਐਸ ਦੀ ਟ੍ਰੇਨਿੰਗ ਵੀ ਉੱਥੇ ਉਹ ਦਿੰਦੇ ਆ ਜੀ ਹੁਣ ਕਾਰਸੀਵਾ ਵਾਲੇ ਉਹ ਬਾਬੇ ਉਹ ਇਹ ਕੰਮ ਕਰ ਸਕਦੇ ਵੀ ਆਰ ਨਿਆਣਿਆਂ ਆਪਾਂ ਖੇਡਾਂ ਜਿਹੜਾ ਜਨ ਵਾਲਾ ਉਹਨੂੰ ਖੇਡਾਂ ਚ ਪਾ ਦਿਓ ਜਿਹੜਾ ਕੋਈ ਪੜ੍ਹ ਲਿਖ ਕੇ ਅਫਸਰ ਬਣ ਸਕਦਾ ਉਹਨੂੰ ਅਫਸਰ ਬਣਾ ਦਿਓ ਜੇ ਆਪਾਂ ਨੂੰ ਇੱਧਰ ਉੱਧਰ ਰੁੱਖਾਂ ਦੀ ਲੋੜ ਆ ਤੇ ਯਾਰ ਰੁੱਖ ਲਾ ਦੇ ਉਹਨਾਂ ਨੂੰ ਸਾਂਭ ਦਿਓ ਸੰਭਾਲ ਦਿਓ ਤੇ ਫਿਰ ਜੇ ਆਪਾਂ ਉਹਨਾਂ ਦੇ ਅਕੋਰਡਿੰਗਲੀ ਦੇਖਿਆ ਜਾਵੇ ਰਿਸੋਰਸਸ ਦੇ ਹਿਸਾਬ ਨਾਲ ਹਾਲਾਂਕਿ ਉਹ ਤਾਂ ਚਲੋ ਇੱਕ ਉਹ ਧਾਰਾ ਵੀ ਉਹ ਗ੍ਰਾਈ ਜੋ ਆਉਂਦੀ ਹੈ ਜੋ ਸੇਵਾ ਆਉਂਦੀ ਹੈ ਅਗਲੇ ਲਾਦਦੇ ਨੇ ਉਸ ਹਿਸਾਬ ਨਾਲ ਤਾਂ ਐਸਜੀਪੀਸੀ ਦੇ ਕੋਲ ਬਹੁਤ ਬਜਟ ਆ ਕੀਤਾ ਜਾ ਸਕਦਾ ਕਿਉਂਕਿ ਇੱਕ ਤਾਂ ਨਾ ਵੀ ਕਿੱਦਾਂ ਕਰੀਏ ਇੱਕ ਉਦਾਹਰਨ ਆ ਨੇ ਇਹ ਗੱਲ ਥੋੜੀ ਠੀਕ ਐ ਸੰਧਾਲੀਆ ਸਭ ਕੇ ਉਦਾਹਰਣ ਸਾਹਮਣੇ ਹੀ ਆ ਵੈਸੇ ਜਦੋਂ ਤੁਸੀਂ ਬਾਬਾ ਸੇਵਾ ਸਿੰਘ ਉਹਦਾ ਨਾਮ ਲੈਂਦਾ ਨਾ ਫਿਰ ਤਾਂ ਐਂ ਲੱਗਦਾ ਹੁੰਦਾ ਕਿ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੀ ਹੱਲ ਹੋ ਗਿਆ ਆ ਪਿਛਲੇ ਦਿਨੀ ਉਹਨਾਂ ਦੇ ਸੇਵਾਦਾਰ ਜਿਹੜੇ ਕਿਉਂਕਿ ਵੱਖ-ਵੱਖ ਥਾਵਾਂ ਤੇ ਉਹ ਜੰਗਲ ਲਾ ਰਹੇ ਆ ਉਹ ਇੱਕ ਜਗ੍ਹਾ ਦੇ ਉੱਤੇ ਬੂਟੇ ਲਾਉਂਦੇ ਸੀ ਪੱਤਰਕਾਰ ਨੇ ਪੁੱਛ ਲਿਆ ਜੀ ਬੂਟੇ ਪੰਜਾਬ ਦੇ ਲੋਕ ਕਹਿੰਦੇ ਆ ਬਚਦੇ ਪੁੱਛਦੇ ਦਾ ਹੈ ਨਹੀਂ ਕੋਈ ਉੱਪਰੋਂ ਕਰੁੰਬਲ ਤੋੜ ਜਾਂਦਾ ਹੈ ਕੋਈ ਅੱਗ ਲਾ ਕੇ ਸਾੜ ਦਿੰਦਾ ਹੈ ਕਿਸ ਨੂੰ ਐਂ ਲੱਗਦਾ ਸ਼ੋਰ ਆਉਣੀ ਐ ਉਦਾਂ ਹੀ ਉਹ ਥੱਲੇੋਂ ਭੰਨ ਜਾਂਦਾ ਹੈ ਉਹ ਕਹਿੰਦੇ ਜੀ ਦੇਖੋ ਬਾਬਾ ਜੀ ਨੇ ਤਾਂ ਟਾਰਗੇਟ ਦਿੱਤਾ ਬੱਬਾ ਬਸੇਵਾ ਸਿੰਘ ਹੋਰਾਂ ਨੇ ਤੇ ਜਿਹੜੇ ਅਸੀਂ 5 ਸਾਲ ਪਹਿਲਾਂ ਲਾਏ ਸੀ ਜੰਗਲ ਰੁੱਖ ਲਾਏ ਛਿੜੀ ਦੇ ਰੂਪ ਚ ਉਹਦੇ ਵਿੱਚ ਦੀ ਕਹਿੰਦੇ ਲੰਘ ਕੇ ਦਿਖਾ ਦਿਓ ਯਾਨੀ ਕਿ ਰੁੱਖ ਇਹਨੇ ਵੱਡੇ ਹੋ ਗਏ ਆ ਇਹਨੇ ਸੰਘਣੇ ਹੋ ਗਏ ਆ ਤੇ ਸਾਰੇ ਹੀ ਬਚ ਗਏ ਆ ਉਹ ਕਹਿੰਦੇ ਉਹਨਾਂ ਦੇ ਕੋਲ ਦੀ ਲੰਘ ਕੇ ਦਿਖਾ ਦਿਓ ਪਿਛਲੇ ਦਿਨੀ ਜਦੋਂ ਆਪਾਂ ਬੂਟੇ ਲਾਉਣ ਦੀ ਗੱਲ ਕਰਦੇ ਸੀ ਤਾਂ ਯੂ ਐਸ ਏ ਦੇ ਵਿੱਚੋਂ ਆਪਣੇ ਇੱਕ ਸ਼ੁਭਚਿੰਤਕ ਜਿਹੜੇ ਉਮਰੋਂ ਆਪਣੇ ਤੋਂ ਵੱਡੇ ਨੇ ਤਜਰਬੇ 'ਚ ਵੱਡੇ ਨੇ ਜਦੋਂ ਉੱਥੇ ਉਹਨੇ ਸ਼ਕੰਜਾ ਲਾਉ ਜੀ ਲੋਹੇ ਦਾ ਲੱਕੜ ਦਾ ਸ਼ਕੰਜਾ ਉਹ ਕਹਿੰਦੇ ਜੇ ਇੱਕ ਸਸਤਾ ਤਰੀਕਾ ਵੀ ਹੈਗਾ ਕਿਹੜਾ ਕੰਡੇ ਦਾ ਝਾੜੀਆਂ ਕਹਿੰਦੇ ਹਾਲ ਦੋੜ ਲਾ ਦਿਓ ਹੂੰ ਉਹ ਸਭ ਤੋਂ ਵਧੀਆ ਪਹਿਲਾਂ ਇਹੀ ਹੁੰਦਾ ਸੀ ਹੁੰਦਾ ਸੀ ਲਓ ਆ ਕੰਡਿਆਲੀ ਤਾਰ ਜਾਂ ਦੂਜੇ ਤੇ ਜਦੋਂ ਪਹਿਲਾਂ ਆਪਾਂ ਸੀ ਹੁਣ ਤਾਂ ਕੰਡੇ ਦਾ ਝਾੜੀ ਵੀ ਨਹੀਂ ਲੱਭਦੀ ਨਾ ਕਿਉਂਕਿ ਕਾਰਨੇ ਕਿਕਰਾਂ ਪਰ ਰਹਿਣ ਨਹੀਂ ਦਿਤੀਆਂ ਲੋਕਾਂ ਨੂੰ ਕੰਡੇ ਬਥੇਰੇ ਹੁਣ ਉਹ ਕਹਿੰਦੇ ਕੰਡੇ ਦਾ ਝਾੜੀ ਦਾ ਉਦਾਂ ਹੀ ਉਹ ਦੌੜ ਕੀ ਹੋਣੀ ਕਿ ਹੁਣ ਮੇਰਾ ਕੋਈ ਕੰਮ ਨਹੀਂ ਹੈਗਾ ਇੱਥੇ ਬਹੁਤ ਨੇ ਆ ਮੈਂ ਤਾਂ ਉਹੀ ਸੋਚਦਾ ਵੀ ਹੌਲੀ ਹੌਲੀ ਪੰਜਾਬ ਕਿਕਰਾਂ ਦੀ ਆਪਾਂ ਗੱਲ ਕਰਦੇ ਨੇ ਦੇਖੋ ਕਿਕਰਾਂ ਦੇ ਉੱਪਰ ਲੋਕ ਗੀਤ ਬਣ ਗਏ ਕਿਕਰਾਂ ਨਾਲ ਰਿਲੇਟ ਪਰ ਕਿਕਰਾਂ ਲੋਪ ਹੋਣ ਲੱਗ ਪਈਆਂ ਹਨਾ ਐਨ ਤੁਸੀਂ ਇਹ ਦੇਖੋ ਵੀ ਜੇ ਆਪਾਂ ਕਿਕਰ ਦੀ ਲੱਕੜ ਦੀ ਗੱਲ ਕਰਦੇ ਸਭ ਤੋਂ ਮਜ਼ਬੂਤ ਹੁੰਦੀ ਸੀ ਤੇ ਹੁਣ ਪਤਾ ਨਹੀਂ ਯਾਰ ਸੇਂਗ ਲੱਗੀ ਇਹਨੂੰ ਇਹਦਾ ਮਤਲਬ ਜੇ ਕਿਕਰ ਨੂੰ ਵੀ ਸੇਂਗ ਲੱਗੀ ਤੇ ਇਹਦਾ ਮਤਲਬ ਉਹ ਕੋਈ ਧਰਤੀ 'ਚ ਫਰਕ ਪੈ ਗਿਆ ਜਾਂ ਆਪਣੇ 'ਚ ਫਰਕ ਪੈ ਗਿਆ ਨਹੀਂ ਕੁਛ ਨਾ ਕੁਛ ਹੈਗਾ ਤੇ ਉਹ ਉਹ ਫਰਕ ਲੱਭਣ ਦਾ ਯਤਨ ਨੀ ਕੋ ਕਰ ਰਿਹਾ ਨਾ ਕਿਸੇ ਵੀ ਤਰੀਕੇ ਚਲੋ ਖੇਡਾਂ ਦੀ ਗੱਲ ਤੁਰੀ ਆ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਕੀਤੀ ਖੇਡ ਅਧਿਕਾਰੀਆਂ ਦੇ ਨਾਲ ਉਹਦੇ ਵਿੱਚ ਉਹੀ 70 50 ਤੇ 40 ਕਿ ਜਾਨੀ ਕਾਮਨਵੈਲਥ ਖੇਡਾਂ ਦੇ ਵਿੱਚੋਂ 골ਡ ਜਿੱਤੂ ਤਾਂ 70 ਲੱਖ ਦੂਸਰੇ ਨੰਬਰ ਤੇ ਆਉ ਤਾਂ 50 ਲੱਖ ਤੀਸਰੇ ਤੇ ਆਉ ਤੇ 40 ਲੱਖ ਇੱਕ ਫੈਸਲਾ ਉਹਦੇ ਵਿੱਚ ਕਰ ਦਿੱਤਾ ਕਿ ਜਿਹੜਾ ਖਿਡਾਰੀ ਵਧੀਆ ਮੱਲ ਮਾਰਦਾ ਅਗਲੇ ਪਾਸੇ ਨੂੰ ਤੁਰਦਾ ਉਹ ਬਿਨਾਂ ਟੈਸਟ ਤੋਂ ਭਰਤੀ ਕਰਨੇ ਹੂੰ ਇਹ ਨਹੀਂ ਕਿ ਉਹ ਖੇਡਾਂ ਦੇ ਵਿੱਚ ਵੀ ਅੱਗੇ ਜਾਵੇ ਇੰਟੈਲੈਕਚੁਅਲ ਲੈਵਲ ਵੀ ਅਸੀਂ ਉਹਦਾ ਉਸੇ ਪੱਧਰ ਦਾ ਭਾਲੀਏ ਤਾਂ ਮੁੜ ਕੇ ਅਗਲਾ ਬੰਦਾ ਫਿੱਟ ਨਾ ਹੋਵੇ ਉਹ ਕਹਿੰਦੇ ਜਿਹੜਾ ਖੇਡਾਂ ਦੇ ਵਿੱਚ ਤਰੱਕੀ ਕਰ ਗਿਆ ਸੂਬੇ ਦਾ ਨਾਂ ਰੌਸ਼ਨ ਕਰ ਗਿਆ ਪੰਜਾਬੀਆਂ ਨੂੰ ਇੱਕ ਵਾਰੀ ਖੁਸ਼ ਕਰ ਗਿਆ ਉਸ ਖਿਡਾਰੀ ਦੀ ਨੌਕਰੀ ਬਿਨਾ ਟੈਸਟ ਹੋਊਗੀ ਚਲੋ ਕੁਛ ਨਾ ਕੁਛ ਤਾਂ ਕ੍ਰਾਈਟੇਰੀਆ ਰੱਖਣਗੇ ਪਰ ਇਹ ਕਲੀਅਰ ਕਰਤਾ ਉਹਨਾਂ ਨੇ ਨਾਲ ਹੀ ਖੇਡ ਮੇਲਾ ਕਹਿੰਦੇ ਕੀ ਕਰਾਉਣਾ ਪਿੰਡੂ ਖੇਡ ਮੇਲਾ ਪੰਜਾਬ ਦਾ ਖੇਡ ਮੇਲਾ ਖੇਡ ਸੱਭਿਆਚਾਰ ਪੈਦਾ ਕਰਨਾ ਮੈਨੂੰ ਚੇਤਾ ਆ ਗਿਆ ਸੰਧਾਲੀਆ ਸਾਹਿਬ ਅਸੀਂ ਕਿਸੇ ਦੀ ਮਨਸ਼ਾ ਤੇ ਸ਼ੱਕ ਨਹੀਂ ਕਰਦੇ ਨਾ ਪਿਛਲੀਆਂ ਸਰਕਾਰਾਂ ਤੇ ਨਾ ਹੋਣ ਵਾਲੀਆਂ ਸਰਕਾਰਾਂ ਤੇ ਕੈਪਟਨ ਸਾਹਿਬ ਦੀ ਸਰਕਾਰ ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਾਰ-ਵਾਰ ਕਹਿੰਦੀ ਸੀ ਜੀ ਅਸੀਂ ਇੱਕ ਵੱਡੀ ਟੂਰਨਾਮੈਂਟ ਸ਼ੁਰੂ ਕਰਾਇਆ ਵਰਲਡ ਕਬੱਡੀ ਕੱਪ ਉਹ ਟੂਰਨਾਮੈਂਟ ਸ਼ੁਰੂ ਕਰ ਇਹਨੇ ਬੰਦ ਕਰਤਾ ਅਸੀਂ ਕਹਿੰਦੇ ਜੀ ਦੇਖੋ ਪੰਜਾਬ ਦੇ ਵੱਖ-ਵੱਖ ਥਾਵਾਂਾਂ 'ਚ ਮੈਚ ਕਰਾਉਂਦੇ ਸੀ ਟੂਰਨਾਮੈਂਟ ਕਰਾਉਂਦੇ ਸੀ ਖਿਡਾਰੀਆਂ 'ਚ ਉਤਸ਼ਾਹ ਹੁੰਦਾ ਸੀ ਲੋਕ ਕਬੱਡੀ ਅੰਤਰਰਾਸ਼ਟਰੀ ਪੱਧਰ ਦੀ ਦੇਖਦੇ ਸੀ ਕੈਪਟਨ ਸਾਹਿਬ ਨੇ ਕਿਰਾਏ ਨਹੀਂ ਕਹਿੰਦੇ ਕੰਮ ਹੀ ਬੰਦ ਕਰ ਦਿੱਤਾ ਇਹ ਤਾਂ ਹੈ ਹੀ ਇਦਾਂ ਦੀ ਇਹ ਖੇਡਾਂ ਨੂੰ ਪ੍ਰਮੋਟ ਨਹੀਂ ਕਰਦੇ ਠੀਕ ਹੈ ਪਰ ਦੂਸਰੇ ਪਾਸੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਪਾਸੇ ਇੱਥੇ ਕਬੱਡੀ ਦੇ ਮੁਕਾਬਲੇ ਹੁੰਦੇ ਸੀ ਉੱਥੇ ਉਹਨਾਂ ਖਰਚਿਆਂ ਦੇ ਉੱਤੇ ਵੀ ਚਰਚਾ ਹੁੰਦੀ ਸੀ ਕਿ ਭਾਈ ਬਾਲੀਵੁੱਡ ਦੇ ਵਿੱਚੋਂ ਹਿੰਦੀ ਫਿਲਮ ਨਗਰੀ ਦੇ ਵਿੱਚੋਂ ਕਰੋੜਾਂ ਰੁਪਏ ਦੇ ਕੇ ਜਿਹੜੇ ਉਹ ਕਲਾਕਾਰ ਸੱਦੇ ਜਾ ਰਹੇ ਓਪਨਿੰਗ ਤੇ ਕਲੋਜ਼ਿੰਗ ਸੈਰਮਨੀ ਤੇ ਉਹ ਵੱਖਰੀ ਗੱਲ ਹੈ ਕਿ ਕੱਲ ਨੂੰ ਇਹ ਆਖ ਦਿੱਤਾ ਜਾਵੇ ਜੀ ਉਹਦੇ ਪੈਸੇ ਤੇ ਇੱਕ ਬੰਦੇ ਨੇ ਦੇ ਦਿੱਤੇ ਸੀ ਦੋਨੇ ਦੇ ਦਿੱਤੇ ਸੀ ਜੋ ਵੀ ਹੈ ਫਿਰ ਤੁਹਾਨੂੰ ਯਾਦ ਹੋਣਾ ਜਿਨ੍ਹਾਂ ਤੋਂ ਹੋਟਲ ਵਾਲਿਆਂ ਦੇ ਬਕਾਏ ਟਰਾਂਸਪੋਰਟਰਾਂ ਦੇ ਬਕਾਏ ਜਿਨ੍ਹਾਂ ਦੀਆਂ ਬੱਸਾਂ ਦੇ ਵਿੱਚ ਖੜਾਰੀਆਂ ਨੂੰ ਪ੍ਰਬੰਧਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਗਏ ਜਿਨ੍ਹਾਂ ਤੋਂ ਕੱਚੇ ਬਣਾਣਾ ਖਰੀਦੇ ਜਿਨ੍ਹਾਂ ਤੋਂ ਡਾਈਟ ਦੇ ਲਈ ਸਮਾਨ ਸਮੂਲ ਲਿਆ ਬੜਾ ਚਿਰ ਰੌਲਾ ਰੱਪਾ ਪੈਂਦਾ ਰਿਹਾ ਕਿ ਭਾਈ ਸਾਡੇ ਪੈਸੇ ਦੇ ਦੋ ਹੁਣ ਤੱਕ ਕਬੱਡੀ ਟੂਰਨਾਮੈਂਟ ਵਰਲਡ ਕਬੱਡੀ ਕੱਪ ਹੋਏ ਨੂੰ ਵੀ ਵਰੇ ਹੋ ਗਏ ਆ ਉਦੋਂ ਤੋਂ ਬਾਅਦ ਵੀ ਕਈ ਟੂਰਨਾਮੈਂਟ ਹੋ ਹਟੇ ਕਿਰਪਾ ਕਰਕੇ ਹਨ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਨੂੰ ਤਾਂ ਖੇਡਾਂ ਦੀ ਲੋੜ ਹੈ ਪਿਛਲੀਆਂ ਸਰਕਾਰਾਂ ਵੀ ਹਿੰਮਤ ਕੀਤੀ ਤੁਸੀਂ ਵੀ ਕਰੋ ਪਰ ਇੱਕ ਉਨੀ ਹਿੰਮਤ ਕਰੋ ਜਿੰਨੀ ਤੁਹਾਡੀ ਵਿੱਤ ਆਗਿਆ ਦਿੰਦਾ ਕਿਸੇ ਦੇ ਬੇਲ ਨਾ ਰਹਿ ਜਾਵੇ ਦੂਸਰੀ ਗੱਲ ਹੈ ਕਿ ਉਹ ਵੋਟਾਂ ਲੈਣ ਦਾ ਮੇਲਾ ਨਾ ਹੋਵੇ ਉਹ ਅਸਲ ਦੇ ਵਿੱਚ ਇਹਟਲੀ ਪਦਰ ਤੋਂ ਖਿਡਾਰੀਆਂ ਨੂੰ ਉਤਸ਼ਾਹ ਦੇਣ ਵਾਲੀ ਗੱਲ ਹੋਵੇ ਹੁਣ ਅੱਜ ਜਿਹੜੇ ਕਾਮਰਵੈਸਟਿਜੋ ਜਿੱਤ ਕੇ ਆ ਰਹੇ ਅਨਾਮ ਦੇ ਹੱਕਦਾਰ ਹੈ ਉਹਨਾਂ ਨੂੰ ਰੁਪਈਏ ਵੀ ਮਿਲਣੇ ਚਾਹੀਦੇ ਆ ਉਹਨਾਂ ਨੂੰ ਉਹ ਕ੍ਰੀਬ ਮਿਲਣੀ ਚਾਹੀਦੀ ਹੈ ਉਹ ਸਾਡੇ ਆਈਡੀਅਲ ਬਣਨੇ ਆ ਉਹਨਾਂ ਨਾਲ ਦੇਖ ਕੇ ਬਾਕੀ ਬੱਚਿਆਂ ਨੇ ਖੇਡਾਂ ਖੇਡਣੀਆਂ ਪਰ ਉਹ ਤਾਂ ਜਿੱਤ ਗਏ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਸਾਬ ਲੈਣਾ ਰੌਲਾ ਤਾਂ ਸਿਰਫ ਇਹ ਹੈ ਕਿ ਆਮ ਘਰ ਦਾ ਬੱਚਾ ਜਿਹੜਾ ਅਜੇ ਗੜੀਰਨਾ ਚਲਾਉਂਦਾ ਹੈ ਜਿਹੜਾ ਅਜੇ ਟਾਇਰ ਚਲਾਉਂਦਾ ਡੰਡੇ ਨਾਲ ਜਿਹੜਾ ਅਜੇ ਸਾਈਕਲ ਵੀ ਕਾਠੀ ਤੇ ਬੈਠ ਕੇ ਚਲਾਉਣਾ ਨਹੀਂ ਸਿੱਖਿਆ ਮਨ ਚ ਹੁੰਦੀ ਆ ਕਿਤੇ ਯਾਰ ਖੇਡਣਾ ਹੀ ਉਹਨਾਂ ਦੀ ਟ੍ਰੇਨਿੰਗ ਉਹਨਾਂ ਦੀ ਡਾਈਟ ਉਹਨਾਂ ਨੂੰ ਪ੍ਰੋਪਰ ਇੱਕ ਮਾਹੌਲ ਉਪਨੀਰੀ ਸੰਭਣ ਦਾ ਉਪਰਾਲਾ ਜੇ ਇਸ ਖੇਡ ਮੇਲੇ ਦੇ ਵਿੱਚ ਉਹ ਹੋ ਜਾ ਤਾਂ ਹੋਰ ਕੀ ਚਾਹੀਦਾ ਅਨੇ ਹੀ ਤੇ ਗੱਲ ਹੈਗੀ ਆ ਉਹਨਾਂ ਨੇ ਵੈਸੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਹੋਰਾਂ ਨੂੰ ਸਮਰਪਿਤ ਕੀਤਾ ਕਿ ਮੇਲਾ ਤੇ ਜ਼ਿਕਰ ਜੀ ਸਾਹਿਬ ਉਹਨਾਂ ਨੇ ਕੀਤਾ ਵੀ ਜਿੰਨੀ ਅਫਸਰਸ਼ਾਈ ਹੈ ਜੀ ਸਾਰਿਆਂ ਨੂੰ ਕਹਿੰਦਾ ਮੈਂ ਬੇਨਤੀ ਕਰਤੀ ਨਾਲ ਮਹਿਕਮਾ ਨੂੰ ਬੇਨਤੀ ਕਰਤੀ ਮੰਤਰੀ ਸਾਹਿਬ ਕੋਲ ਵੀ ਮੀਤੇਰ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਤੀ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਆਪਾਂ ਬਹੁਤ ਪਛੜ ਗਏ ਬੜੇ ਪਿੱਛੇ ਰਹਿ ਗਏ ਖੇਡਾਂ ਦੇ ਮਾਮਲੇ 'ਚ ਪਹਿਲਾਂ ਸਾਰਾ ਕੁਝ ਬੜਾ ਵਧੀਆ ਚੱਲੀ ਜਾਂਦਾ ਸੀ ਪਰ ਹੌਲੀ ਹੌਲੀ ਆਪਾਂ ਖੇਡਾਂ ਦਾ ਜਮਾਂ ਹੀ ਵਿਸਾਰਦੇ ਆ ਵੀ ਇਹ ਵੀ ਕੋਈ ਚੀਜ਼ਾਂ ਦੀ ਚੀਜ਼ ਥੋੜਾ ਹੈਗੀ ਹੁਣ ਚੰਗੀ ਗੱਲ ਹੈ ਵੀ ਜੇ ਉਹਨਾਂ ਨੇ ਇਹ ਗੱਲ ਸੋਚੀ ਐਂਡ ਇਸ ਲੈਵਲ ਤੇ ਸੋਚੀ ਐ ਮੇਰੇ ਖਿਆਲ ਕੋ ਡੇਢ ਦੋ ਮਹੀਨੇ ਕਹਿੰਦੇ ਵੀ ਇਹ ਮੇਲਾ ਚੱਲਣਾ ਹੂੰ ਹੂੰ ਤੇ ਡੇਢ ਦੋ ਮਹੀਨੇ ਮੇਲਾ ਦਾ ਵੀ ਵਾਹ ਵਾ ਵਡਾ ਸਮਾਂ ਹੁਣ ਇੰਨੇ ਲੰਮੇ ਸਮੇਂ ਦੇ ਦੌਰਾਨ ਕਿਵੇਂ ਉਹ ਸਾਰਾ ਕੁਝ ਪਲਾਨ ਕੀਤਾ ਜਾਊਗਾ ਕਿਵੇਂ ਉਹਦੇ ਵਿੱਚ ਤਾਂ ਉਹ ਕਹਿੰਦੇ ਵੀ ਵਡੇਰੀ ਉਮਰ ਦੇ ਜਿਹੜੇ ਖਿਡਾਰੀ ਨੇ ਜਾਂ ਜਿਹੜੇ ਲੋਕ ਪਹਿਲਾਂ ਖੇਡਦੇ ਰਹੇ ਸੀ ਉਹਨਾਂ ਦੇ ਵਿੱਚ ਅਜੇ ਵੀ ਖੇਡ ਭਾਵਨਾ ਹੈਗੀ ਆ ਤੇ ਹੌਲੀ ਹੌਲੀ ਉਹ ਕਹਿੰਦੇ ਯਾਰ ਹੁਣ ਤੱਕ ਕਿੱਥੇ ਕੋਹੋ ਜੀ ਕੋ ਗੇਮ ਹੁੰਦੀ ਨਹੀਂ ਕਿੱਥੇ ਪਾਰਟਿਸਪੇਟ ਕਰੀਏ ਉਹਨਾਂ ਨੂੰ ਵੀ ਮੌਕਾ ਮਿਲੂਗਾ ਅੱਲ ਜ ਜਿਹੜੇ ਨਵੇਂ ਨੇ ਉਹ ਵੀ ਉਹਨਾਂ ਨਾਲ ਵੇਖਣਗੇ ਸੋ ਆਈਡੀਆ ਦੇ ਠੀਕ ਲੱਗਦਾ ਬਾਕੀ 2 ਮਹੀਨੇ ਦੇ ਸਮੇਂ ਦੇ ਵਿੱਚ ਕਿਵੇਂ ਉਹ ਸਾਰੇ ਕੁਝ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਲੋਕ ਕਿਵੇਂ ਦੇਖਦਾ ਤੇ ਉਹਦਾ ਪ੍ਰਭਾਵ ਕੀ ਜਾਂਦਾ ਉਸ ਤੋਂ ਬਾਅਦ ਫਿਰ ਟੀਗਾ ਟਿੱਪਣੀ ਆਪਾਂ ਉੱਤੇ ਕਰ ਲਵਾਂ ਪਰ ਵੈਸੇ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਵੀ ਜਿੱਦਾਂ ਹੁਣ ਦੇਖੋ ਹੁਣ ਜਿੰਨੇ ਵੀ ਖਿਡਾਰੀ ਮੰਨ ਲਓ ਜਿੱਤ ਕੇ ਆਉਣਗੇ ਉਹਨਾਂ ਨੂੰ ਜੇ ਮੰਨ ਲਓ ਨੌਕਰੀ ਵੀ ਮਿਲਦੀ ਹੈ ਜੇ ਉਹਨਾਂ ਨੂੰ ਲਗਤ ਰਾਸ਼ੀ ਵੀ ਮਿਲਦੀ ਹੈ ਅਗਲੇ ਦਾ ਘਰ ਘਾਟ ਬਣ ਗਿਆ ਉਸ ਤੋਂ ਬਾਅਦ ਨੌਕਰੀ ਮਿਲ ਗਈ ਹੋਰ ਕੁਝ ਨਹੀਂ ਲਾਗੇ ਲਾਗੇ ਦੇ ਜਿਹੜੇ ਏਰੀਆ ਹੁੰਦਾ ਉਹ ਉੱਥੇ ਗੱਲ ਚੱਲ ਜਾਂਦੀ ਹੈ ਲੱਭੀ ਫਲਾਨਿਆਂ ਦੀ ਕੁੜੀ ਨੇ ਆ ਮਾਰਕਾ ਮਾਰਿਆ ਫਲਾਨਿਆਂ ਦੇ ਮੁੰਡੇ ਨੇ ਆ ਕੰਮ ਕੀਤਾ ਹੋਰ ਕੁਝ ਨਹੀਂ ਵੇਖ ਸਵੇਖੀ ਅਗਲੇ ਨੂੰ ਆਪਣੇ ਧੀਪੋ ਦਾ ਪਦਾਂ ਦਾ ਵਿਆਹ ਆਪਣੇ ਵਾਲਾ ਵੀ ਖੇੜ ਲੈਂਦਾ ਯਾਰ ਆਪਣੀ ਵੀ ਕੁੜੀ ਕਰ ਲੈਂਦੀ ਇੰਦਾ ਦਾ ਕੰਮ ਕੋਈ ਗੱਲ ਨਹੀਂ ਇਹਨੂੰ ਆਪਾਂ ਅੱਗੇ ਤੋਰੀਏ ਉਹਦੇ ਨਾਲ ਉਹ ਜਣੇ ਲਾਗ ਤੇ ਲੱਗੂਗੀ ਨਾ ਹੁਣ ਜਿਹੜੀ ਆਪਾਂ ਇਸ ਵਕਤ ਲਾਗ ਦੇਖਦੇ ਆ ਉਹ ਇਹ ਆ ਕਿ ਅਗਲਾ ਕਹਿੰਦਾ ਯਾਰ ਫਲਾਨਿਆਂ ਦਾ ਬਾਹਰ ਚਲ ਗਿਆ ਹੀ ਆਪਾਂ ਆਪਾਂ ਵੀ ਜੈਂਟਲ ਲੱਭੀਏ ਹੈਨਾ ਉਹ ਮੈਨੂੰ ਲੱਗਦਾ ਵੀ ਸ਼ਾਇਦ ਹੋ ਸਕਦਾ ਵੀ ਜੇ ਉਹਦੇ ਨਾਲੋਂ ਕਿਉਂਕਿ ਪੰਜਾਬ ਸਰਕਾਰ ਖੁਦ ਹੀ ਕਹਿੰਦੀ ਨਾ ਵੀ ਅਸੀਂ ਇੱਥੇ ਆਪਣਾ ਟੈਲੈਂਟ ਰੋਕਣਾ ਤੇ ਟ ਨਹੀਂ ਠੋਕੇ ਵਧੀਆ ਮੌਕਾ ਸੰਧਾਲੀਆ ਸਭ ਕੋਈ ਵੇਲਾ ਹੁੰਦਾ ਸੀ ਜਦੋਂ ਅਸੀਂ ਕਰਿਆ ਸਾਡੇ ਵਾਲਾ ਮਾਸਟਰ ਲੱਗ ਗਿਆ ਸਾਡੀ ਕੁੜੀ ਦਾ ਵਧੀਆ ਹੁਣ ਪੜਾਉਣ ਲੱਗ ਪਈ ਐ ਹੁਣ ਤਾਂ ਬੈਂਕ ਚ ਨੌਕਰੀ ਮਿਲ ਗਈ ਬੈਂਕ ਨਹੀਂ ਕਹਿੰਦੀ ਅਸੀਂ ਜਿਵੇਂ ਬੈਂਕ ਕਹਿੰਦੀ ਅਸੀਂ ਬੈਂਕੇ ਲੱਗੀ ਹਾਂ ਬੈਂਕੇ ਲੱਗੀ ਐ ਉਹ ਉਹ ਸਾਡੀਆਂ ਪ੍ਰਾਪਤੀਆਂ ਸੀ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਦੇਖਦੇ ਸੀ ਕਿ ਆਹ ਉਹ ਕਿਥੇ ਟਿਕਾਣੇ ਪਹੁੰਚ ਗਿਆ ਅਸੀਂ ਕਿੰਨਾ ਤਬਦੀਲ ਹੋ ਗਏ ਇਹਨਾਂ ਉਦਮਾਂ ਦੀ ਲੋੜ ਐ ਚਾਹੇ ਅਕਾਲੀ ਭਾਜਪਾ ਸਰਕਾਰ ਨੇ ਕੀਤੀ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਨੇ ਕੀਤੀ ਚੰਨੀ ਸਾਹਿਬ ਜਾਂ ਹੁਣ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਕਰ ਰਹੀ ਐ ਹੁਣ ਸਾਡੀ ਪ੍ਰਾਪਤੀ ਕੀ ਹੈ ਸਾਡੇ ਵਾਲਾ ਤਾਂ ਬਚਿਆ ਜੀ ਹੂੰ ਯਾਨੀ ਉਹ ਪੜਿਆ ਕਿ ਨਹੀਂ ਪੜਿਆ ਮੈਟਰ ਨਹੀਂ ਕਰਦਾ ਉਹ ਕਿਸੇ ਨੌਕਰੀ ਤੇ ਲੱਗਾ ਕਿ ਨਹੀਂ ਲੱਗਾ ਉਹਦਾ ਕੰਮ ਕਰ ਕੋਈ ਚੱਲਿਆ ਕਿ ਨਹੀਂ ਚੱਲਿਆ ਉਹ ਖਿਡਾਰੀ ਚੰਗਾ ਬਣਿਆ ਕਿ ਨਹੀਂ ਬਣਿਆ ਉਹ ਫਤਿਹ ਸਸਰੀਕਾਲ ਚੰਗੇ ਤਰੀਕੇ ਬੁਲਾਉਂਦਾ ਕਿ ਨਹੀਂ ਬੁਲਾਉਂਦਾ ਉਹਦਾ ਸਰੀਰ ਨਰੋਆ ਕਿ ਨਹੀਂ ਨਰੋਆ ਕੋਈ ਮੈਟਰ ਨਹੀਂ ਕਰਦਾ ਸਾਡੇ ਵਾਲਾ ਤਾਂ ਜੇ ਬਚਿਆ ਯਾਨੀ ਨਸ਼ੇ ਪੱਤੇ ਤੋਂ ਬਚਿਆ ਹੂੰ ਇਹ ਪ੍ਰਾਪਤੀ ਹੋਣ ਲੱਗ ਪਈ ਹੈ ਉਡੀਲੇ ਮੁੰਡਾ ਦੇਖਣ ਜਾਓ ਸਭ ਤੋਂ ਪਹਿਲਾ ਸਵਾਲ ਇਹ ਹੁਣ ਹੋਰ ਤਾਂ ਨਹੀਂ ਕੋਈ ਸਵਾਲ ਰਹਿ ਗਿਆ ਪਹਿਲਾਂ ਦੇਖੋ ਕਿ ਮੁੰਡਾ ਕੁਝ ਪੀਂਦਾ ਖਾਂਦਾ ਤਾਂ ਨਹੀਂ ਮੈਂ ਖਾਂਦੇ ਪੀਂਦੇ ਤੋਂ ਦੂਜੇ ਪਾਸੇ ਆ ਗਿਆ ਹਾਂ ਸਹੀ ਸਵਾਲ ਕੀਤਾ ਦੇਖੋ ਤੁਸੀਂ ਮੈਂ ਉੱਥੇ ਆ ਗਿਆ ਕਿ ਇੰਨਾ ਫੋਲੋ ਕਰਦਾ ਮੈਂ ਤੁਹਾਨੂੰ ਨਹੀਂ ਨਹੀਂ ਫੋਲੋ ਨਹੀਂ ਮੈਨੂੰ ਇਹ ਵੀ ਉਹ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ ਨਾ ਕਲੀਅਰ ਹਾਂ ਹੁਣ ਉਹ ਪੀਂਦੇ ਖਾਂਦੇ ਤੇ ਜਦੋਂ ਅਸੀਂ ਆ ਗਏ ਤੇ ਆ ਸੱਭਿਆਚਾਰ ਜ਼ਰੂਰੀ ਹੈ ਭੜਕ ਨੂੰ ਹੁਣ ਨਿਆਣੇ ਕਰਦੇ ਕੀ ਆ ਮੈਂ ਹੈਰਾਨ ਸੀ ਸੰਧਾਲੀਆ ਸਾਹਿਬ ਜਦੋਂ ਤੁਸੀਂ ਵੀ ਛੋਟੇ ਸੀ ਮੈਂ ਉਦੋਂ ਬਹੁਤ ਛੋਟਾ ਸੀ ਨਹੀਂ ਨਹੀਂ ਤੁਸੀਂ ਤੇ ਮਤਲਬ ਇੰਨੇ ਨਿੱਕੇ ਸੀ ਨਾ ਉਹਨਾਂ ਨਿੱਕਾ ਕੋਈ ਹੁੰਦਾ ਨਹੀਂ ਹਾਂ ਕਈ ਵਾਰ ਉਹ ਨਿਆਣਾ ਖੁਦ ਕਹਿੰਦਾ ਯਾਰ ਇਹ ਨਿਗਾਹ ਜਿਹਾ ਕੋਈ ਉਹ ਸੰਧਾਲੀਆ ਸਾਹਿਬ ਉਦੋਂ ਇੱਕ ਸ਼ਰਮ ਹੁੰਦੀ ਸੀ ਇੱਕ ਪਰਦਾ ਹੁੰਦਾ ਸੀ ਕਿ ਵਿਆਹ ਦੇ ਵਿੱਚ 18 18 20 20 ਸਾਲ ਦੇ ਜਿਹੜੇ ਨੌਜਵਾਨ ਹੁੰਦੇ ਸੀ ਉਹ ਜੇ ਕਿਤੇ ਫਰੂਟ ਚਾਟ ਹੋਣੀ ਜਾਂ ਕੋਈ ਇਦਾਂ ਦੀ ਚੀਜ਼ ਹੋਣੀ ਉੱਥੇ ਹੀ ਹੁੰਦੇ ਸੀ ਇੱਕ ਅੱਧਾ ਟੇਬਲ ਹੁੰਦਾ ਸੀ ਸਾਰੇ ਬਰਾਤ ਦੇ ਵਿੱਚ ਜਿੱਥੇ ਉਹ ਕੋ ਮਾੜਾ ਮੋਟਾ ਪੈਗ ਚੱਲਦਾ ਹੁੰਦਾ ਸੀ ਹੁਣ ਤਾਂ ਕਈ ਵਿਆਹਾਂ ਦੇ ਵਿੱਚ ਦੇਖਿਆ ਕਿ ਆ ਛੋਟੀ ਛੋਟੀ ਉਮਰ ਦੇ ਆਪ ਦਾ ਘੇਰਾ ਬਣਾ ਕੇ ਬੈਠੇ ਆ ਹਾਂ ਮਤਲਬ ਹੁਣ ਤਾਂ ਟੇਬਲਾਂ ਦੇ ਉੱਪਰ ਵੀ ਏਜ ਵਾਈਜ਼ ਬੰਦੇ ਬੈਠੇ ਹੁੰਦੇ ਨੇ ਥੋੜੇ ਜੇ ਯੰਗ ਆ ਜੇ ਮੋਚ ਫੁੱਟ ਫਿਰ ਥੋੜੇ ਜੇ ਵਿਚਕਾਰਲੇ ਫਿਰ ਉਦੋਂ ਤਾਂ ਵਾਲੇ ਤੇ ਰੰਗਦਾਰ ਸੌਦਾ ਉੱਥੇ ਪਿਆ ਹੁੰਦਾ ਰੰਗਦਾਰ ਸੌਦਾ ਸਾਰਾ ਇੱਕੋ ਜਿਹਾ ਹਾਂ ਸਾਰਿਆਂ ਦੀ ਨਹੀਂ ਗੱਲ ਕਰਦੇ ਪਰ ਫਰਕ ਪੈ ਗਿਆ ਨਹੀਂ ਪੈ ਗਿਆ ਇਹ ਗੱਲ ਸਹੀ ਆ ਕਿਉਂਕਿ ਦੇਖੋ ਹੈ ਤੇ ਵੀ ਵੇਖਸੂਏ ਕੀ ਮੰਨ ਲਓ ਜੇ ਕਿਹਨੇ ਇੱਕ ਵਿਆਹ ਦੇ ਨਹੀਂ ਭਈ ਅੱਜ ਕੱਲ੍ਹ ਆ ਰਿਵਾਜ ਚੱਲ ਸੋ ਮੈਨੂੰ ਉਹੀ ਲੱਗਦੀ ਗੱਲ ਵੀ ਕਿਤੇ ਨਾ ਕਿਤੇ ਇਹ ਸਾਰਾ ਉਹ ਜਿਹੜਾ ਵੇਖਾਸ ਵੇਖੀ ਚੱਲਦਾ ਤੇ ਜੇ ਹੁਣ ਖੇਡ ਕਲਚਰ ਨੂੰ ਉਭਾਰਨਾ ਹੁਣ ਤੇ ਚਲੋ ਹਰਿਆਣੇ ਤੋਂ ਹੋਰ ਖਬਰਾਂ ਆਉਣ ਲੱਗ ਪਈਆਂ ਜੇ ਆਪਾਂ ਥੋੜੇ ਜਿਹਾ ਸਾਲ ਪਿੱਛੇ ਚਲੀ ਜੇ ਇਹਦੀ ਆਮ ਹੀ ਚੱਕਰ ਸੀ ਨਾ ਵੀਰ ਜੀ ਖੇਡਾਂ ਦੀ ਗੱਲ ਕਰਨੀ ਤੇ ਹਰਿਆਣਾ ਜੀ ਹੁਣ ਵੀ ਖੈਰ ਉੱਥੋਂ ਬਹੁਤ ਪਲੇਅਰ ਨੇ ਪਰ ਉਹ ਜਿਹੜੀ ਇੱਕ ਲਾਗ ਦੂਜੀ ਮਾੜੀ ਲੱਗਣ ਲੱਗ ਪਈ ਉਹਦੀਆਂ ਖਬਰਾਂ ਵੀ ਆਉਣ ਲੱਗ ਪਈਆਂ ਤੇ ਜੇ ਉਹੋ ਜੀ ਗੱਲ ਮੰਨ ਲਓ ਪੰਜਾਬ ਦੇ ਬਾਰੇ ਵੀ ਹੋਣ ਲੱਗ ਪਈ ਪੰਜਾਬ ਦੇ ਬਾਰੇ ਕਿਤੇ ਹੁਣ ਇੱਕੋ ਗੱਲ ਥੋੜਾ ਜਿਹੀ ਵੇਵ ਟ ਸਭਾ ਚਾਰ ਦੀ ਗੱਲ ਚੱਲਦੀ ਸੀ ਵਿੱਚ ਕੁਝ ਮਾੜੇ ਦੌਰ ਆ ਗਏ ਉਹਨਾਂ ਦੀ ਗੱਲ ਚੱਲਣ ਲੱਗ ਪਈ ਹੁਣ ਆ ਨਸ਼ੇ ਦੇ ਨਾਲ ਨਾਲ ਫਿਰ ਬਾਹਰ ਜਾਣ ਦੀ ਵੇਵ ਚੱਲ ਪਈ ਇਸੇ ਤਰ੍ਹਾਂ ਹੋ ਸਕਦਾ ਵੀ ਕੱਲ ਨੂੰ ਆਉਂਦੇ ਆ 2-4-5 ਸਾਲਾਂ ਤੱਕ ਖੇਡ ਕਲਚਰ ਦੀ ਗੱਲ ਚੱਲਣ ਲੱਗ ਪਈ ਯਾਰ ਜੇ ਖਿਡਾਰੀ ਆ ਦੇਸ਼ ਦੇ ਵਿੱਚ ਕਿਤੇ ਦੇ ਪੰਜਾਬ 'ਚ ਆ ਸੰਧਾਲੀਆ ਸੇ ਇੱਕ ਪਿੰਡ ਦੇ ਵਿੱਚ ਨਾ ਉਹਨਾਂ ਨੇ ਪਿੰਡ ਵਾਲਿਆਂ ਨੇ ਗਰਾਊਂਡ ਬਣਾਈ ਕਿਉਂਕਿ ਜਦੋਂ ਖੇਡਾਂ ਦੀ ਗੱਲ ਆਉਂਦੀ ਨਾ ਅਸੀਂ ਇੱਕ بڑے ਵਹਿਮ ਦਾ ਸ਼ਿਕਾਰ ਆ ਵੱਡੀਆਂ-ਵੱਡੀਆਂ ਕੰਧਾਂ ਹੁਣ ਜੀ ਵੱਡਾ ਸਾਰਾ ਗੇਟ ਹੋਵੇ, ਵੱਡੀ ਸਟੇਜ ਹੋਵੇ, ਤਿੰਨ-ਚਾਰ-ਪੰਜ ਕਮਰੇ ਬਣੇ, ਹੁਣ ਪੌੜੀਆਂ ਬਣੀਆਂ ਹੁਣ ਕਿਉਂ ਸਟੇਡੀਅਮ ਆ ਨਾ। ਉਹ ਬਾਦ ਦੀਆਂ ਗੱਲਾਂ ਨੇ। ਯਾਨੀ ਤੁਸੀਂ ਪਹਿਲਾਂ ਕੱਪੜਾ ਖਰੀਦੋਗੇ, ਸੂਟ ਜਾਂ ਪੈਂਟੋ ਦੀ ਫੀਸ ਹੀ ਹੋਗੇ। ਅਸੀਂ ਪਹਿਲਾਂ ਰੀਲ ਖਰੀਦਣ ਚੱਲ ਜਾਨੇ ਆ। ਜੇ ਉੱਥੇ ਅੜਦੇ ਵਾਲੇ ਕੰਦ ਨਹੀਂ ਕੀਤੀ ਉਹ। ਖਡਾਰੀ ਨੇ ਟ੍ਰੇਨਿੰਗ ਕੰਦ ਤੇ ਨਹੀਂ ਕਰਨੀ, ਪਹਿਲੀ ਗੱਲ ਇਹ ਸਮਝਣ ਵਾਲੀ ਆ। ਹੂੰ। ਤਿੰਨ ਦਿਨ ਦਾ ਬੱਤ-ਬੱਤ ਟੂਰਨਾਮੈਂਟ ਹੁੰਦਾ ਜਦੋਂ ਪੌੜੀਆਂ ਦੇ ਉੱਤੇ ਬੈਠ ਕੇ ਦਰਸ਼ਕ ਦੇਖਦੇ ਆ। ਉਹ 362 ਦਿਨ ਪੌੜੀਆਂ ਨਹੀਂ ਵਰਤੀਆਂ ਜਾਂਦੀਆਂ ਉਹ ਤਿੰਨ ਖਿਡਾਰੀ ਪੌੜੀ ਤੇ ਪ੍ਰੈਕਟਿਸ ਨਹੀਂ ਕਰਦਾ ਉਹ ਜਿਹੜੀ ਸਟੇਜ ਬਣੀ ਆ ਉਹਦੇ ਥੱਲੇ ਦੋ ਤਿੰਨ ਕਮਰੇ ਬਣੇ ਆ ਵੱਡਾ ਸਾਰਾ ਗੇਟ ਬਣਿਆ ਖਿਡਾਰੀ ਨਾ ਸਟੇਜ ਤੇ ਪ੍ਰੈਕਟਿਸ ਕਰਦਾ ਨਾ ਗੇਟ ਤੇ ਪ੍ਰੈਕਟਿਸ ਕਰਦਾ ਉਹ ਗਰਾਊਂਡ 'ਚ ਪ੍ਰੈਕਟਿਸ ਕਰਦਾ ਜੇ ਆਪਾਂ ਇਹ ਕਹੀਏ 40-45 ਲੱਖ 20 ਲੱਖ ਰੁਪਈਆ ਹੋਵੇ ਸਟੇਡੀਅਮ ਬਣਨਾ ਨਾ ਸਾਨੂੰ ਸਟੇਡੀਅਮ ਦੀ ਨਹੀਂ ਗਰਾਊਂਡ ਦੀ ਲੋੜ ਹੈ ਉਹ ਪਿੰਡ ਵਾਲਿਆਂ ਨੇ ਗਰਾਊਂਡ ਬਣਾਤੀ ਹਾਲਾਂਕਿ ਉਹਨਾਂ ਨੇ ਮੁੜ ਕੇ ਕੰਧ ਵੀ ਕੀਤੀ ਹੈ ਕੰਧ ਦੇ ਉੱਤੇ ਉਹਨਾਂ ਨੇ ਫੋਟੋ ਖੜਾ ਰੀਆਂ ਦੀਆਂ ਨਾਲ 4-4 ਲਾਈਨਾਂ ਵੀ ਲਿਖੀਆਂ ਤੇ ਉੱਥੇ ਇੱਕ ਕੋਚ ਰੱਖ ਦਿੱਤਾ ਕਿ ਸ਼ਾਮ ਨੂੰ ਤਿੰਨ ਚਾਰ ਘੰਟੇ ਕੋਚ ਸਭ ਤੁਸੀਂ ਇੱਥੇ ਲਾਉਣੇ ਆ ਤੁਹਾਨੂੰ ਤਨਖਾਹ ਮਿਲੂਗੀ ਬੱਚੀਆਂ ਆਉਂਦੀਆਂ ਬਹੁਤ ਸਾਰੀਆਂ athletics ਦੇ ਮੁਕਾਬਲੇ ਹੁੰਦੇ ਆ ਤੇ ਬੱਚੀਆਂ ਨੈਸ਼ਨਲ ਲੈਵਲ ਤੱਕ ਜਾਣ ਲੱਗ ਪਈਆਂ ਤੇ ਜੇ ਅਸੀਂ ਕੋਚ ਰੱਖਣਾ ਨਹੀਂ ਉਹਨੂੰ ਤਨਖਾਹ ਦੇਣੀ ਨਹੀਂ ਗਰਾਊਂਡ ਤੇ ਧਿਆਨ ਦੇਣਾ ਨਹੀਂ ਜੇ ਅਸੀਂ ਸਾਰਾ ਕੁਝ ਪੌੜੀਆਂ ਤੇ ਸਟੇਜ ਤੇ ਗੇਟ ਤੇ ਲਾਤਾ ਮੈਂ ਨਹੀਂ ਕਹਿਣਾ ਜਿਨ੍ਹਾਂ ਨੇ ਲਾਇਆ ਗਲਤ ਲਾਇਆ ਕਿਉਂਕਿ ਉਦੋਂ ਚੰਗਾ ਹੀ ਕੀਤਾ ਚੀਜ਼ਾਂ ਦਾ ਹੌਲੀ-ਹੌਲੀ ਪਤਾ ਲੱਗਦਾ ਨਾ ਜਿਨ੍ਹਾਂ ਨੇ ਸਟੇਡੀਅਮ ਪਿੰਡਾਂ ਚ ਬਣਾਏ ਤੁਹਾਨੂੰ ਸਲੂਟ ਹੈ ਤੁਸੀਂ ਸਭ ਕੋ ਵੱਧ ਪੈਸੇ ਵੱਧ ਇਨਵੈਸਟਮੈਂਟ ਕੀਤੀ ਲੋਕਾਂ ਦੇ ਭਵਿੱਖ ਦੇ ਲਈ ਪਰ ਜਿਨ੍ਹਾਂ ਦੇ ਕੋਲੇ ਪੈਸੇ ਨਹੀਂ ਤੁਹਾਡਾ ਪਹਿਲਾ ਬਜਟ ਸਿਰਫ ਇੱਕ ਪਲੇਨ ਪੱਧਰੇ ਮੈਦਾਨ ਦਾ ਤੇ ਦੂਜਾ ਟ੍ਰੇਨਰ ਦਾ ਚਾਹੀਦਾ ਇੰਨਾ ਕੀ ਕੰਮ ਆ ਉਹ ਪਿੰਡ ਵਾਲਾ ਕੰਮ ਚਲਾਤਾ ਉੱਥੇ 70 80 ਨਿਆਣੇ ਆਉਂਦੇ ਆ ਤੇ 70 80 ਨਿਆਣਿਆਂ ਦਾ ਮਤਲਬ ਹੈ ਕਿ 160 ਅੱਖਾਂ ਮੋਬਾਈਲ ਨਹੀਂ ਦੇਖ ਰਹੀਆਂ ਉਸ ਲਈ ਸਿੱਧੇ ਸਿੱਧੇ ਹਿਸਾਬ ਕਿਤਾਬ ਜਲਾਈਏ ਉਹਨਾਂ ਨੇ ਜੇ ਠੱਗਣਾ ਵੀ ਹੈ ਉਹਨਾਂ ਨੇ ਫਿਰ ਭੋਜਨ ਵੀ ਵਧੀਆ ਕਰਨਾ ਹੈ ਉਹਨਾਂ ਨੂੰ ਰਾਤ ਨੂੰ ਨੀਂਦ ਵੀ ਵਧੀਆ ਆਉਣੀ ਹੈ ਤੇ ਫਿਰ ਸਾਰਾ ਕੁਝ ਦਰਸਤ ਹੋ ਜਾਣਾ ਇੱਕ ਆਈਡੀਆ ਵੈਸੇ ਤੁਹਾਡੀਆਂ ਗੱਲਾਂ 'ਚ ਮੇਰੇ ਦਿਮਾਗ 'ਚ ਆਇਆ ਵੀ ਇੱਕ ਪਾਸੇ ਕਿਉਂਕਿ ਪਹਿਲੀਆਂ ਸਰਕਾਰਾਂ ਦੇ ਹਿਸਾਬ ਨਾਲ ਨਹੀਂ ਬਦਲਾ ਰਹੇ ਤਾਂ ਦੇ ਵੀ ਕਿਹੜੇ ਮੰਤਰੀ ਸਾਹਿਬ ਕੀ ਕੰਮ ਕਰ ਰਹੇ ਹੁਣ ਵਾਲੇ ਮੰਤਰੀ ਸਾਹਿਬ ਤੇ ਆਪ ਆ ਕੇ ਦੱਸ ਦੇ ਵੀ ਮੈਂ ਆਹ ਕਰਨਾ ਮੈਂ ਆਹ ਕਰਨਾ ਜੀ ਕੁਲਦੀਸ਼ੋਂ ਤਾਲੇ ਵਾਲੋਂ ਰਾਂ ਦਾ ਕੰਮ ਸਾਂਭਿਆ ਵੀ ਆਪਾਂ ਪੰਚਾਇਤੀ ਜ਼ਮੀਨਾਂ ਖਾਲੀ ਕਰਾਉਣੀਆਂ ਵੀਰ ਜੇ ਪੰਚਾਇਤੀ ਜ਼ਮੀਨਾਂ ਖਾਲੀ ਕਰਾਉਣੇ ਦੇ ਪਿੰਡਾਂ 'ਚ ਲਾਭ ਹੀ ਜਾਣੀਆਂ ਤੇ ਅੱਗੇ ਇਹ ਹੁੰਦਾ ਵੀ ਹਾਂ ਬਈ ਗਰਾਊਂਡ ਬਣਾਈਏ ਕਿੱਥੇ ਯਾਰ ਸਰਕੂ ਸਕੂਲ ਦੀ ਗਰਾਊਂਡ ਸੀਗੀ ਉਹ ਵੀ ਮਾੜੀ ਹੋ ਗਈ ਕਹਿੰਦਾ ਡਬਲਿਊ ਕਹਿੰਦਾ ਲੈ ਸਾਡਾ ਰੂੜੀਆਂ ਵਾਲਾ ਥਾਂ ਹੈ ਸਾਡਾ ਪਾਥੀ ਵਾਲਾ ਥਾਂ ਹੈ ਆਹ ਤੇ ਕਨਾਲ ਥਾਂ ਹੈ ਹੀ ਸਾਡਾ ਉਹ ਵੀ ਸਾਰਾ ਕੁਝ ਲੱਭ ਲੂਪ ਕੇ ਮੇਰੇ ਖਾਲ ਨਾਲ ਕਿਲਾਕ ਥਾਂ ਡੇਢ ਕਿਲਾ ਥਾਂ ਦੋ ਕਿਲੇ ਥਾਂ ਦੇ ਹਰੇਕ ਪਿੰਡ ਚ ਲੱਭ ਹੀ ਜਾਣਾ ਉਹ ਉਹ ਵਾਲਾ ਮਹਿਕਮਾ ਦੇ ਦੇ ਰਹੀ ਗੱਲ ਆਪਣਾ ਖਿਡਾਰੀ ਵਾਲੇ ਮਹਿਕਮੇ ਦੀ ਵੀ ਹਾਂਜੀ ਖੇਡ ਦੇ ਖਿਡਾਰੀ ਪ੍ਰੋਗਰਾਮ ਦਾ ਗੱਲਾਂ ਕਰਨਾ ਸਟੇਡੀਅਮ ਦਾ ਖਰਚਾ ਤੇ ਬਹੁਤ ਜ਼ਿਆਦਾ ਕਿਤੇ ਤੁਸੀਂ ਗੱਲ ਚੱਲਦੀ ਉਹ ਉੱਥੇ ਫਿਰ ਇੰਨੇ ਕਰੋੜ ਦੀ ਗ ਉਹ ਸਾਡਾ ਵੀ ਗ੍ਰਾਂਟ ਜਦੋਂ ਦਿੱਤੀ ਤੇ ਨਾਲ ਹੀ ਮੇਰੇ ਕਹ ਕੋਥੇ ਲੈ ਵੀ ਇੰਨੇ ਆਪਣੇ ਨਹੀਂ ਹੁਣ ਗੱਲ ਬਣ ਜਾਣੀ ਹੈ ਨਾ ਉਹਦੇ ਨਾਲ ਉਹ ਆਪਾਂ ਇਹ ਹਿਸਾਬ ਲਾ ਰਹੇ ਆ ਵੀ ਇੱਕ ਕੋਚ ਵੀ ਰੱਖੇ ਜਾਂ ਇੱਕ ਕੋਸਾਬ ਹੋਣੀ ਜਾਂ ਦੋ ਕੋਚ ਹੋਣ ਆਮ ਤੌਰ ਤੇ ਕੋਸਾਬ ਨੇ ਕਿਹੜਾ ਸਾਰਾ ਦਿਨ ਉੱਥੇ ਆਉਣਾ ਸ਼ਾਮੀ ਆਉਣਾ 2 ਘੰਟੇ ਇਹ ਸ਼ਾਮੀ 2 ਘੰਟੇ ਦੇ ਹਿਸਾਬ ਨਾਲ ਅਗਲੇ ਦੇ ਨਾਲ ਜੋ ਵੀ 10000 15000 20000 ਜੋ ਵੀ ਤਨਖਾਹ ਕਮਾ ਲੋ ਟੁਕੀ ਜਾਂਦੀ ਹੈ ਉਹ ਸਾਲ ਦੀ ਕਿੰਨੀ ਬਣੀ ਨਹੀਂ ਤੁਸੀਂ ਅੰਦਾਜ਼ਾ ਲਾਓ ਵੀ ਜੇ ਮੰਨ ਲਓ ਆਪਾਂ 10000 ਦੇ ਹਿਸਾਬ ਨਾਲ ਲਾਈਏ ਤੇ 1 ਲੱਖ 20000 ਬਣਦਾ 120000 ਨੂੰ ਤੁਸੀਂ ਉਸ ਕਰੋੜ ਦੇ ਵਿੱਚੋਂ ਘਟਾਉਣਾ ਸ਼ੁਰੂ ਕਰ ਦੋ ਵੀ ਕਿੰਨੇ ਸਾਲ ਤੱਕ ਕੋਸਾ ਦੀ ਤਨਖਾਹ ਚੱਲ ਸਕਦੀ ਪੈਲੀ ਵੀ ਆ ਗਈ ਕੋਸਾ ਵੀ ਆ ਗਏ ਤੇ ਨਿਆਣੇ ਵੀ ਚੱਲ ਸਕਦੇ ਹਾਂ ਇਹ ਹਿਸਾਬ ਤਾਂ ਬਾਅਦ ਕਿਸੇ ਨੇ ਲਾਉਣਾ ਵੀ ਯਾਰ ਕੋਚ ਕਾਲੀ ਰੱਖਣਾ ਹੀ ਉੱਥੇ ਵੇਖੋ ਇੱਟ ਕਿਹੜੀ ਲਾਉਣੇ ਆ ਇਦਾਂ ਪੱਥਰ ਲਾਈਏ ਇੱਕ ਰਾ ਉੱਥੇ ਹਾਰੂਰ ਪਾਵਾਂਗੇ ਜੀ ਸੰਧਾਲੀਆ ਸਾਹਿਬ ਮੈਂ ਕਿੰਨਾ ਦੱਸ ਨਹੀਂ 240000 ਦਾ ਸਾਲ ਦਾ ਪੈਕੇਜ ਯਾਨੀ ਕਿ 20000 ਰੁਪਇਆ ਦਿਓ ਅਗਲੇ ਦਾ ਘਰ ਚੱਲੇ ਹੂੰ ਤੇ 20000 ਰੁਪਇਆ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਚਾਰ ਐਨਆਰਆਈਸ ਇਕੱਠੇ ਹੋ ਕੇ ਦੇ ਦੇਣਗੇ ਇਹ ਗੱਲ ਬੜੀ ਕਲੀਅਰ ਹੈ ਤੇ ਖੁਸ਼ੀ-ਖੁਸ਼ੀ ਦੇਣਗੇ ਉਹ ਸਿਰਫ ਇਹ ਚਾਹੁੰਦੇ ਹੁੰਦੇ ਆ ਕਿ ਸਾਨੂੰ ਮੁੜ ਕੇ ਉੱਥੇ ਘਾਓ ਹੋ ਗਿਆ ਨਾ ਦੱਸੇ ਸਾਨੂੰ ਉੱਥੇ ਕੋਈ ਕੰਮ ਹੁੰਦਾ ਦੱਸੇ ਉਹ 40 ਵੀ ਦੇ ਦੇਣਗੇ ਅਗਲੇ ਸਾਲ ਹੂੰ بڑے ਪਿੰਡ ਨੇ ਜਿੱਥੇ ਉਹ ਕਹਿੰਦੇ ਜੀ ਡਾਈਟ ਵੀ ਸਾਡੇ ਲੋ ਤੁਸੀਂ ਨਿਆਣਿਓ ਖੇਡੋ ਸਹੀ ਕਿਉਂਕਿ ਉਹਨਾਂ ਨੂੰ ਖੁਸ਼ੀ ਹੋਈ ਤਾਂ ਹੁੰਦੀ ਆ ਜੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੰਮ ਚੱਲਦਾ ਤੇ ਦੂਸਰਾ ਖੇਡ ਨੀਤੀ ਭਗਵੰਤ ਮਾਨ ਸਾਹਿਬ ਕਹਿੰਦੇ ਬਣਾਉਣੀ ਹੈ ਠੀਕ ਹੈ ਦਿੱਲੀ ਮਾਡਲ ਦੀ ਬਹੁਤ ਆਲੋਚਨਾ ਹੁੰਦੀ ਹੈ ਕਿ ਪੰਜਾਬ 'ਚ ਨਹੀਂ ਦਿੱਲੀ ਮਾਡਲ ਚੱਲ ਸਕਦਾ ਮੈਂ ਕਹਿੰਨਾ ਮੈਨੂੰ ਨਹੀਂ ਪਤਾ ਹਰਿਆਣੇ ਵਾਲਾ ਮਾਡਲ ਕਿੰਨਾ ਕ ਕਾਮਯਾਬ ਕਿੰਨਾ ਕ ਨਹੀਂ ਕਾਮਯਾਬ ਆ ਖੇਡਾਂ ਵਾਲੇ ਸਿਲਸਲੇ ਦੇ ਵਿੱਚ ਭਗਵੰਤ ਜੀ ਤੁਸੀਂ ਹਰਿਆਣੇ ਵਾਲਾ ਮਾਡਲ ਲਾਗੂ ਕਰ ਲਓ ਤੇ ਕਹਿ ਵੀ ਦਿਓ ਕਹਿ ਦਿਓ ਕਿ ਹਰਿਆਣਾ ਮਾਡਲ ਜੇ ਅਸੀਂ ਖੇਡਾਂ 'ਚ ਲਾਗੂ ਕੀਤਾ ਉਥੇ ਬਹੁਤ ਵਧੀਆ ਕਿਸੇ ਨੂੰ ਇਤਰਾਜ਼ ਹੀ ਕੋਈ ਨਾ ਹੋਵੇ ਤੁਸੀਂ ਜੇ ਤੁਹਾਨੂੰ ਲੱਗਦਾ ਹੈਲਥ ਵਾਲੇ ਸਿਸਟਮ 'ਚ ਦਿੱਲੀ ਵਾਲਾ ਮਾਡਲ ਵਧੀਆ ਉਹ ਲਾਗੂ ਕਰ ਦਿਓ ਸਪੋਰਟਸ ਵਾਲੇ ਮਸਲੇ ਦੇ ਵਿੱਚ ਤੁਹਾਨੂੰ ਲੱਗਦਾ ਹਰਿਆਣੇ ਵਾਲਾ ਮਾਡਲ ਪ੍ਰਾਪਤੀਆਂ ਉਹਨਾਂ ਦੀਆਂ ਉਹ ਲ ਕੀ ਭਰਕ ਪੈਣ ਲੱਗਾ ਈ ਜਿਹਨੂੰ ਸੇਰਾ ਦੋ ਦੇਓ ਜਿਹੜਾ ਇੱਕ ਸੇਰਾ ਮੰਗਦਾ ਈ ਹਾਂ ਨਹੀਂ ਵਧੀਆ ਇੱਕ ਸੇਰਾ ਬੰਨਣ ਵਾਲਾ ਇੱਕ ਸੇਰਾ ਜਿਹੜਾ ਪੜਦੇ ਹੁੰਦੇ ਵਿਆਹ ਤੇ ਮੈਂ ਦੋਵੇਂ ਦੇ ਦਿਓ ਅਜਾ ਵੈਸੇ ਇੱਕ ਗੱਲ ਹੈ ਵੀ ਹਰਿਆਣੇ ਵਾਲਾ ਕਲਚਰ ਪਿਛਲੇ ਦਿਨੀ ਇੱਕ ਸੱਜਣ ਮਿਲੇ ਹਰਿਆਣੇ ਤੋਂ ਸੀਗੇ ਉਹ ਕਹਿੰਦੇ ਵੀ ਸਾਡੇ ਕਲਚਰਾਂ ਵੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜੀ ਛੋਟੇ ਛੋਟੇ ਜਵਾਕ ਹੂੰ ਤੋ ਲੈ ਕੇ ਵਡੇਰੀ ਉਮਰ ਦੇ ਲੋਕ ਤੁਹਾਨੂੰ ਆਮ ਹੀ ਕਹਿੰਦੇ ਵੀ ਜਾਂ ਕੋਈ ਸੈਰ ਕਰਨ ਵਾਲਾ ਉਹ ਸੈਰ ਕਰਦਾ ਮਿਲੂਗਾ ਜੇ ਕੋਈ ਭੱਜਣਾ ਦੇ ਭਾਈ ਦਾ ਮਿਲੂਗਾ ਇਹ ਵੀ ਪਲੇਅਰ ਬਣਨਾ ਸਾਰੇ ਕਹਿੰਦੇ ਨਹੀਂ ਵੈਸੇ ਕਲਚਰ ਹੀ ਮੰ ਲੋ ਜੇ ਕਲਚਰ ਹੈ ਜੇ ਸਵੇਜਾਰ ਆ ਬੀਕਰ ਉੱਠ ਕੇ ਘਰੋਂ ਬਾਹਰ ਨਿਕਲਣਾ ਤੇ ਕੋਈ ਜਿੰਨੇ ਟੈਲ ਸਕਦਾ ਟੈਲਣਾ ਜਿੰਨੇ ਭਜ ਸਕਦਾ ਭਜਣਾ ਤੇ ਫਿਰ ਮਾੜੀ ਗੱਲ ਤੇ ਕੋਈ ਨਹੀਂ ਇੱਕ ਸੇਰਾ ਹੀ ਉਹਨਾਂ ਨੂੰ ਦੇ ਦਿਓ ਤੇ ਨਾਲੇ ਲਿਖ ਦੇ ਲੈ ਵੀ ਆ ਰਹੇ ਹਾਂ ਉਧਰੋਂ ਸਵੇਜਾਰ ਲੈ ਆਂਦਾ ਨਾਲੇ ਪੰਜਾਬ ਵਾਲਿਆਂ ਨੂੰ ਕਿਹੜਾ ਵੱਖਰਾ ਹੈ ਕਿਹੜਾ ਕਹਿੰਦੇ ਵੀ ਉਹ ਅਸਾਮ ਤੋਂ ਲੈ ਕੇ ਆਉਣਾ ਜੇ ਤੁਸੀਂ ਸ਼ਹਿਰ ਤੋਂ ਪਹਿਲਾਂ ਚੱਲ ਜਿਓ ਤੇ ਹੈ ਤੇ ਉਹ ਵੀ ਪੰਜਾਬ ਦਾ ਹੀ ਕਲਚਰ ਸੀ ਅੱਜ ਵੀ ਕਹਦੇ ਨੇ ਨਾ ਵੀ ਵੰਡ ਤੋਂ ਪਹਿਲਾਂ 47 ਤੋਂ ਪਹਿਲਾਂ ਜੀ ਇੱਕੋ ਹੀ ਸੀਗਾ ਇੰਡੀਆ ਪਾਕਿਸਤਾਨ ਜਿਉ ਹੁਣ ਜੋ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਚੱਲਦੀਆਂ ਜਿ ਇੱਥੇ ਵੀ ਤਾਂ ਚੱਲਦੀਆਂ ਜੀ ਉੱਧਰ ਵਾਲਾ ਕਲਚਰ ਆਪਾਂ ਹੁਣ ਤੱਕ ਸਮਝੇ ਬੈਠੇ ਆ ਤੇ ਫਿਰ ਆਪਾਂ 66 ਵਾਲਾ ਕਲਚਰ ਹੋਣੇ ਕਿਦਾਂ ਛੱਡ ਸਕਦੇ ਆ ਚੰਗਾ ਹੋ ਰਿਹਾ ਸੰਧ ਵਾਲਿਆ ਸਭ ਕੰਮ ਮੈਨੂੰ ਲੱਗਦਾ ਲੋਕ ਜਾਗਰੂਕ ਨੇ ਕਾਫੀ ਮੈਂ ਕਦੇ ਨਹੀਂ ਪਹਿਲਾਂ ਇਦਾਂ ਦੇਖਿਆ ਜਿਹੜਾ ਕਿ ਹੁਣ ਕੰਮ ਚੱਲਦਾ ਜੇ ਕਿਸੇ ਨੇ ਦੇਖਿਆ ਤੋਂ ਟਿੱਪਣੀ ਕਰ ਸਕਦੇ ਆ ਲਹਿਰੇਗਾ ਅੱਗੇ ਦੇ ਵਿੱਚ ਪਿੰਡ ਲਹਿਰਖੁਰਦ ਚਾਰ ਪੰਜ ਦਿਨ ਹੋ ਗਿਆ ਲਗਾਤਾਰ ਧਰਨਾ ਪ੍ਰਦਰਸ਼ਨ ਚੱਲਦਾ ਜੇ ਆਪਾਂ ਕਹੀਏ ਕੋਈ ਸਬਸਿਡੀ ਮੰਗਦੇ ਆ ਨਹੀਂ ਜੇ ਆਪਾਂ ਕਹੀਏ ਪੈਸੇ ਮੰਗਦੇ ਆ ਨਹੀਂ ਮੁਆਵਜ਼ਾ ਮੰਗਦੇ ਆ ਨਹੀਂ ਨੌਕਰੀ ਮੰਗਦੇ ਆ ਨਹੀਂ ਜਾਣੀ ਕਿ ਤੁਸੀਂ ਇਹ ਦੇਖੋ ਕਿ ਪੰਜਾਬ ਚੋ ਖਬਰ ਕਿਦਾਂ ਦੀ ਆ ਰਹੀ ਹੈ ਲੋਕਾਂ ਨੇ ਧਰਨਾ ਲਾਇਆ ਕਿ ਸਾਨੂੰ ਸਕੂਲ ਚ ਅਧਿਆਪਕ ਹੋਰ ਦਿਓ ਇਹਦੇ ਤੋਂ ਉਨੀ ਚੰਗਾ ਕੁਝ ਹੋ ਸਕਦਾ ਇਹਨੂੰ ਜਿਹੜਾ ਵਰਜੀ ਮਾਡਲ ਸਮਝੋ ਇਹ ਲੋਕ ਮਾਡਲ ਆ ਕਿ ਜਦੋਂ ਲੋਕਾਂ ਨੂੰ ਇਹ ਸਮਝ ਆਉਣ ਲੱਗ ਪਈ ਅੱਗੇ ਕੀ ਹੁੰਦਾ ਸੀ ਸ਼ਮਸ਼ਾਨ ਘਾਟ ਨੂੰ ਰਾਹ ਜਾਂਦਾ ਉਹ ਪੱਕਾ ਕਰਦੇ ਹੋ ਮੈਂ ਕਹਿੰਨਾ ਕਿ ਅਸੀਂ ਲਿਬੜੇ ਗਿੱਟਿਆਂ ਨਾਲ ਚੱਲ ਜਾਣਾ ਉੱਥੇ ਸਾਲ ਚ 2 3 4 ਆ ਰਹੀ ਜਾਣਾ ਪੈਂਦਾ ਉਦੋਂ ਕਿਸੇ ਨੂੰ ਕੱਪੜਿਆਂ ਦੇ ਨਹੀਂ ਹੁੰਦੀ ਕਿ ਸਾਡੇ ਕੱਪੜੇ ਲਿਬੜੇ ਉਹ ਤਾਂ ਕਰਦਾ ਜੀ ਚਲਾ ਗਿਆ ਹੁੰਦਾ ਜਿਥੇ ਰਾਜ ਪਤਾ ਨਹੀਂ ਚੱਕੜਾ ਸਮੁੰਦਰ ਆ ਕਿ ਕੀ ਆ ਬਹੁਤ ਸਾਰੀਆਂ ਕਥਾਵਾਂ ਚਲਦੀਆਂ ਹੁੰਦੀਆਂ ਹੁਣ ਪਿੰਡ ਦੇ ਲੋਕਾਂ ਨੇ ਕਹਿੰਦੇ ਜੀ 200 ਬੱਚੇ ਨੇ ਸਕੂਲ 'ਚ ਅਧਿਆਪਕ 3-4 ਨੇ ਨਹੀਂ ਪੜ ਸਕਦੇ ਬੱਚੇ ਸਾਨੂੰ ਅਧਿਆਪਕ ਹੋਰ ਦਿਓ ਐਸ ਡੀ ਐਮ ਦਾ ਦਫਤਰ ਘੇਰ ਲਿਆ ਖਬਰ ਆਈ ਕਿ ਐਸ ਡੀ ਐਮ ਬੀਬੀ ਜੀ ਨੂੰ ਬੰਦੀ ਬਣਾ ਲਿਆ ਦੇਖੋ ਆਫੀਸਰ ਨੇ ਪੜੇ ਲਿਖੇ ਨਹੀਂ ਅਸੀਂ ਨਹੀਂ ਕਹਿੰਨੇ ਕਿ ਕਿਸੇ ਦੇ ਨਾਲ ਵੀ ਇਦਾਂ ਕਿਸੇ ਨੂੰ ਬੰਦੀ ਬਣਾਇਆ ਜਾਵੇ ਪਰ ਲੋਕ ਕੀ ਕਹਿੰਦੇ ਉਹ ਕਹਿੰਦੇ ਜੀ ਪਹਿਲੇ ਦਿਨ ਅਸੀਂ ਸਕੂਲ ਨੂੰ ਜਿੰਦਰਾ ਮਾਰਿਆ ਪਹਿਲਾ ਮੰਗ ਪੱਤਰ ਦਿੱਤੇ ਸੁਣਿਆ ਨਹੀਂ ਕਿਸੇ ਨੇ ਸਕੂਲ ਨੂੰ ਚੰਦਰਾ ਮਾਰਿਆ ਉਹਦੇ ਤੋਂ ਬਾਅਦ ਇਹ ਸੜਕ ਜਾਮ ਕੀਤੀ ਸਾਨੂੰ ਆਣ ਕੇ ਅਫਸਰ ਸਾਹਿਬ ਕਹ ਗਿਆ ਜੀ ਤੁਹਾਡੇ ਅਧਿਆਪਕ ਆ ਜੂ ਕਹਿੰਦੇ ਅਗਲੇ ਦਿਨ ਅਧਿਆਪਕ ਆ ਕਾ ਵੀ ਗਏ ਪਰ ਕੁੱਲ 5 ਸੀ ਇੱਕ ਪ੍ਰਿੰਸੀਪਲ ਵਾਲੋ 3-4 ਅਧਿਆਪਕ ਦੂਜੇ ਕਹਿੰਦੇ ਅਸੀਂ 7 ਚਾਹੁੰਦੇ ਆ 7 ਅਧਿਆਪਕ ਹੁਣ ਸਾਡਾ ਸਰਦਾਈ ਬੱਚਿਆਂ ਦਾ ਤਾਂ ਫੇਰ ਕਹਿੰਦੇ ਅਸੀਂ 1.5 ਘੰਟਾ ਸੜਕ ਜਾਮ ਕੀਤੀ ਸਾਡੀ ਕਿਸੇ ਨੇ ਗੱਲ ਹੀ ਨਾ ਸੁਣੀ ਹਾਰ ਕੇ ਅਸੀਂ ਐਸਟੀਐਮ ਬੀਬੀ ਦੇ ਦਫ਼ਤਰ ਦਾ ਘਰਾਉ ਕੀਤਾ ਉਹ ਵੀ ਤਾਂ ਉਹ ਸਾਡੀ ਗੱਲ ਨਹੀਂ ਸੁਣਨਾ ਹੈ ਹੁਣ ਪਹਿਲੀ ਗੱਲ ਐ ਕਿ ਲੋਕਾਂ ਦੇ ਜਜ਼ਬੇ ਨੂੰ ਸਲੂਟ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੇ ਘਰ ਮੋਰ ਲਈ ਗਲੀ ਬਣਾ ਦਿਓ ਕਿਉਂਕਿ ਅੱਜ ਤੱਕ ਆਪਾਂ ਇਹ ਕਹਿੰਦੇ ਨਾ ਯਾਰ ਗਲੀਆਂ ਨਾਲੀਆਂ ਤੋਂ ਨਹੀਂ ਉੱਪਰ ਉੱਠਦੇ ਪੰਜਾਬ ਦੇ ਲੋਕ ਆ ਯਾਰ ਛੱਪੜ ਦੀ ਸਫਾਈ ਤੋਂ ਨਹੀਂ ਉੱਪਰ ਉੱਠਦੇ ਲੋਕ ਸ਼ਮਸ਼ਾਨ ਘਾਟ ਨੂੰ ਜਿਹੜਾ ਉਹ ਹਰਦ ਵਾਲੇ ਚਾਰਦਵਾਰੀ ਕਰਾ ਦਿਓ ਜੀ ਉਧਰਲੇ ਪਾਸੇ ਪਿੰਡ ਦੇ ਮੋਰੇ ਯਾਦਗਾਰੀ ਗੇਟ ਬਣਾ ਦਿਓ ਕਿ ਕਦੀ ਅਸੀਂ ਇਸ ਗੱਲ ਦੇ ਵਿੱਚੋਂ ਨਿਕਲਣਾ ਕਦੇ ਹੈਲਥ ਐਜੂਕੇਸ਼ਨ ਦੇ ਮੁੱਦੇ ਤੇ এনਵਾਇਰਨਮੈਂਟ ਦੇ ਮੁੱਦੇ ਤੇ ਆਉਣਾ ਆ ਗਈ ਹੁਣ ਉਹਨਾਂ ਨੇ ਪਹਿਲੀ ਗੱਲ ਕਿ ਉਹਨਾਂ ਨੂੰ ਵਧਾਈ ਕਿ ਉਹਨਾਂ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਉਦਮ ਕੀਤਾ ਕਿ ਸੰਜ ਜਿੱਥੇ ਬੰਦੀਆਂ ਨਾਲ ਆ ਗਈਆਂ ਦੂਸਰਾ ਐਸਡੀਐਮ ਬੀਬੀ ਜੀ ਨੂੰ ਪੁੱਛਿਆ ਉਹ ਕਹਿੰਦੇ ਜੀ ਦੇਖੋ ਪੋਸਟਾਂ ਹੀ ਪੰਜ ਨੇ ਅਸੀਂ ਪੰਜ ਪੂਰੀਆਂ ਕਰਤੀਆਂ ਉਹ ਕਹਿੰਦੇ ਹੁਣ ਕਹਿੰਦੇ ਜੀ ਵਿਭਾਗ ਨੂੰ ਲਿਖਿਆ ਪੋਸਟਾਂ ਨਵੀਆਂ ਸੈਂਕਸ਼ਨ ਹੋਣਗੀਆਂ ਆਮ ਬੰਦੇ ਨੂੰ ਨਹੀਂ ਪਤਾ ਮੈਂ ਨਹੀਂ ਕਹਿਣਾ ਕਿ ਉਹ ਧਰਨਾ ਕਰੀ ਸਿਆਣੇ ਨਹੀਂ ਬਹੁਤ ਸਿਆਣੇ ਨੇ ਉਹਨਾਂ ਨੂੰ ਪਤਾ ਹੋਣਾ ਤੇਨੂੰ ਪਰ ਆਮ ਬੰਦੇ ਨੂੰ ਕੀ ਕਿ ਇਹ ਨਹੀਂ ਕਿ ਅਧਿਆਪਕ ਦੀ ਉਥੇ ਬਦਲੀ ਕਰਤੀ ਪਹਿਲਾਂ ਇਹ ਦੇਖਣਾ ਪਊਗਾ ਕਿ ਕੀ ਉਥੇ ਸਰਕਾਰ ਦੁਆਰਾ ਮਨਜ਼ੂਰ ਸ਼ੋਦਾ ਅਧਿਆਪਕਾਂ ਦੀ ਹੋਰ ਅਸਾਮੀ ਹੈਗੀ ਹੈ ਜੇ ਨਹੀਂ ਵੀ ਹੈਗੀ ਮੰਨ ਲਓ ਉਹ ਕਹਿੰਦੇ ਜੀ ਪਹਿਲਾਂ ਅਸਾਮੀਆਂ ਲਿਆਉਣੀਆਂ ਪੈਣੀਆਂ ਫਿਰ ਬੰਦਾ ਲਿਆਵਾਂਗੇ ਉਹ ਬੀਬੀ ਜੀ ਨੇ ਇਹ ਵੀ ਕਿਹਾ ਉਹ ਕਹਿੰਦੇ ਜੀ ਹੋਰ ਭਰਤੀ ਵੀ ਸਰਕਾਰ ਤਕਰੀਬਨ ਮੁਕੰਮਲ ਕਰ ਦੇਣ ਲੱਗੀ ਬੰਦੇ ਇੱਥੇ ਹੀ ਆਉਣੇ ਆ ਸੰਧਾਲੀਆ ਸਾਹਿਬ ਰਾਤ ਤੋਂ ਰਾਤ ਕਾਨੂੰਨਾ ਚ ਤਬਦੀਲੀ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਕਾਨੂੰਨ ਰੱਦ ਵੀ ਹੋ ਜਾਂਦੇ ਬਣ ਵੀ ਜਾਂਦੇ ਆ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਮੈਂਸੋਰੀ ਨੇ ਜਿੱਥੇ ਲੋਕ ਚਾਹੁੰਦੇ ਆ ਕਿ ਅਸੀਂ ਨਿਆਣੇ ਥੋੜ ਇੱਕ ਤੁਹਾਡੇ ਸਾਈਨਾਂ ਦੀ ਲੋੜ ਹੈ ਅਸਾਮੀਆਂ ਤਿੰਨ ਚਾਰ ਮਨਜ਼ੂਰ ਕਰ ਦਿਓ ਸਗੋਂ ਹੋਰ ਨੌਜਵਾਨ ਮੁੰਡੇ ਕੁੜੀਆਂ ਭਰਤੀ ਕਰੋ ਵਧੀਆ ਤਰੀਕੇ ਨਾਲ ਪੜਾਉਣਗੇ ਲੋਕ ਸਲੂਟ ਕਰਨਗੇ ਤੁਹਾਨੂੰ ਕਿ ਆਹ ਹੋਈ ਨਾ ਗੱਲ ਸਰਕਾਰਾਂ ਹੁੰਦੀਆਂ ਏਦਾਂ ਦੀਆਂ ਇਹ ਦੇਖੋ ਇਹ ਨੂੰ ਜਦਾਂ ਤੇ ਉਹ ਗੱਲ ਕੀਤੀ ਬੰਦੀ ਬਣਾਉਣ ਵਾਲੀ ਇਹ ਤੋਂ ਪਹਿਲਾਂ ਵੀ ਆਪਾਂ ਇੱਕ ਦੋ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਸੁਣੀਆਂ ਵੀ ਬੰਦੀ ਬਣਾ ਲਿਆ ਜਾਂਦਾ ਜੀ ਮੈਨੂੰ ਲੱਗਦਾ ਵੀ ਬੰਦੀ ਬਣਾਉਣ ਨਾਲੋਂ ਉਹਦਾ ਕੋਈ ਹੱਲ ਕੱਢ ਲੈਣਾ ਚਾਹੀਦਾ ਕਿਉਂਕਿ ਇਹ ਉਹ ਇੱਕ ਪੁਆਇੰਟ ਆ ਜਾਂਦਾ ਜਿੱਥੇ ਅਗਲੇ ਬੰਦੇ ਨੂੰ ਫਿਰ ਟਾਈਮ ਮਿਲ ਜਾਂਦਾ ਵੀ ਲੈ ਯਾਰ ਆਹ ਤਾਂ ਹੁਣ ਫੇ ਲੋਕ ਤੰਗ ਕਰ ਰਹੇ ਹੂੰ ਹੂੰ ਵਿਸ਼ਾ ਬਹੁਤ ਵਧੀਆ ਮੰਗ ਬਹੁਤ ਵਧੀਆ ਤਰੀਕਾ ਵੀ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ ਉਹਦੇ ਚ ਇੱਕੋ ਜਿਹੜੀ ਆ ਬੰਦੀ ਬਣਾਉਣ ਵਾਲੀ ਘੁੰਡੀ ਨੂੰ ਥੋੜਾ ਜਿਹਾ ਚੇਂਜ ਕਰ ਲਿਆ ਵੀ ਇਹਦਾ ਵੀ ਮੇਰੇ ਖਿਆਲ ਨਾਲ ਜੇ ਜੇ ਅਗਲੇ ਨੇ ਇੱਥੋਂ ਤੱਕ ਸਕੀਮ ਕੱਢ ਲਈ ਆ ਤੇ ਇਹਦੀ ਵੀ ਕੋਈ ਨਾ ਕੋਈ ਸਕੀਮ ਨਿਕਲ ਆਉਣੀ ਹੈ ਹੈ ਨਾ ਉਹ ਸਕੀਮ ਦਾ ਮਤਲਬ ਸਿਰਫ ਇਹ ਹੋਵੇ ਵੀ ਇੱਕ ਪ੍ਰੈਸ਼ਰ ਗਰੁੱਪ ਜਿਹੜਾ ਉਹ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਪੱਧਰ ਤੇ ਕੋਈ ਕੰਮ ਆਇਆ ਤੁਸੀਂ ਉਸ ਪਿੰਡ ਦੇ ਹਿਸਾਬ ਨਾਲ ਇੱਕ ਪ੍ਰੈਸ਼ਰ ਗਰੁੱਪ ਬਣਾ ਸਕਦੇ ਹੋ ਜੇ ਉਹ ਹਲਕੇ ਦਾ ਕੰਮ ਆ ਤੇ ਹਲਕੇ ਦਾ ਪ੍ਰੈਸ਼ਰ ਗਰੁੱਪ ਹੋ ਸਕਦਾ ਪੰਜਾਬ ਪੱਧਰ ਤੇ ਤਾਂ ਕਈ ਪ੍ਰੈਸ਼ਰ ਗਰ ਇਹਦੇ ਨਾਲ ਕੀ ਆ ਵੀ ਘੱਟੋ ਘੱਟ ਆਪਣੀ ਗੱਲ ਉੱਪਰ ਤੱਕ ਜਾਂਦੀ ਆ। ਅਗਲੇ ਨੂੰ ਲੱਗਦਾ ਵੀ ਯਾਰ ਹੋਣੇ ਇੰਨੇ ਬੰਦੇ ਮਗਰ ਪਈ ਇਹਨਾਂ ਦਾ ਕੁਝ ਕਰਨਾ ਪੈਣਾ। ਉਹ ਜਾਣੇ 10 ਦਿਨ 20 ਦਿਨ 15 ਦਿਨ ਮਹੀਨਾ ਕੰਮ ਕਰਨਾ ਪੈ ਜਾਊਗਾ। ਜੀ। ਪਰ ਜਿਹੜੀ ਸਾਲਾਂ ਦੀ ਮੁਸ਼ਕਲ ਸੀ ਉਹਦੇ ਹੱਲ ਹੋ ਗਈ ਨਾ। ਹੂੰ ਹੂੰ। ਤੇ ਜੇ ਮਨ ਲੱਗਦਾ ਵੀ ਇਹ ਢੰਗ ਤਰੀਕਾ ਆਪਾਂ ਲੋਕ ਮਾਡਲ ਕਹਿ ਲੈਨੇ ਆ। ਵੀ ਇਦਾਂ ਦੇ ਲੋਕ ਮਾਡਲ ਨੇ ਕਿਨੇ ਕਿ ਗੱਢ ਲੈ ਜਾਣ ਜਿੱਥੇ ਕਿਤੇ ਵੀ ਕੋਈ ਲੋਕਲ ਪ੍ਰੋਬਲਮ ਲੱਗਦੀ ਆ ਉਹਨੂੰ ਲੋਕ ਮਾਡਲ ਦੇ ਹਿਸਾਬ ਨਾਲ ਹੱਲ ਕਰ ਲਿਆ ਜਾਵੇ। ਨਾਲੇ ਤੇ ਲੀਡਰਾਂ ਨੂੰ ਕੰਮ ਸੈੱਟ ਹੋ ਜਾਊਗਾ ਵੀ ਯਾਰ ਇਦੋਂ ਆਪਾਂ ਆਪਣਾ ਕੰਮ ਸੈੱਟ ਕਰ ਲਈਏ ਜੀ ਤੇ ਇਹ ਵੀ ਮੈਨੂੰ ਲੱਗਦੀ ਘਰ ਵੀ ਜੇ ਇਹ ਕੰਮ ਚੱਲ ਪਿਆ ਹੈ ਘਰਾਂ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਲੋਕਾਂ ਕਹਿੰਦੇ ਆ ਇਹ ਜੀ ਫਿਰ ਤੁਸੀਂ ਦੇਖ ਲਓ ਨਹੀਂ ਤੇ ਫਿਰ ਅਸੀਂ ਲੋਕ ਮਾਡਲ ਦੇ ਹਿਸਾਬ ਨਾਲ ਸੈੱਟ ਕਰਾ ਲਾਂਗੇ ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਇਸ ਮੁੱਦੇ ਤੇ ਵੀ ਚਰਚਾ ਹੋਣੀ ਚਾਹੀਦੀ ਆਪਾਂ ਕਿ ਇਹ ਕਿਨੇ ਵਾਰਡ ਯਾਰ 5 ਤੋਂ 7 ਹੋ ਗਿਆ ਕਾਹਤੋਂ ਆਬਾਦੀ ਵਧ ਗਈ ਸੀ ਸੀਟਾਂ ਵਧਾਉਂਦੀਆਂ ਜੀ ਸਿਆਸੀ ਸੀਟਾਂ ਦੀ ਗੱਲ ਕਰਦਾ ਕਾਹਤੋਂ ਆਬਾਦੀ ਵਧ ਗਈ ਸੀ ਜੀ ਆਬਾਦੀ ਵਧ ਗਈ ਤਾਂ ਨਿਆਣੇ ਵੀ ਤਾਂ ਵੱਧ ਨੇ ਹੁਣ ਗਿਣਤੀ ਦੇ ਵਿੱਚ ਉਹਨਾਂ ਨੇ ਪੜਨਾ ਤਾਂ ਉੱਥੇ ਹੀ ਆ ਸੀਟਾਂ ਸੈਂਕਸ਼ਨ ਆਪਣੇ ਆਪ ਹੀ ਕਰਦੇ ਹੋ ਪਟਵਾਰੀ 5 ਤੋਂ 7 ਕਰਦੇ ਹੋ ਅਧਿਆਪਕ 17 ਤੋਂ 28 ਕਰਦੇ ਹੋ ਹਮ ਅਧਿਆਪਕ ਤਾਂ ਜਿੰਨੇ ਵੱਧ ਹੁਣ ਉਹਨੇ ਥੋੜੇ ਆ ਨਾ ਪੁਲਿਸ ਦੀ ਗਿਣਤੀ ਵੀ ਵਧਾਓ ਸਗੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਲੋਕਾਂ ਨੂੰ ਸਰਵਿਸਿਜ਼ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਵੇਲੇ ਸਰਮਣਗੀਆਂ ਹੁਣ ਦੋ ਗੱਲਾਂ ਆਪਾਂ ਵਿਧਾਇਕਾਂ ਦੇ ਬਾਰੇ ਕਰਨੀਆਂ ਸੰਧਾਲੀਆ ਸਾਹਿਬ ਉਹ ਕਾਰਨ ਕੀ ਆ ਕਿ ਇੱਕ ਤਾਂ ਡੇਰਾ ਬੱਸੀ ਦੇ ਵਿਧਾਇਕ ਸਰਦਾਰ ਕੁਲਜੀਤ ਸਿੰਘ ਚਰਚਾ ਚੱਲੀ ਇੱਕ ਆਡੀਓ ਬੜੀ ਵਾਇਰਲ ਹੋ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਉਹਨਾਂ ਦੀ ਹੈ ਕਿਉਂਕਿ ਉਹ ਫੋਰੈਂਸਿਕ ਲੈਬ ਦਾ ਕੰਮ ਹੈ ਉਹ ਅਦਾਲਤਾਂ ਦਾ ਕੰਮ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਸਹਾਇਕ ਸਾਹਿਬ ਨੇ ਉਹਨਾਂ ਨੇ ਚੌਕੀ ਇੰਚਾਰਜ ਤੋਂ ਪਹਿ ਮੰਗੇ ਤੇ ਨਹੀਂ ਮਿਲੇ ਤਾਂ ਬਦਲੀ ਹੋ ਗਈ ਹੂੰ ਉਹਨਾਂ ਦੀ ਆਪਣੀ ਹੀ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਉੱਪਰਲੇ ਪਾਸੇ ਜਿਹੜਾ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਐਕਸ਼ਨ ਲਾਈਨ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਰੀ ਕੀਤੀ ਆ ਉਹਦੇਲੇ ਪਾਸੇ ਸ਼ਿਕਾਇਤ ਵੀ ਕੀਤੀ ਜਦੋਂ ਕੁਲਜੀਤ ਸਿੰਘ ਨੂੰ ਇਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਦੱਸੋ ਡੇਰਾ ਬਸੀ ਦੇ ਐਮਐਲਏ ਸਾਹਿਬ ਨੂੰ ਉਹ ਕਹਿੰਦੇ ਜੀ ਪਹਿਲੀ ਗੱਲ ਕਿ ਸਾਡਾ ਕੋ ਬੰਦਾ ਨਹੀਂ ਪੈਸੇ ਮੰਗਦਾ ਸਾਡਾ ਬੰਦਾ ਨਹੀਂ ਪੈਸੇ ਮੰਗਦਾ ਜੇ ਕਿਸੇ ਨੇ ਪੈਸੇ ਮੰਗੇ ਆ ਪਰਚਾ ਤਾਂ ਫਿਰ ਮੈਂ ਆਪ ਕਰਾਉਂਗਾ ਕਿ ਜਾ ਕੇ ਇਦਾਂ ਦੀ ਗੱਲ ਕੋਈ ਨਹੀਂ ਹੁਣ ਸਹਾਇਕ ਸਾਹਿਬ ਉਹਨਾਂ ਦੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਇਹ ਪਤਾ ਲਾਉਣਾ ਜ਼ਰੂਰੀ ਹੈ ਨਹੀਂ ਨਹੀਂ ਜ਼ਰੂਰੀ ਆ ਬਾਕੀ ਸਹਾਇਕ ਤੇ ਐਵੇਂ ਬਣ ਜਾਂਦੇ ਆ ਜਲੰਧਰ ਨੂੰ ਵੀ ਤੇ ਦੋ ਭਰਾ ਫੜੇ ਹੀ ਆ ਕਹਿੰਦੇ ਉਹ ਕਹਿੰਦੇ ਤੁਸੀਂ ਹੀ ਕੌਣ ਕਹਿੰਦੇ ਜੀ ਇਹ ਪੀਏ ਬਣਦੇ ਸੀ ਕਹਿੰਦੇ ਜੀ ਫਲਾਨੇ ਐਮਐਲਏ ਦੇ ਪੀਏ ਬੋਲਦੇ ਆ ਤੇ ਵੀਰ ਮੇ ਨਹੀਂ ਤੇ ਫਿਰ ਤੈਨੂੰ ਪਤਾ ਹੀ ਆ ਵੀ ਹੁਣ ਫਿਰ ਅਸੀਂ ਫਿਰ ਸਰਕਾਰ ਸਾਡੀ ਤੇ ਅਸੀਂ ਫਿਰ ਕਿੱਦਾਂ ਕਰਨੀ ਉਹ ਇਨਸਾਬ ਹੋਰਾਂ ਫੜ ਲਏ ਨੇ ਉਹ ਹੁਣ ਉਹਨਾਂ ਨੂੰ ਅੰਦਰ ਪੀਏ ਬਣਾ ਰਹੇ ਨੇ ਜੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਜ ਦੀ ਦਾਦ ਰੱਖ ਕੇ ਉਹ ਥੋੜਾ ਜਿਹਾ ਪੀਏ ਹੋਰ ਬਣਾਇਆ ਜੇ ਇਹਨਾਂ ਨੂੰ 5 ਮਿੰਟ ਪੀਏ ਬਣਾਓ 5 ਮਿੰਟ ਪੀਏ ਬਣਾਓ ਤਾਂ ਕਹਿੰਦਾ ਵੀ ਆ ਚੀਕਾਂ ਜਿਹਾ ਕਿਉਂ ਮੈਂ ਕਹਿੰਦਾ ਪੀਏ ਬਣਾ ਰਹੇ ਬੰਦੇ ਨੇ ਉਧਰ ਸੰਧਾ ਲਈ ਤੁਸੀਂ ਦੇਖੋ ਵੇਹੇ ਲੋਕਾਂ ਦੀ ਹਿੰਮਤ ਕਿੰਨੀ ਆ ਪਿਆਣੀ ਐਮਐਲਏ ਦੇ ਨਾਂ ਤੇ ਰਮਨੂ ਰੋੜਾ ਹੋਰੀ ਨੇ ਜਦੋਂ ਅੰਦਰ ਸੈਂਟਰਲ ਤੋਂ ਉਹਨਾਂ ਦੇ ਨਾਂ ਦੇ ਉੱਤੇ ਅਫਸਰਾਂ ਨੂੰ ਫੋਨ ਕਰਕੇ ਧ ਤੁਸੀਂ ਆ ਕੰਮ ਕਰਦੇ ਹੋ ਨੇ ਤਾਂ ਐ ਕਰਦੇ ਆ ਗਿਆ ਕੰਮ ਕਰਦੇ ਹੋ ਕਿਉਂਕਿ ਜਦੋਂ ਸ਼ਿਕਾਇਤਾਂ ਹੋਈਆਂ ਐ ਐਮਐਲਏ ਸਾਹਿਬ ਨੇ ਆਪ ਸ਼ਿਕਾਇਤ ਕੀਤੀ ਕਿ ਮੇਰੇ ਨਾਂ ਦੇ ਉੱਤੇ ਕੋਈ ਬੰਦਾ ਐ ਕੰਮ ਕਮ ਕਰਾਉਣ ਨੂੰ ਫੋਨ ਕਰਦਾ ਧਮਕਾਉਂਦਾ ਉਹਨਾਂ ਨੇ ਫਿਰ ਜਿਹੜੇ ਨੰਬਰਾਂ ਤੋਂ ਫੋਨ ਆਉਂਦੇ ਸੀ ਉਹ ਨੰਬਰ ਫਿਰ ਲਾਲਾ ਟਰੈਕਿੰਗ ਤੇ ਟਰੈਕਿੰਗ ਤੇ ਲਾਲਾ ਲਾ ਟਰੈਕ ਕਰ ਲੈ ਤੇ ਹੁਣ ਫਿਰ ਕਹਿੰਦੇ ਟਰੈਕ ਸੁੜੀ ਪੈਂਦੇ ਹੁਣੇ ਉਹਨਾਂ ਦੇ ਹਾਂ ਇਹ ਉਹ ਤਾਂ ਹੈ ਹੀ ਆ ਉਹ ਤਾਂ ਮੇਰੇ ਖਿਆਲੋਂ ਉਹਨਾਂ ਨੇ ਲਿਖਿਆ ਦਾ ਨਾ ਵੀ ਤੂੰ ਨਾ ਬੋਲੀ ਮੈਂ ਆਪੇ ਬੁਲਾ ਲਵਾਂ ਮੈਂ ਆਪੇ ਬੁਲਾ ਲਵਾਂ ਹੁਣ ਉਹ ਦੱਸਣਗੇ ਵੀ ਮੈਂ ਪੀਏ ਹਾਂ ਕਿ ਨਹੀਂ ਹ ਤੇ ਸਰਕਾਰ ਦਾ ਅਕਸ ਵੀ ਠੀਕ ਰਹੂਗਾ ਨਹੀਂ ਤੇ ਇੱਕ ਰਾਂ ਫਵਾਹ ਜੀ ਉੱਠ ਪੈਂਦੀ ਹੁੰਦੀ ਆ ਮੁੜ ਕੇ ਉਹ ਫਵਾਹ ਪਹੁੰਚਦੀ ਪਹੁੰਚਦੀ ਕਿਤੇ ਹੋਰ ਪਹੁੰਚ ਜਾਂਦੇ ਹੁੰਦੀ ਜਿੰਨੇ ਦਿਨ ਨੂੰ ਉਧਰੋਂ ਸਫਾਈ ਆਉਂਦੀ ਆ ਉਹਨੇ ਦਿਨ ਰੌਲਾ ਪੈ ਜਾਂਦਾ ਹੁਣ ਆਪਾਂ ਸਟਾਰਟਿੰਗ ਜਿਹੜੀ ਗੱਲ ਕੀਤੀ ਸੀਗੀ ਉਹ ਉਧਰੋਂ ਸ਼ੁਰੂ ਹੋਈ ਸੀਗੀ ਨਾ ਵੀ ਹਾਂ ਵੀ ਜੀਐਸਟੀ ਉਹ ਕਹਿੰਦੇ ਇਹ ਤਾਂ ਲਾਏ ਨਹੀਂ ਹੁਣ ਇੱਕ ਹੋਰ ਆਪਾਂ ਇਹਦੇ ਵਿੱਚ ਗੱਲ ਕਰ ਲਈਏ ਕਿ ਵੀ ਜਿਹੜੇ ਰੌਲਾ ਰ ਆਪਾਂ ਪੈਂਦਾ ਜੀ ਉਹਦਾ ਹੱਲ ਤੇ ਆ ਹੁੰਦਾ ਤੁਸੀਂ ਇੱਕ ਲੋਕ ਮਾਡਲ ਦੀ ਗੱਲ ਕੀਤੀ ਨਾ ਹੁਣੇ ਛੋਟੇ ਲੈਵਲ ਤੇ ਇੱਕ ਲੋਕ ਮਾਡਲ ਪਿਛਲੇ ਦਿਨੀ ਵੀ ਚੱਲਿਆ ਸੀਗਾ ਉਹ ਚੱਲਿਆ ਸੀਗਾ ਵੀ ਜਿਹੜੀ ਵੀ ਮਹਾਰਾਜ ਉਹ ਤੁਸੀਂ ਹੌਲੀ ਹੌਲੀ ਉਹਦਾ ਕੇਂਦਰੀਕਰਨ ਕਰਨ ਨੂੰ ਤੁਰੇ ਫਿਰਦੇ ਹੋ ਤਾਂ ਇਦਾਂ ਕਿਦਾਂ ਗੱਡੀ ਚੱਲੂਗੀ ਮਹਾਰਾਜ ਵੀ ਸਾਡੀ ਉਹ ਵਿਰਾਸਤ ਹੈ ਕਦੋਂ ਤੋਂ ਤੁਸੀਂ ਆਜ਼ਾਦੀੋਂ ਪਹਿਲਾਂ ਦੀ ਤੁਸੀਂ ਯੂਨੀਵਰਸਿਟੀ ਤੁਸੀਂ ਕਹਿੰਨੇ ਪਿਆਉਣਾ ਪੈਨ ਖੋਲਣਾ ਜੀ ਹੁਣ ਕਹਿੰਦੇ ਆ ਵੀ ਰਾਜ ਸਭਾ ਦੇ ਵਿੱਚ ਜਿਹੜੇ ਆਪਣੇ ਵਿਕਰਮ ਸਾਨੀ ਉਰੀ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਜੀ ਸਾਨੂੰ ਜ਼ਰੂਰ ਜਵਾਬ ਦਿਓ ਇਹਦਾ ਵੀ ਕੀ ਕੇਂਦਰ ਸਰਕਾਰ ਹੁਣ ਇਸ ਯੂਨੀਵਰਸਿਟੀ ਨੂੰ ਆਪਣੇ ਅੰਦਰ ਕਰ ਰਹੀ ਹੈ ਜੀ ਵੀ ਕੀ ਇਹ ਸਾਡੀ ਵਿਰਾਸਤ ਸਾਡੇ ਤੋਂ ਖੋਈ ਜਾ ਰਹੀ ਹੈ ਉੱਥੇ ਕਹਿੰਦੇ ਆ ਵੀ ਇੱਕ ਮੰਤਰੀ ਸਾਹਿਬ ਰਾਜ ਮੰਤਰੀ ਨੇ ਸਰਕਾਰ ਸਾਹਿਬ ਉਹਨਾਂ ਨੇ ਜਵਾਬਤਾਉ ਕਿੰਨੇ ਨਹੀਂ ਇਦਾਂ ਦੀ ਤਾਂ ਗੱਲ ਹੀ ਕੋਈ ਨਹੀਂ ਹੈਗੀ ਨਾ ਕੋਈ ਇਦਾਂ ਦੀ ਪਾਲਿਸੀ ਤੁਹਾਨੂੰ ਕਿਹਨੇ ਕਹਿਤਾ ਅ ਦੇਖੋ ਸੰਧਾਇਆ ਸਾਹਿਬ ਪਹਿਲੀ ਵਾਰ ਹੀ ਨਹੀਂ ਰੌਲਾ ਪਿਆ ਮੈਨੂੰ ਲੱਗਦਾ ਕਿ ਪਿਛਲੇ 25 ਸਾਲਾਂ ਦੇ ਵਿੱਚ 5 ਕਵਾਰੀ ਤਾਂ ਰੌਲਾ ਪਿਆ ਹਟਾਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਉਹਦਾ ਸੈਂਟਰਲਾਈਜੇਸ਼ਨ ਕੀਤਾ ਜਾ ਰਿਹਾ ਉਹ ਉਹਦਾ ਕੇਂਦਰੀਕਰਨ ਕੀਤਾ ਜਾ ਰਿਹਾ ਉਹਦੇ ਹੱਕ ਦੇ ਵਿੱਚ ਬੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਜੀ ਇਹਦੇ ਨਾਲ ਹੌਸਟਲ ਦਾ ਖਰਚਾ ਘਟਜੂਗਾ ਇਹਦੇ ਨਾਲ ਫੀਸਾਂ ਘਟਜਣਗੀਆਂ ਇਹਦੇ ਨਾਲ ਆ ਗਰੰਟਾ ਸਿੱਧੀਆਂ ਮਿਲਣ ਲੱਗ ਪਣਗੀਆਂ ਇਹਦੇ ਨਾਲ ਵਿੱਤੀ ਤੌਰ ਦੇ ਉੱਤੇ ਜਿਹੜਾ ਬੋਝ ਹੈ ਯੂ ਦੂਜੇ ਪਾਸੇ ਦਲੀਲਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਕਿ ਪਾਈਏ ਦੇ ਨਾਲ ਸਿੱਧੀ ਉਹਨਾਂ ਦੇ ਹੱਥ ਦੇ ਵਿੱਚ ਆਈ ਨਹੀਂ ਆਪਣੇ ਹੱਥ ਨਾਲ ਸਾਰਾ ਕੁਝ ਫੇਰ ਬਦਲ ਕਰ ਲਿਆ ਕਰਨਗੇ ਨਿਯੁਕਤੀਆਂ ਵੀ ਸਿਲੇਬਸ ਵੀ ਕੋਰਸ ਕਿਹੜੇ ਲਿਆਉਣੇ ਕਿਹੜੇ ਨਹੀਂ ਲਿਆਉਣੇ ਕਿ ਪਾਈਏ ਠੀਕ ਨਹੀਂ ਪੰਜਾਬ ਦਾ ਅਧਿਕਾਰ ਹੈ ਤੇ ਪੰਜਾਬ ਦੇ ਅਧਿਕਾਰ ਖੇਤਰ ਚ ਰਹਿਣੀ ਚਾਹੀਦੀ ਹੈ ਪਰ बार-बार ਇਹ ਗੱਲ ਉੱਠਦੀ ਹੈ ਪਾਰਲੀਮੈਂਟ ਤੱਕ ਜੇ ਮੁੱਦਾ ਗਿਆ ਐਵੇਂ ਥੋੜੀ ਚੱਲ ਗਿਆ ਹੂੰ ਕੋਈ ਨਾ ਕੋਈ ਗਲਤਤਾ ਵਿੱਚ ਹੋਣੀ ਹੈ ਬਹੁਤੀ ਵਾਰ ਹੁੰਦਾ ਨਾ ਕਈ ਵਾਰੀ ਹੁੰਦਾ ਕਿ ਵੇਖਾਂ ਪੁੱਛ ਕੇ ਜਰਾ ਆਪਣੇ ਵੱਡੇ ਵੀਰੇ ਨੂੰ ਮਰੇ ਭਾਪਿਆਂ ਨੂੰ ਪੁੱਛ ਕੇ ਤੇ ਸ਼ਹਿਰ ਜਾ ਆਈਏ ਮੜ ਜਾ ਦੋਕ ਸੂਟ ਲਿਆਉਣੇ ਆ ਹੋਰ ਵੀ ਲਿਆਉਣ ਆਇਆ ਸਮਾਨ ਮੜਿਆ ਪੁੱਛ ਕੇ ਪਤਾ ਉਹਨਾਂ ਨੂੰ ਹੁੰਦਾ ਕਿ ਪਤਾ ਨਹੀਂ ਵੀ ਭਾਈ ਮੰਨਣਾ ਕਿ ਨਹੀਂ ਮੰਨਣਾ ਕਹੇ ਰਹੀ ਖੜੇ ਪਾਣੀ ਦੇ ਵਿੱਚ ਟੀਮ ਮਾਰ ਕੇ ਵੀ ਦੇਖੀ ਦੀ ਨਾ ਕਿ ਭਾਈ ਉਸਾਲਾ ਕਿੰਨਾ ਕਹੋਂਦਾ ਲਹਿਰਾਂ ਕਿੰਨੀਆਂ ਕ ਬਣਦੀਆਂ ਬਹੁਤ ਵਾਰੀ ਚਰਚਾ ਚੱਲਦੀ ਹੈ ਮੁੜ ਕੇ ਠੱਪ ਕਰਤੀ ਜਾਂਦੀ ਹੈ ਐਤਕੀ ਵੀ ਚੰਗੀ ਗੱਲ ਹੈ ਜੇ ਕੇਂਦਰ ਸਰਕਾਰ ਨੇ ਕਹਤਾ ਕਿ ਸਾਡੀ ਯੋਜਨਾ ਹੀ ਕੋਈ ਨਹੀਂ ਅਸੀਂ ਬਿਲਕੁਲ ਨਹੀਂ ਇਦਾਂ ਕਰ ਰਹੇ ਮੈਂ ਫੇਰ ਉੱਥੇ ਆ ਕੇ ਖਲੋਣਾ ਕਿ ਜਿੰਨੇ ਵੀ ਲੀਡਰਾਂ ਨੇ ਚਾਹੇ ਉਹ ਪੰਜਾਬ ਦੇ ਸੱਤਾਧਾਰੀ ਸੀ ਚਾਹੇ ਵਿਰੋਧੀ ਸੀ ਜਿਨ੍ਹਾਂ ਨੇ ਬਾਰ ਬਾਰ ਇਹ ਕਿਹਾ ਕਿ ਭਾਈ ਅਸੀਂ ਨਹੀਂ ਜੇ ਹੋਣ ਦੇਣਾ ਉਹਨਾਂ ਨੂੰ ਪਤਾ ਕਿੱਥੋਂ ਲੱਗਾ ਸੀ ਕੋਈ ਚਿੱਠੀ ਪੱਤਰੀ ਆਈ ਸੀ ਕਿਸ ਨੇ ਬਿਆਨ ਦਿੱਤਾ ਸੀ ਜਾਂ ਕਹਾਣੀ ਕੀਤੀ ਸੀ ਉਹ ਵੀ ਕਲੀਅਰ ਕਰਨਾ ਚਾਹੀਦਾ ਇੱਕ ਮੁੱਦਾ ਇਹਦੇ ਵਿੱਚ ਹੋਰ ਐਂਗਲ ਆ ਉਹ ਵੀ ਹਵਾਵਾਂ 'ਚ ਚੱਲਦਾ ਠੀਕ ਹੈ ਉਹਦੇ ਤੇ ਵੀ ਚਰਚਾ ਹੋ ਜਾਣੀ ਚਾਹੀਦੀ ਉਹ ਇਹ ਜਦੋਂ ਚੰਡੀਗੜ੍ਹ ਉਹ ਕਹਿੰਦੇ ਜੀ ਵੀ ਕੇਂਦਰ ਦਾ ਜੀ ਚੰਡੀਗੜ੍ਹ ਹੁਣ ਕੇਂਦਰ ਦੇ ਹਿਸਾਬ ਨਾਲ ਚੱਲਣਾ ਫਿਰ ਇੱਕ ਚਰਚਾ ਚੱਲਦੀ ਵੀ ਜਿਹੜਾ ਬੰਦਾ ਉੱਥੋਂ ਦਾ ਰਹਿਣ ਵਾਲਾ ਯਾਰ ਉਹ ਤਾਂ ਖੁਦ ਚਾਉਂਦਾ ਵੀ ਨਹੀਂ ਯਾਰ ਮੈਂ ਕਿਤਨੀ ਰਲਣਾ ਮੈਂ ਇੱਥੇ ਰਹਿਣਾ ਇਸੇ ਤਰ੍ਹਾਂ ਇਹ ਵੀ ਚੱਲ ਰਿਹਾ ਕਹਿੰਦਾ ਵੀ ਯਾਰ ਯੂਨੀਵਰਸਿਟੀ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਨੂੰ ਵੀ ਲੱਗ ਪੀ ਕੁਝ ਜਿਹੜੇ ਬੰਦਾ ਖੁਦ ਵੀ ਚਾਹੁੰਦਾ ਹੁੰਦਾ ਹੈ ਵੀ ਯਾਰ ਉਧਰੋਂ ਪਾਣੀ ਗ੍ਰਾਂਟ ਆਵੇ ਨਾ ਆਵੇ ਆਪਣਾ ਕੁਝ ਰੋਕ ਜਿਹੋ ਦੇ ਨੂੰ ਚੰਗਾ ਵੀ ਇੱਧਰ ਥੋੜਾ ਜਿਹਾ ਕੰਮ ਸੈੱਟ ਹੈ ਇੱਧਰ ਕਰ ਲਈਏ ਉਹਦੇ ਚ ਮੈਨੂੰ ਲੱਗਦਾ ਵੀ ਇੱਕ ਥੋੜਾ ਜਰੂਰ ਰੱਖਣਾ ਚਾਹੀਦਾ ਵੀ ਜੇ ਮੰਨ ਲਓ ਆਪਾਂ ਕਿਸੇ ਵੀ ادارے 'ਚ ਕੰਮ ਕਰਦੇ ਆਏ ਬੀ ਸੀ ਡੀ ਆਪਾਂ ਜਦੋਂ ਕੰਮ ਕਰਨਾ ਸ਼ੁਰੂ ਕਰਦੇ ਆ ਆਪਾਂ ਨੂੰ ਪਤਾ ਹੀ ਹੁੰਦਾ ਨਾ ਵੀ ਇਹ ਅਦਾਰਾ ਕੀ ਹੈ ਜੀ ਇਹ ਕਿਵੇਂ ਚੱਲਦਾ ਤੇ ਇੱਥੇ ਜੇ ਮੈਂ ਕੰਮ ਕਰਨਾ ਤੇ ਮੈਨੂੰ ਕੀ ਕੰਮ ਕਰਨਾ ਪੈਣਾ ਤੇ ਮੈਨੂੰ ਕੀ ਮਿਲਣਾ ਹਮ ਹਮ ਤੇ ਜੇ ਮੰਨ ਲਓ ਮੈਂ ਬਾਅਦ ਵਿੱਚ ਉੱਥੇ ਕਹਾਂ ਯਾਰ ਮੈਂ ਤੇ ਹੁਣ ਆ ਗਿਆ ਹਾਂ ਜੀ ਹੁਣ ਮੇਰੇ ਹਿਸਾਬ ਨਾਲ ਅਦਾਰੀ ਨੂੰ ਐ ਕਰ ਲੈਣਾ ਚਾਹੀਦਾ ਵੀ ਜੇ ਇਹ ਵੀ ਇੱਕ ਥਾਟ ਹੈਗਾ ਵੀ ਉਹ ਵੀ ਮੇਰੇ ਖਾਲਾਂ ਬੰਦਿਆਂ ਨੂੰ ਪੁੱਛ ਲੈਣਾ ਚਾਹੀਦਾ ਵੀ ਵੀਰ ਮੇਰੇ ਜੋ ਉਧਰ ਨਹੀਂ ਕਿਤੇ ਨਾ ਕਿਤੇ ਵਾਰ-ਵਾਰ ਹੁੰਦਾ ਵੀ ਮੰਗੇ ਇਦਾਂ ਦੀ ਉਠਾ ਦੇ ਯਾਰ ਆਈ ਉਦਾਂ ਹੀ ਗੱਲ ਚੱਕੋ ਉਹਨਾਂ ਨੂੰ ਪੁੱਛ ਲੋ ਵੀਰ ਜੇ ਕੋਈ ਕੇਂਦਰ ਦੀ ਚੀਜ਼ ਹੀ ਚਾਹੀਦੀ ਆ ਤੇ ਤੁਸੀਂ ਚਾਕੇ ਝੋਲਾ ਕਿਸੇ ਕੇਂਦਰ ਵਾਲੇ ਅਦਾਰੇ 'ਚ ਜਾ ਬੜੋ ਕਿੱਡੀ ਗੱਲਾਂ 'ਚ ਗੱਲ ਆ ਆ ਨਹੀਂ ਇਨਕਰੀਮੈਂਟ ਮਿਲ ਜਾਂਦੇ ਜੀ ਉੱਥੇ ਇਥੇ ਮੰਗਣੇ ਪੈਂਦੇ ਜੀ ਜਿਹੜੇ ਬਾਕੀ ادارےਾਂ ਦੇ ਵਿੱਚ ਬੰਦੇ ਨੇ ਕੇਂਦਰ ਦੇ ਅਧੀਨ ਨੇ ਉਹਨਾਂ ਨੂੰ ਇੰਨੀ ਮਿਲਦੀ ਹੈ ਜੀ ਸਾਨੂੰ ਕਈ ਇਹ ਚਰਚਾ ਚੱਲਦੀ ਹੈ ਮੈਂ ਤਾਂ ਕਹਿਆ ਵੀ ਜੀ ਇਹੋ ਜੀ ਗੱਲ ਆ ਤੇ ਹਰੇਕ ਬੰਦੇ ਨੂੰ ਪਤਾ ਹੋਣਾ ਕਿ ਅੱਗੇ ਵੀ ਕਈ ਵਾਰਾ ਜ਼ਿਕਰ ਚੱਲਦਾ ਹੁੰਦਾ ਜੀ ਫਲਾਨਾ ਉਹ ਕਹਿੰਦਾ ਜੀ ਤੁਸੀਂ ਪਹਿਲਾਂ ਇੱਥੇ ਆਉਨੇ ਹੋ ਫਿਰ ਤੁਸੀਂ ਕਹਿੰਦੇ ਅਹੀਂ ਤਾਂ ਆ ਗਏ ਜੀ ਹੁਣ ਸਾਡੇ ਹਿਸਾਬ ਨਾਲ ਅਦਾਰਾ ਐਂ ਕਰੇ ਵੀ ਤੁਸੀਂ ਆਲਰੇਡੀ ਪਹਿਲਾਂ ਪਤਾ ਹੀ ਸੀ ਵੀ ਆਪਾਂ ਕੀ ਕਰਨ ਲੱਗੇ ਆ ਜੀ ਸੋ ਮੈਨ ਲੱਗਦਾ ਵੀ ਜੇ ਜਿੱਦਾਂ ਹੁਣ ਵਾਰ-ਵਾਰ ਪੀਓ ਨੂੰ ਤਾਂ ਇਤਿਹਾਸ ਨਾਲ ਜੋੜਿਆ ਜਾਂਦਾ ਵੀ ਇਹ ਨਾ ਹੋਵੇ ਵੀ ਯਾਰ ਆਪਾਂ ਸਿਰਫ ਆਪਣੇ ਉਸ ਨੌਕਰੀ ਦੇ ਹਿਸਾਬ ਨਾਲ ਜਾਂ ਆਪਣੇ ਉਸ ਅਦਾਰੇ ਦੇ ਮਾਹੌਲ ਦੇ ਇਹ ਜ਼ਰੂਰ ਸੋਚਾਇਆ ਵੀ ਉਨੀ ਤਾਰ ਜੁੜਦੀ ਕਿੱਥੇ ਇਹ ਕੱਲੀ ਇੱਥੇ ਉਦਾਹਰਨ ਨਹੀਂ ਫਿੱਟ ਹੁੰਦੀ ਕਈਆਂ ਧਾਵਾਂ ਦੇ ਫਿੱਟ ਹੋ ਜਾਂਦੀ ਹੈ ਵੀ ਮੰਨ ਲਓ ਬੰਦਾ ਜੇ ਕਹਿੰਦਾ ਵੀ ਯਾਰ ਮੈਂ ਹੁਣ ਨਾ ਇਸ ਅਦਾਰੇ 'ਚ ਆ ਗਿਆ ਮੰਨ ਲਓ ਵੀ ਮੈਂ ਆ ਵੀ ਮੇਰੇ ਕੋਲ ਕੋਈ ਵੀ ਏ ਬੀ ਸੀ ਕੰਮ ਹੈ ਮੈਨੂੰ ਤਾਂ ਜਦੋਂ ਲੋਡ ਸੀ ਹੁੰਦਾ ਮੈਂ ਕਹਿੰਦਾ ਕੋਈ ਨਹੀਂ ਜੀ ਠੀਕ ਹੈ ਸਰ ਮੈਂ ਮੰਨੀ ਮਾਰਾ ਐਹੀ ਮਾਰਾ ਜਿੱਦਾਂ ਕਹੋ ਉਦਾਂ ਕਰ ਲੈਣੀ ਆ ਜੇ ਉਹਦਾ ਮੈਂ ਆ ਗਿਆ ਫੇਰ ਮੁੜ ਕੇ ਮੈਂ ਤੁਝੇ ਲੈ ਲੈ ਇਦਾਂ ਕਿਦਾਂ ਮੈਂ ਨਹੀਂ ਕਰਦਾ ਕੰਮ ਪਹਿਲਾਂ ਮੇਰਾ ਆ ਕੰਮ ਕਰੂ ਉਹ ਚੀਜ਼ ਮਾੜੀ ਨਹੀਂ ਉਹ ਮਾੜੀ ਆ ਉਸ ਤੋਂ ਬਚਣਾ ਚਾਹੀਦਾ ਬਾਕੀ ਸੰਧਾ ਵਾਲੀਆ ਸਾ ਕੈਬਨਿਟ ਮਨਿਸਟਰ ਜੀ ਮੌਜੂਦਾ ਐਮਐਲਏ ਮੌਜੂਦਾ ਐਮਐਲਏ ਵਿਧਾਇਕ ਸਾਹਿਬ ਮਾਨਸੇ ਵਾਲੇ ਉਹ ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਮੈਂ ਆਪਣਾ ਮੰਤਰੀ ਬਰਖਾਸਤ ਕਰ ਰਿਹਾ ਹਾਂ 1% ਕਮਿਸ਼ਨ ਮੰਗਦੇ ਸੀ ਸਾਡੇ ਕੋਲੇ ਆ ਦੇਖੋ ਸਬੂਤ ਨੇ ਉਹਦੇ ਤੋਂ ਬਾਅਦ ਗ੍ਰਿਫਤਾਰੀ ਹੋਈ ਫਿਰ 40 42 43 ਦਿਨ ਬਾਅਦ ਉਹਨਾਂ ਦੀ ਜ਼ਮਾਨਤ ਹੋਈ ਉਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਨਹੀਂ ਉਹਨਾਂ ਨੇ ਇੱਕ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰ ਦਿੱਤੀ ਕਿ ਆ ਦੇਖੋ ਵਿਧਾਨ ਸਭਾ ਸੈਕਟਰੀਏਟ ਦੇ ਵਿੱਚ ਬਾਕੀ ਵਿਧਾਇਕਾਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਹੋਏ ਰੋਲਾ ਪੈ ਗਿਆ ਕਾਂਗਰਸ ਪਾਰਟੀ ਦੇ ਅਫੀਸ਼ੀਅਲ ਪੇਜ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਆਇਆ ਫੇ ਮਾਡਲ ਇਹ ਆਫੇ ਪਰਿਵਰਤਨ ਜਿਹਨੂੰ ਭ੍ਰਿਸ਼ਟ ਕਹਿੰਦੇ ਸੀ ਉਹ ਬੰਦਾ ਨਾਲ ਬਿਠਾਇਆ ਤੁਸੀਂ ਹੁਣ ਦੁੱਧ ਤੋਤਾ ਹੋ ਗਿਆ ਬੰਦਾ ਚਲੋ ਇਹ ਵੀ ਚਰਚਾ ਚੱਲੀ ਕਿ ਭਾਈ ਆਮ ਆਦਮੀ ਪਾਰਟੀ ਨੇ ਪਾਰਟੀ ਚੋਂ ਕਿਉਂ ਨਾ ਕੱਢਿਆ ਹਜੇ ਤੱਕ ਤੁਸੀਂ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕੱਢ ਦਿੱਤੇ ਤੇ ਡਾਕਟਰ ਵਿਜੇ ਸਿੰਘਲਾ بار بار ਇਹ ਦਾਵਾ ਕਰਦੇ ਆ ਕਿ 1 ਰੁਪਿਆ ਵੀ ਮੈਂ ਲਿਆ ਹੋਵੇ 1 ਰੁਪਿਆ ਵੀ ਮੈਂ ਮੰਗਿਆ ਹੋਵੇ 1 ਰੁਪਿਆ ਵੀ ਮੇਰੇ ਕੋਲ ਬ੍ਰਮਧ ਹੋਇਆ ਹੋਵੇ ਫालतू ਮੇਰੀ ਆਪ ਦੀ ਕਮਾਈ ਤੋਂ ਇਲਾਵਾ ਤਾਂ ਤੁਸੀਂ ਫਿਰ ਮੈਨੂੰ ਦੱਸੋ ਇਦਾਂ ਦੀ ਗੱਲੇ ਕੋਈ ਨਹੀਂ ਕਹਿੰਦੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਆਮ ਹੀ ਮੰਨਦੇ ਵਿੱਚ ਆਊਗਾ ਕਿ ਹਾਂ ਫਿਰ ਮੀਟਿੰਗਾਂ ਦੇ ਵਿੱਚ ਇਹਦਾ ਮਤਲਬ ਹੈ ਕਿ ਉਹ ਇੱਕ ਸੰਗਰੂਰ ਦੀ ਇਲੈਕਸ਼ਨ ਤੋਂ ਪਹਿਲਾਂ ਸਟੰਟ ਸੀ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਉਹ ਕੰਮ ਉਦੋਂ ਹੀ ਕੀਤਾ ਸੀ ਪਰ ਦੂਸਰੇ ਪਾਸੇ ਚਰਚਾ ਇਹ ਚੱਲਦੀ ਹੈ ਕਿ ਕੀ ਉਹ ਆਮ ਆਦਮੀ ਪਾਰਟੀ ਦੀ ਮੀਟਿੰਗ ਸੀ ਕੀ ਉਹ ਸਰਕਾਰ ਦੀ ਮੀਟਿੰਗ ਸੀ ਤਿੰਨ ਗੱਲਾਂ ਨੇ ਜੇ ਤਾਂ ਆਮ ਆਦਮੀ ਪਾਰਟੀ ਦੀ ਮੀਟਿੰਗ ਦੇ ਵਿੱਚੋਂ ਬੈਠੇ ਸੀ ਸਵਾਲ ਬਣਦਾ ਜੇ ਸੁਭਾ ਸਰਕਾਰ ਦੀ ਕਿਸੇ ਮੀਟਿੰਗ ਦੇ ਵਿੱਚੋਂ ਬੈਠੇ ਸੀ ਸਵਾਲ ਬਣਦਾ ਹੈ ਤੀਸਰਾ ਇੱਕ ਵਿਧਾਨ ਸਭਾ ਦੀਆਂ ਕਮੇਟੀਆਂ ਹੁੰਦੀਆਂ ਸੰਧਾਲੀਆ ਸਾਹਿਬ ਸਪੀਕਰ ਸਾਹਿਬ ਉਹ ਕਮੇਟੀਆਂ ਬਣਾਉਂਦੇ ਨੇ ਲਾਇਬ੍ਰੇਰੀ ਕਮੇਟੀ ਅਨੁਸ਼ਾਸਨੀ ਕਮੇਟੀ ਹੋਰ ਬਹੁਤ ਸਾਰੀਆਂ ਕਮੇਟੀਆਂ ਹੁੰਦੀਆਂ ਲੇਖਾ ਜੋਖਾ ਕਮੇਟੀ ਉਹਦੇ ਵਿੱਚ ਅਨੁਪਾਤਕ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾਂਦਾ ਕਿ ਭਾਈ ਵਿਰੋਧੀ ਧਿਰ ਦੇ ਵੀ ਇੰਨੇ ਕ ਬੰਦੇ ਲੈਣੇ ਆ ਸੱਤਾਧਾਰੀ ਧਿਰ ਦੇ ਜਿੱਦਾਂ ਵੀ ਜਿੱਤੇ ਨੇ ਰੇਸ਼ੋ ਦੇ ਮੁਤਾਬਕ ਜੇ ਤਾਂ ਉਹ ਵਿਧਾਨ ਸਭਾ ਦੀ ਕਮੇਟੀ ਦੀ ਕੋਈ ਬੈਠਕ ਸੀ ਫੇਰ ਸਾਨੂੰ ਸੋਚਣਾ ਪਊਗਾ ਕਿ ਕੀ ਸਰਕਾਰ ਕਿਸੇ ਮੌਜੂਦਾ ਐਮਐਲਏ ਨੂੰ ਜਿਹਨੂੰ ਅਜੇ ਤੱਕ ਅਯੋਗ ਘਰਾਰ ਨਹੀਂ ਦਿੱਤਾ ਤੇ ਜੇ ਉਹ ਐਮਐਲਏ ਉਸ ਕਮੇਟੀ ਦਾ ਮੈਂਬਰ ਹੈ ਤਾਂ ਕੀ ਸਰਕਾਰ ਉਹਨੂੰ ਰੋਕ ਸਕਦੀ ਹੈ ਕਿ ਕਿਹਦੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਇਹ ਸਾਰੀਆਂ ਗੱਲਾਂ ਕਲੀਅਰ ਹੋ ਜਾਣ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸ਼ੰਕੇ ਨੇ ਆਪਣੇ ਅਨਵਿਰਤ ਹੋ ਜਾਣਗੇ ਅਣੀ ਇਹ ਤਾਂ ਗੱਲ ਹੈਗੀ ਹੈ ਕਿਉਂਕਿ ਹੁਣ ਤੱਕ ਦੀ ਚਰਚਾ ਤੇ ਇਹੀ ਹੈ ਵੀ ਜਦੋਂ ਮੈਂ ਉਹ ਜ਼ਿਕਰ ਤਾਂ ਹੀ ਕੀਤਾ ਵੀ ਮੌਜੂਦਾ ਐਮਐਲਏ ਜੀ ਵੀ ਬੰਦਾ ਐਮਐਲਏ ਦਾ ਹੈਗਾ ਜੀ ਐਮਐਲਏ ਹੈਗਾ ਤੇ ਐਮਐਲਏ ਵਿਧਾਨ ਸਭਾ ਦਾ ਦੇ ਵਿਧਾਨ ਸਭਾ ਦੀ ਕਮੇਟੀ ਦੇ ਹਿਸਾਬ ਨਾਲ ਜੇ ਕਿਸੇ ਵੀ ਕਮੇਟੀ ਏ ਬੀ ਸੀ ਡੀ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਕਰਦਾ ਕਿਸੇ ਦਾ ਵੀ ਨਾਂ ਹੋਵੇ ਤੇ ਉਹ ਬੰਦਾ ਉਸ ਕਮੇਟੀ ਜਾ ਸਕਦਾ ਬਿਲਕੁਲ ਹੋ ਸਕਦਾ ਵੀ ਕੱਲ ਨੂੰ ਇਸ ਚ ਚਰਚਾ ਚੱਲੇ ਸਪੀਕਰ ਸਾਹਿਬ ਦੇ ਅਧਿਕਾਰ ਚੀ ਗੱਲ ਹੈਗੀ ਆ ਕਿ ਉਹ ਕੱਲ ਨੂੰ ਉਸ ਬੰਦੇ ਨੂੰ ਉਸ ਕਮੇਟੀ ਚੋਂ ਕੱਢ ਦੇਣ ਜਾਂ ਉਹ ਰੋਕ ਦੇਣ ਵੀ ਤੁਸੀਂ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਨਹੀਂ ਆਉਣਾ ਜਦ ਤੱਕ ਤੁਹਾਡਾ ਉਹ ਮਸਲਾ ਹੱਲ ਨਹੀਂ ਹੁੰਦਾ ਉਹ ਮੇਰੇ ਖਿਆਲ ਨਾਲ ਇੱਕ ਵੱਖਰਾ ਮਸਲਾ ਪਰ ਜਦ ਤੱਕ ਉਹਦੇ ਚ ਅਜੇ ਕਲੈਰਿਟੀ ਹੈ ਨਹੀਂਗੀ ਉਨੀ ਦੇਰ ਤੱਕ ਤਾਂ ਅਗਲਾ ਆਖੂਗਾ ਵੀ ਮੇਰੋਂ ਵੀ ਮੈਂ ਕਿੜਾ ਸਰਕਾਰੀ ਗਿਆ ਨਾ ਦਰਬਾਰੇ ਗਿਆ ਜੀ ਮੈਂ ਇਹ ਉੱਥੇ ਗਿਆ ਜਿੱਥੇ ਕਮੇਟੀ 'ਚ ਨਾਮਾਂ ਲਿਖਿਆ ਆਹ ਦੇਖੋ ਮੇਰਾ ਨਾਮਾਂ ਲਿਖਿਆ ਜੀ ਸੰਧਾਲੀਆ ਸਭ ਇਹ ਗੱਲ ਤੁਹਾਡੀ ਠੀਕ ਹੈ ਆਪਾਂ ਥੋੜਾ ਜਿਹਾ ਨਾ ਅਗਲੇ ਪਾਸੇ ਨੂੰ ਤੁਰਿਏ ਚੀਨ ਵਾਲੇ ਔਖੇ ਭਾਰੇ ਹੋ ਗਏ ਅਮਰੀਕਾ ਵਾਲਿਆਂ ਦੇ ਉੱਤੇ ਕਿ ਭਾਈ ਤੁਸੀਂ ਆਪਣੀ ਸਪੀਕਰ ਬੀਬੀ ਜਿਹੜੀ ਹੈ ਨੈਂਸੀ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਕਿਉਂ ਭੇਜਿਆ ਤਾਈਵਾਨ ਚੀਨ ਵਾਲੇ ਕਹਿੰਦੇ ਜੀ ਤਾਈਵਾਨ ਸਾਡਾ ਤਾਈਵਾਨ ਵਾਲੇ ਕਹਿੰਦੇ ਅਸੀਂ ਵੱਖਰਾ ਦੇਸ਼ ਸਾਡਾ ਝੰਡਾ ਸਾਡੀ ਕਰੰਸੀ ਸਾਡਾ ਵਪਾਰ ਸਾਡੇ ਲੋਕ ਸਾਡੀ ਵੋਟ ਪ੍ਰਣਾਲੀ ਤੇ ਤੁਹਾਡੇ ਇੱਕ ਪਾਰਟੀ ਸਿਸਟਮ ਹੈ ਭਾਈ ਅਸੀਂ ਕਹਿੰਦੇ ਜੀ ਬੀਬੀ ਨੈਂਸੀ ਜਿਹੜੇ ਸਪੀਕਰ ਨੇ ਪਾਰਲੀਮੈਂਟ ਦੇ ਅਸੀਂ ਉਹਨਾਂ ਨੂੰ ਆਉਣ ਦੇਣਾ ਚਲੋ ਉਹ ਆਏ ਫਾਈਟਰ ਜੈਟ ਉਹਨਾਂ ਨੂੰ ਸਿਕਿਉਰ ਕਰਕੇ ਲੈ ਕੇ ਆਏ ਇੱਕ ਦਿਨ ਉਹ ਰੁਕੇ ਫਿਰ ਦੱਖਣੀ ਕੋਰੀਆ ਚਲੇ ਗਿਆ ਚੀਨ ਵਾਲਿਆਂ ਨੇ ਕਿਹਾ ਸੀ ਅਸੀਂ ਜਹਾਜ਼ ਉਡਾ ਦੇਣਾ ਚੰਗਾ ਕੀਤਾ ਸਿਆਣਪ ਕੀਤੀ ਕੋਈ ਇਦਾਂ ਦਾ ਹਮਲਾ ਨਹੀਂ ਕੀਤਾ ਨਹੀਂ ਤਾਂ ਪੰਗਾ ਬਹੁਤ ਪੈਣਾ ਸੀ ਹੁਣ ਚੀਨ ਵਾਲਿਆਂ ਨੇ ਪਹਿਲੀ ਵਾਰ ਹੁਣ ਤੱਕ ਦੇ ਇਤਿਹਾਸ ਦੇ ਵਿੱਚ 70-72 ਸਾਲ ਹੋ ਗਿਆ ਦੋਨਾਂ ਦੇਸ਼ਾਂ ਨੂੰ ਆਪਸ ਵਿੱਚ ਭੇੜਦੇ ਆ ਪਹਿਲੀ ਵਾਰ ਸਾਰੇ ਤਾਈਵਾਨ ਨੂੰ ਆਲੇ ਦੋਲੇ ਘੇਰ ਲਿਆ ਕਿਉਂਕਿ ਉਹ ਪਾਣੀ ਚ ਹੈ ਦੇਸ਼ ਹਮ ਘੇਰ ਲਿਆ ਉੱਥੇ ਜੰਗੀ ਮਸ਼ਕਾਂ ਕਰਨ ਲੱਗ ਪਏ オリジナル ਅਸਲੀ ਹਥਿਆਰ ਲੈ ਕੇ ਉੱਥੇ ਜਿਹੜਾ ਜੰਗੀ ਅਭਿਆਸ ਕੀਤਾ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਤਾਈਵਾਨ ਤੋਂ ਸਿਰਫ 16 ਕਿਲੋਮੀਟਰ ਦੀ ਦੂਰੀ ਤੇ ਹੈ ਚੀਨ ਵਾਲੇ ਜਾਨੀ ਉਹ ਤਾਂ ਸਮੁੰਦਰ ਦੇ ਵਿੱਚੋਂ ਦੂਰ ਹੈ ਪਰ ਉੱਥੇ ਤੱਕ ਉਹ ਲੈ ਕੇ ਪਹੁੰਚ ਗਏ ਪਲਾਸਟਿਕ ਮਜ਼ਾਈਲਾਂ ਜਿਹੜੀਆਂ 11 ਕਹਿੰਦੇ ਜੀ ਚਲਾਈਆਂ ਉਹਦੇ ਵਿੱਚੋਂ ਕੁਝ ਜਪਾਨ ਵਾਲੇ ਪਾਸੇ ਡਿੱਗੀਆਂ ਕੁਝ ਇਧਰਲੇ ਪਾਸੇ ਡਿੱਗੀਆਂ ਹਵਾਈ ਖੇਤਰ ਦੀ ਵੀ ਕਹਿੰਦੇ ਜੀ ਤਾਈਵਾਨ ਵਾਲਿਆਂ ਦੀ ਉਲੰਘਣਾ ਕੀਤੀ ਤਾਈਵਾਨ ਵਾਲਿਆਂ ਨੇ ਵੀ ਕਹਿ ਤਲ ਲੈ ਜੇ ਚੀਨ ਦੀ ਤਿਆਰੀ ਹੈ ਤਾਂ ਸਾਡੀ ਕਿਹੜੀ ਨਹੀਂ ਤਿਆਰੀ ਅਸੀਂ ਚੀਨ ਨਾਲ ਨਹੀਂ ਰਹਿਣਾ ਚਾਹੁੰਦੇ ਸਾਡਾ ਇੱਕ ਵੱਖਰਾ ਦੇਸ਼ ਹੈ ਆਪਾਂ ਬਹੁਤਾ ਪਿੱਛੇ ਨਹੀਂ ਜਾਂਦੇ ਪਰ ਸੰਧਾਲਿਆ ਸਾਹਿਬ ਤੁਸੀਂ ਦੇਖੋ ਇੱਕ ਪਾਸੇ ਰੂਸ ਦਾ ਯੂਕਰੇਨ ਦੇ ਨਾਲ ਪੰਗਾ ਬਾ ਬਾ ਉਹ ਹੀ ਪਈਆ ਆਮ ਲੋਕਾਂ ਦੀ ਕਿ ਪਈਆ ਦੇਖੋ ਤੇਲ ਦੀਆਂ ਕੀਮਤਾਂ ਵਧ ਗਈਆਂ ਹਰ ਚੀਜ਼ ਦੀ ਕੀਮਤ ਵਧ ਗਈ ਤਾਂ ਜੇ ਚੀਨ ਵਾਲੇ ਇਧਰ ਦੇ ਪਾਸੇ ਲੱਗ ਪਏ ਜੇ ਕਿਤੇ ਤਾਈਵਾਨ ਨਾਲ ਪੰਗਾ ਪੈ ਗਿਆ ਹਥਿਆਰ ਵੇਚਣ ਵਾਲਿਆਂ ਨੇ ਵੇਚ ਜਾਣੇ ਆ ਤੇ ਪੱਲੇ ਤਾਈਵਾਨ ਦੇ ਕੱਖ ਨਹੀਂ ਰਹਿਣਾ ਜੇ ਕੋ ਮੇਰਾ ਖਿਆਲ ਰਮੇਨੀਆ ਕੇ ਅਜ਼ਰਬਾਈਜਾਨ ਉਹ ਵੀ ਆਪਸ ਵਿੱਚ ਫਸੇ ਫਿਰਦੇ ਮਤਲਬ ਇਹ ਆ ਵੀ ਜੇ ਤੇ ਆਪਾਂ ਕੋ ਹਥਿਆਰਾਂ ਲਈ ਫੈਕਟਰੀ ਨਾ ਬਣਾ ਲਈ ਯਾਰ ਇਹ ਧੰਦਾ ਵਧੀਆ ਚਲਾਇਆ ਵੇ ਲੋਕ ਮੈਂ ਜਾਨੀ ਥੋੜੀ ਇਹ ਸੋਚ ਨੂੰ ਸੁਣਾਉਂ ਕਹਿੰਦਾ ਵੀ ਜਿੱਥੋਂ ਲਾਹਾ ਮਿਲਦਾ ਲੀਡਰ ਦੇ ਮਨ ਚ ਆ ਆਮ ਬੰਦਾ ਅਰਦਾਸ ਕਰਦਾ ਮਹਾਰਾਜ ਰੱਬ ਸੱਚਾ ਕਿਤੇ ਲੜਾਈ ਨਾ ਲੱਗ ਜਵੇ ਤੇ ਸਰਦਾਰ ਸਾਹਿਬ ਦੇ ਮਨ ਚ ਹਥਿਆਰਾਂ ਦੀ ਫੈਕਟਰੀ ਬਣਾ ਦਈਏ ਨਹੀਂ ਜੋ ਚਲਦੀਆਂ ਅਗਲਾ ਬੰਦਾ ਤਦੇ ਰਾਜਕਰਤਾ ਹੋਣ ਜਾਵੇਂ ਆਪਾਂ ਅਮਰੀਕਾ ਦੀ ਗੱਲ ਕਰਦੇ ਆ ਉਹਨੂੰ ਆਇਆ ਉਸ ਟਾਈਮ ਤੇ ਲੱਗਿਆ ਵੀ ਯਾਰ ਹੋਰ ਕੁਝ ਨਹੀਂ ਲਵਾ ਧਰਤੀ ਅਫਗਾਨਿਸਤਾਨ ਵਾਲੀ ਲੱਗ ਗਈ ਉੱਥੇ ਜੋ ਕੋ ਚੱਲੀ ਜਾਂਦਾ ਭੁਗਤਿਆ ਤਾਂ ਉੱਥੋਂ ਦੇ ਲੋਕਾਂ ਨੇ ਆ ਨਹੀਂ ਫੈਕਟਰੀ ਬਣਾ ਫਟਾ ਘਮ ਹਿਸਾਬ ਤਾਬ ਕਰਨਾ ਤੁਸੀਂ ਜਾ ਕੇ ਡੀਲ ਕਰਕੇ ਫਟਾਫਾੜਾ ਹਿਸਾਬ ਕਰਕੇ ਦੱਸਿਆਗਾ ਨਾ ਵੀ ਇੰਨੇ ਤੁਸੀਂ ਹੱਥ ਕੋਲੇ ਲੈ ਲਓ ਇੰਨੀ ਫਲਾਨੀ ਚ ਲੈ ਲਓ ਇੰਨੀ ਆਦੋ ਲੈ ਸਕਦੇ ਮੰਜੇ ਤੇ ਨਾ ਲਾ ਲਈ ਜਿਹੜੇ ਦਵਾਈ ਚਾਰ ਖਾਨੇ ਵਾਲੀਆਂ ਬਾਦੇ ਚਾਰ ਮਾਦਾ ਵਾਲੇ ਵੰਬ ਬਾਦੇ ਅਰੇ ਇੱਕ ਗੱਲ ਹੈ ਹੁਣ ਜੇ ਆਪਾਂ ਤਾਇਵਾਂ ਦੀ ਗੱਲ ਕਰਦੇ ਹਾਂ ਵੀ ਜੇ ਤੇ ਤਾਇਵਾਂ ਦੇ ਆਪਣੇ ਡੌਲਿਆਂ ਚ ਜਾਣ ਹੈ ਫਿਰ ਤਾਂ ਉਹ ਜੀ ਸਕਦੇ ਜਿਹਨੂੰ ਜੋ ਮਰਜ਼ੀ ਆਖੀ ਤੇ ਜੇ ਉਹਨੂੰ ਥੋੜਾ ਜਿਹਾ ਆਇਆ ਵੀ ਜਪਾਨ ਵਾਲਿਆਂ ਆਖਿਆ ਵੀ ਕੋਈ ਗੱਲ ਨਹੀਂ ਆਪਾਂ ਨਾਲ ਆ ਵੀਰ ਜਾ ਮੈਡਮ ਨੈਂਸੀ ਪਲੋਸੀ ਗਏ ਸੀ ਤੇ ਉਹਨੂੰ ਐਂ ਲੱਗਦਾ ਵੀ ਅਮਰੀਕਾ ਵਾਲੇ ਵੀ ਆਪਣੇ ਨਾਲ ਨੇ ਜੀ ਤੇ ਫਿਰ ਉਹ ਜ਼ਰੂਰ ਸੋਚਣਾ ਪਾਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਦੋਂ ਉਹ ਮਨ ਲਓ ਡੇਢ 200 ਕਿਲਾ ਇੱਧਰ ਆ ਡੇਢ 200 ਕਿਲਾ ਉੱਧਰ ਆ ਤੇ ਵਿਚਾਲੇ ਡੂਡ ਕਨਾਲ ਵਾਲੇ ਥਾਂ ਨਾਲ ਲੈਕ ਕੋਈ ਨਹੀਂ ਖਲੋਤਿਆਂ ਤੇਰੇ ਨਾਲ ਰਾਹ ਕੋਈ ਨਹੀਂ ਜਾਂਦਾ ਆ ਰਾਹ ਕੋਈ ਨਹੀਂ ਆ ਉਹ ਡੂਡ ਕਨਾਲ ਵਾਲਾ ਜਿਹੜਾ ਵਿਚਾਰਾ ਹੁੰਦਾ ਉਹਨੂੰ ਐਂ ਲੱਗਦਾ ਵੀ ਲੈ ਹਣ ਫਲਾਣਾ ਉਹ ਮੇਰੇ ਨਾਲ ਹੀ ਆ ਪਤਾ ਉਹਨੂੰ ਬਾਅਦ ਚ ਲੱਗਦਾ ਵੀ ਕਦੋਂ ਉਹ ਫਲਾਣਾ ਉਹ ਮੁੜ ਕੇ ਲਖਾ ਕੇ ਲੈ ਜਾਂਦਾ ਸਾਰਾ ਕੁਝ ਤੇ ਬੰਦਾ ਸਹੀ ਯਾਰ ਆਪਾਂ ਇਹ ਚ ਲੈਣਾ ਕੀ ਦੱਸ ਮੈਨੂੰ ਨਾ ਸੰਧਾਲੇ ਸਾਬ ਜ ਲੜਾਈ ਨਾ ਲੱਗੇ ਬਹੁਤ ਸਾਰੇ ਸੱਜਣ ਕਿੱਸੇ ਯਾਰ ਲੜਾਈ ਕਿਤੇ ਲੱਗਣ ਲੱਗੀ ਇਦਾਂ ਹੀ ਯੂਕਰੇਨਲ ਕਹਿੰਦੇ ਸੀ ਹੂੰ ਯੂਕਰੇਨ ਦੇ ਵਿੱਚ ਆਮ ਲੋਕਾਂ ਦੇ ਕੋਲ ਲੰਗਾ ਸੀ ਉਹ ਪੋਲੈਂਡ ਨੂੰ ਚਲੇ ਜਾਂਦੇ ਸੀ ਉਹ ਬਾਕੀ ਦੇਸ਼ਾਂ ਵੱਲ ਨੂੰ ਚਲੇ ਜਾਂਦੇ ਸੀ ਸਾਡੇ ਭਾਰਤੀ ਵਿਦਿਆਰਥੀ ਵੀ ਤਾਂ ਕਿਉਂਕਿ ਜ਼ਮੀਨ ਲੱਗਦੀ ਸੀ ਦੂਜੇ ਦੇਸ਼ਾਂ ਨਾਲ ਉਹਨਾਂ ਨੇ ਕਿਹਾ ਤਾਂ ਆਜੋ ਮਾਮਬੜ ਦੇਖਦੇ ਸੀ ਲੋਕ ਭੱਜਦੇ ਸੀ ਬਾਰਡਰ ਪਾਰ ਕਰ ਜਾਂਦੇ ਸੀ ਅਜੇ ਵੀ ਇੱਥੇ ਨੇ ਟੈਂਟਾਂ 'ਚ ਬੈਠੇ ਆ ਲੱਖਾਂ ਲੋਕ ਹੂੰ ਇੱਥੇ ਤਾਂ ਤਾਈਵਾਨ ਦੇ ਨਾਲ ਕੋਈ ਦੇਸ਼ ਹੀ ਨਹੀਂ ਲੱਗਦਾ ਪਾਣੀ ਹੈ ਕਿਹੜੀਆਂ ਆਪਣੀਆਂ ਕਿਸ਼ਤੀਆਂ ਬਣਾ ਲੈਣਗੇ ਛੋਟੇ-ਛੋਟੇ ਬੱਚਿਆਂ ਵਾਲੇ ਲੋਕ ਕਿੱਥੇ ਨੂੰ ਭੱਜਣਗੇ ਜੇ ਕੱਲ ਨੂੰ ਬਹੁਤ ਜਾਨੀ ਨੁਕਸਾਨ ਹੋਊਗਾ ਜੇ ਕਿਤੇ ਆ ਗੱਲ ਹੋ ਗਈ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਅਮਰੀਕਾ ਵਾਲਿਆਂ ਦਾ ਵੀ ਇੱਕ ਜੰਗੀ ਬੇੜਾ ਕਹਿੰਦੇ ਨੇੜੇ-ਤੇੜੇ ਤੁਰਿਆ ਫਿਰਦਾ ਪਰ ਉਹ ਇੰਨਾ ਨੇੜੇ ਨਹੀਂ ਹੈ ਜਿੱਦਾਂ ਯੂਕਰੇਨ ਦੇ ਵਿੱਚ ਇਹਦਾ ਯੂਐਸਏ ਦਾ ਕੋਈ ਫੌਜੀ ਨਹੀਂ ਗਿਆ ਹਥਿਆਰ ਦਿੱਤੇ ਹੋਣਗੇ ਪੈਸੇ ਦਿੱਤੇ ਹੋਣਗੇ ਗੱਲ ਵੱਖਰੀ ਹੈ ਪਰ ਮੰਨ ਲਓ ਤੁਸੀਂ ਮੈਨੂੰ ਕਹੋਗੇ ਭਾਈ ਆ ਬਾੜ੍ਹ ਕੋਈ ਗੱਲ ਨਹੀਂ ਤੂੰ ਪੈ ਜਾ ਫਲਾਣੇ ਨੂੰ ਆਪਾਂ ਨਾਲ ਹੀ ਆ ਬੈਠੇ ਆ ਤੇ ਮੁੜ ਕੇ ਨਾਲ ਡਾਂਗ ਲੈ ਜਾ ਮਾਰਨੀ ਤੇ ਯਾਰ ਮੈਂ ਹੀ ਆ ਨਹੀਂ 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 ਮੈਂ ਮਾਰੂੰਗਾ ਤਾਂ ਤਾਂ ਜ ਮੇਥੋਂ ਵੱਜੂ ਅਗਲੇ ਦੇ ਨਹੀਂ ਮੁੜ ਕੇ ਜਦੋਂ ਬਾਅਦ ਫੈਸਲਾ ਹੋਣਾ ਨਾ ਮੈਂ ਸਮਝਾਇਆ ਇਹਨੂੰ ਐਵੇਂ ਕਮਲਾ ਹੈਗਾ ਉੱਤੇ ਬੜ ਪੈ ਗਿਆ ਕੋਈ ਨਹੀਂ ਦੱਸਾਂਗੇ ਨੂੰ ਨਹੀਂ ਨਹੀਂ ਦਵਾਈ ਦਵਾਂ ਨਹੀਂ ਤੈਨੂੰ ਨਹੀਂ ਉਹਦੇ ਟਾਂਗੇ ਟੋਕੇ ਲਵਾਏ ਜਾਂਦੇ ਇੱਕ ਉਹਦੇ ਅਗਲੇ ਵੀ ਤਦੇ ਛੜਨਾ ਵੀ ਯਾਰ ਉਹਨੂੰ ਮਰਨਾਉ ਪਿਆ ਚੱਲ ਕੋਈ ਗੱਲ ਨਹੀਂ ਬਾਅਦ ਚ ਯਾਰ ਤੈਨੂੰ ਇਦਾਂ ਥੋੜਾ ਆਖਿਆ ਵੀ ਤੂੰ ਤੇ ਜਾ ਕੇ ਸਦਾ ਹੱਥੀ ਪੈ ਗਿਆ ਇਦਾਂ ਨਹੀਂ ਕਰੀ ਦਿੰਦਾ ਇੱਕ ਨਾ ਸੰਧਾਲੀਆ ਸਾਹਿਬ ਮੈਂ ਹੈਰਾਨ ਸੀ ਕਿ ਕੰਪਿਊਟਰ ਟੈਕਨੋਲ ਪਾਈਵਨ ਬਹੁਤ ਅੱਗੇ ਹੈ ਬਹੁਤ ਜ਼ਿਆਦਾ ਅੱਗੇ ਹੈ ਮੈਂ ਸੋਚਦਾ ਸੀ ਕਿ ਜਿੱਥੇ ਦੇ ਲੋਕ ਇੰਨੇ ਦਿਮਾਗੀ ਹੋਣਗੇ ਇੰਨਾ ਬਰੀਕ ਕੰਮ ਕਰ ਲੈਂਦੇ ਆ ਇੱਕ ਕੰਪਿਊਟਰ ਟੈਕਨੋਲੋਜੀ ਦੇ ਵਿੱਚ ਅੱਗੇ ਨੇ ਬਹੁਤ ਸਾਰੇ ਦੇਸ਼ਾਂ ਨੂੰ ਐਕਸਪੋਰਟ ਹੁੰਦਾ ਉੱਥੋਂ ਸਮਾਨ ਜੇ ਉਹਨੂੰ ਅਸੀਂ ਥੇ ਕਰਦੇ ਆਂਗੇ ਲੋਕ ਲੜਾਈ 'ਚ ਮਰਨ ਗਏ ਤਾਂ ਕਿੰਨੇ ਵਧੀਆ ਦਿਮਾਗ ਨੇ ਜਿਹਨਾਂ ਨੂੰ ਦੁਨੀਆ ਦੇ ਭਲੇ ਲਈ ਵਰਤੋ ਭਾਈ ਤੇ ਇੱਕ ਹੋਰ ਜਿਹੜੀ ਸਮੱਸਿਆ ਆਮ ਬੰਦਾ ਕਹੂਗਾ ਪੰਜਾਬ ਦੇ ਵਿੱਚ ਬੈਠੇ ਫਮਨ ਸਿੰਘ ਜੀ, RAM ਰੱਖਾ ਜੀ, ਰਮਦੀਨ ਹੋਰੀ ਕਹਿਣਗੇ ਜੀ ਸਾਨੂੰ ਕੀ ਦੁਨੀਆ ਦੇ 50% ਕੰਟੇਨਰ ਵਾਲੇ ਜਿਹੜੇ ਸ਼ਿਪ ਨੇ ਕਾਰਗੋ ਸ਼ਿਪ ਜਿਨ੍ਹਾਂ ਦੇ ਵਿੱਚ ਸਮਾਨ ਢੋਆ ਜਾਂਦਾ ਕੰਟੇਨਰ ਉਹ 50% ਸ਼ਿਪ ਚੀਨ ਤੇ ਉਥੋਂ ਦੀ ਧਰਤੀ ਦੇ ਤਾਈਵਾਨ ਦੀ ਉਹਦੇ ਜਲ ਦੇ ਵਿੱਚ ਦੀ ਨਿਕਲਦੇ ਆ 50% ਕੁਦਰਤੀ ਗੈਸ ਨੈਚੁਰਲ ਗੈਸ ਉਹ ਬਹੁਤ ਸਾਰੀ ਸਮੁੰਦਰੀ ਜਹਾਜ਼ਾਂ ਦੇ ਵਿੱਚ ਉਥੋਂ ਦੀ ਢੋਈ ਜਾਂਦੀ ਉਹ ਕੁਦਰਤੀ ਰਾਹ ਆ ਤੇ ਜੇ ਉੱਥੇ ਜਹਾਜ਼ ਤੁਰੇ ਫਿਰਦੇ ਆ ਉੱਥੇ ਜੰਗੀ ਬੇੜੇ ਤੁਰੇ ਫਿਰਦੇ ਆ ਕਿਹੜੀ ਕੰਪਨੀ ਆ ਪ੍ਰਾਈਵੇਟ ਕੰਪਨੀ ਜਿਹੜੀ ਕਹੂਗੀ ਕੋਈ ਗੱਲ ਨਹੀਂ ਅਸੀਂ ਆਪਣਾ ਸਮੁੰਦਰੀ ਜਹਾਜ਼ ਉੱਥੇ ਭੇਜਾਂਗੇ ਤੁਸੀਂ ਲਿਆਓ ਕੰਟੇਨਰ ਕਿਸੇ ਨੇ ਵਪਾਰ ਪੂਰਨੀ ਕਰਨਾ ਤੇ ਫਿਰ ਕੱਲ ਨੂੰ ਕੀਮਤਾਂ ਜਦੋਂ ਐ ਤਾਂ ਉਹ ਜਾਣੀਆਂ ਨਾ ਫਿਰ ਪਟਾਕੇ ਪੈਣੇ ਆ ਇਧਰ ਆਪਾਂ ਸੁਣਦੇ ਆ ਆ ਕੋਵਿਡ ਆਇਆ ਸੀ ਉਦੋਂ ਕੰਮ ਵਧ ਗਿਆ ਆ ਰੂਸ ਯੂਕਰੇਨ ਵਾਲਾ ਕੰਮ ਲੱਗਿਆ ਉਦੋਂ ਕੰਮ ਵਧ ਗਿਆ ਤੇ ਜਿਹੜੇ ਵੀ ਕਿਸੇ ਕਾਰੋਬਾਰੀ ਨਾਲ ਗੱਲ ਕਰੀਏ ਇੱਥੇ ਅਗਲਾ ਕਹਿੰਦਾ ਜੀ ਉਦੋਂ ਇੰਨੇ ਕਿਜ ਆ ਜਾਂਦਾ ਇਹ ਕੰਟੇਨਰ ਆ ਜਦੋਂ ਦਾ ਸਿਆਪਾ ਜਾ ਪਿਆ ਉਦੋਂ ਫੋਨ ਤਾਂ ਕਰੀਦਾ ਅਗਲਾ ਕਹਿੰਦਾ ਕੋਈ ਨਹੀਂ ਭੇਜਾਂਗੇ ਜੀ ਉਦੋਂ ਬਾਅਦ ਅਗਲਾ ਰੇਟ ਵਧਾਈ ਜਾਂਦਾ ਰੇਟ ਵਧਾਈ ਜਾਂਦਾ ਹੁਣ ਤੇ ਦੇਖੋ ਸਿਆਪਾ ਹੁਣ ਪਹਿਲੇ ਦੇ ਨਹੀਂ ਜੋ শ্রীলঙ্কা ਚ ਹੋਇਆ ਉਹਦੇ ਬਾਰੇ ਵੀ ਚਰਚਾ ਚੱਲੀ ਜਾਂਦੀ ਵੀ ਚਾਈਨਾ ਵਾਲੇ ਉਧਰ ਨੂੰ ਵੀ ਗਿਡੇ-ਗੂਡੇ ਮਾਰਦੇ ਹਨ ਹੌਲੀ-ਹੌਲੀ ਜਾਜੂ ਜਾਜੀ ਉਧਰ ਨੂੰ ਹੀ ਹੋਏ ਕਿਉਂਕਿ ਬੰਦਰਗਾਹ ਤੇ ਅਗਲੇ ਨੇ ਬਣਾਈਆਂ ਉੱਥੇ ਔਰ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਐਨੀ ਧਰਤੀਆਂ ਚਾਈਨਾ ਕਿਤੇ ਨਿਕਾਜਾ ਐਨੀ ਦੁਨੀਆਂ ਲਈ ਫਿਰਦੇ ਹੋ ਤੁਸੀਂ ਉਹਦੇ ਬਾਅਦ ਜੁੱਤ ਵੀ ਪਤਾ ਨਹੀਂ ਵੀ ਕਿਉਂ ਕਦੀ ਉੱਥੇ ਜਾ ਕੇ ਟਾਪੂ ਦਾ ਬਲੈਕ ਦੇ ਉੱਥੇ ਜਾ ਕੇ ਟਾਪ ਟਾਪੂ ਦਾ ਇਹੜਾ ਸ਼ਾਹੂਕਰਾ ਨਾ ਦਿਮਾਗ ਫਸਿਆ ਇਹ ਵੀ ਮਾੜਾ ਨਹੀਂ ਦੇਖ ਤੁਸੀਂ ਦੇਖੋ ਹਰ ਇੱਕ ਨਾ ਹੀ ਪੰਗਾ ਆਪਾਂ ਕਹਿੰਦੇ ਹਾਂ ਕਿ ਚੰਦਰਾਗਵੰਡ ਨਾ ਹੋਵੇ ਆਪਾਂ ਕਹਿੰਦਾ ਆ ਇਧਰਲੇ ਪਾਸੇ ਹਿਮਾਚਲ ਵਾਲੇ ਪਾਸੇ ਵੀ ਚੀਨ ਕਹਿੰਦੀ ਜੀ ਸਾਡਾ ਉਧਰਲੇ ਪਾਸੇ ਜਾਪਾਨ ਦੇ ਕਈ ਟਾਪੂ ਨੇ ਉਥੇ ਵੀ ਕਹਿੰਦੇ ਜੀ ਇਹ ਸਾਡੇ ਬੰਦਾ ਕੋਈ ਨਹੀਂ ਰਹਿੰਦਾ ਮਿੱਟੀ ਐ ਥੇ ਉਹ ਵੀ ਸਾਡਾ ਤਾਈਵਾਨ ਵੀ ਸਾਡਾ ਯਾਨੀ ਹੁਣ ਤੁਸੀਂ ਦੇਖੋ ਮਕਾਓ ਤੇ ਹਾਂਗਕਾਂਗ ਪਹਿਲਾਂ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਸੀ ਚੀਨ ਨਾਲ ਕੋਈ ਗੱਲ ਨਹੀਂ ਆਜੋ ਤੁਸੀਂ ਹੁਣ ਹੌਲੀ ਹੌਲੀ ਕਹਿੰਦੇ ਆਜੋ ਹੋਏ ਤੁਸੀਂ ਹੁਣ ਰੌਲਾ ਤੇ ਇਹੀ ਆ ਨਾ ਕਿ ਸਾਰੀ ਦੁਨੀਆ ਦਬ ਲੋਂਗੇ ਯਾਰ ਜਾਣਾ ਕਿਧਰਲੇ ਪਾਸੇ ਨੂੰ ਐ ਆਪਾਂ 1920 ਦੇ ਆਸ-ਪਾਸ 14 18 ਵਾਲਾ ਬਿਸ਼ਪ ਚੁੱਧ ਦੇਖਿਆ ਫੇ 39 43 44 ਵਾਲਾ ਦੇਖਿਆ ਕਿੰਨੇ ਨੁਕਸਾਨ ਸੀ ਆਪਾਂ ਹੋਰ ਨੁਕਸਾਨ ਥੋੜੀ ਕਰਾ ਸਕਦੇ ਆ ਮਸੀ 올림픽 ਖੇਡਾਂ ਹੁੰਦੀਆਂ ਕਾਮਨਵੈਲਥ ਖੇਡਾਂ ਹੁੰਦੀਆਂ ਲੋਕ ਇੱਕ ਦੂਜੇ ਪਾਸੇ ਨੂੰ ਚੀਨ ਤੇ ਤਾਈਵਾਨ ਦੇ ਲੋਕ ਆਉਂਦੇ ਜਾਂਦੇ ਇੱਕ ਦੂਜੇ ਨਾਲ ਹੂੰ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਲੋਕ ਬੜੇ ਵਧੀਆ ਰਿਸ਼ਤੇਦਾਰੀਆਂ ਨੇ ਜਹਾਜ਼ ਚੱਲਦੇ ਆ ਮubar ਵੀ ਚੱਲਦਾ ਲੀਡਰ ਲੜੀ ਜਾਂਦੇ ਆ ਲੀਡਰ ਐਵੇਂ ਨਹੀਂ ਲੜਦੇ ਲੀਡਰ ਕਿਸੇ ਨਾ ਕਿਸ ਗੱਲ ਨੂੰ ਲੜਦੇ ਵੈਸੇ ਤਾਂ ਮੈਂ ਸੋਚਦਾ ਨਾ ਵੀ ਲੀਡਰ ਹੋ ਗਿਆ ਜਾਂ ਕੋਈ ਬੰਦਾ ਹੋ ਗਿਆ ਹੂੰ ਹੂੰ 60 70 ਸਾਲ ਉਮਰ ਹੁੰਦੀ ਹੈ ਜੀ ਜਿਹਦੇ ਥੋੜੀ ਬਹੁਤ ਨੂੰ ਸਮਝ ਆ ਪਹਿਲਾਂ ਨਿਆਣ ਪੋਣਾ ਲਾ ਲਓ ਜਾਂ ਮਗਰਲੀ ਉਮਰੇ ਦੇ ਕਹਿੰਦੇ ਹੁਣ ਬਾਪੂ ਦਾ ਪਾਂਜਾ ਬਾਹਰ ਕਰ ਦਿਓ ਹੂੰ ਹੂੰ ਵੀ 60ਾਂ ਕ ਸਾਲਾਂ ਦੇ ਵਿੱਚ ਉਹਨੂੰ ਐਂ ਲੱਗਦਾ ਵੇ ਮੈਂ ਇੱਧਰ ਲੀਕਾਂ ਮਾਰਦਿਆਂ ਮੈਂ ਇੱਧਰ ਕਰਲਾਂ ਮੈਂ ਆ ਕਰਨਾ ਆ ਵੀ ਮੇਰਾ ਆ ਵੀ ਮੇਰਾ ਮੈਨੂੰ ਸਭਨੇ ਆਉਂਦੀ ਹੁੰਦੀ ਹੁੰਦੀ ਵੀ ਭਲਿਆ ਲੋਕਾ ਜਦੋਂ ਤੂੰ ਜੰਮਿਆ ਨਹੀਂ ਸੀ ਉਦੋਂ ਵੀ ਦੁਨੀਆ ਚੱਲਦੀ ਜੀ ਤੇ ਜਿੱਦਣ ਚਾਰ ਬੰਦੇ ਨੇ ਚੋਕੇ ਛਾੜਣੋਂ ਕਿਦਨੇ ਕਿਤੇ ਭਵੇਂ ਦੱਬੋਂ ਭਵੇਂ ਫੂਕੋਂ ਉਦੋਂ ਬਾਅਦ ਵੀ ਦੁਨੀਆ ਚੱਲਣੀ ਫੇ ਕਾਹਦੀਆਂ ਲੜਾਈਆਂ ਨੇ ਮੈਂ ਖਬਰ ਪੜ ਬਹੁਤ 1200 ਸਾਲ ਪੁਰਾਣਾ ਇੱਕ ਉਹ ਮੰਦਿਰ ਲੱਭਿਆ ਕਹਿੰਦੇ ਵੀ ਹੁਣ ਉਹਨੂੰ ਦੁਬਾਰਾ ਬਣਾਇਆ ਜਾਣਾ ਚੰਗੀ ਗੱਲ ਹੈ ਹੁਣ ਅੱਜ ਉੱਥੇ ਜਿਵੇਂ ਦਾ ਮਾਹੌਲ ਹੈ ਤੁਸੀਂ 1200 ਸਾਲ ਪਹਿਲਾਂ ਦੇਖ ਲਓ ਵੀ ਜੇ ਉੱਥੇ ਉਹ ਮੰਦਿਰ ਸੀ ਤੇ ਉੱਥੇ ਮਾਹੌਲ ਕਿਵੇਂ ਦਾ ਹੋਊਗਾ ਧਰਤੀਆਂ ਤੇ ਬਦਲਦੀਆਂ ਰਹਿੰਦੀਆਂ ਲੋਕ ਜਿੱਥੇ ਜਿਵੇਂ ਦੇ ਆਉਂਦੇ ਨੇ ਉੱਥੇ ਉਹਵੇਂ ਦਾ ਹੋ ਜਾਂਦਾ ਸੋ ਬੰਦੇ ਨੂੰ ਐਡਜਸਟ ਕਰਨਾ ਵੀ ਸਿੱਖਣਾ ਚਾਹੀਦਾ ਤੇ ਜੇ ਬਾਸ ਉਹ ਆਖਣਾ ਵੀ ਨਾ ਮੈਂ ਕਹਿਦਾ ਤੇ ਹੁਣ ਫਿਰ ਇਦਾਂ ਹੀ ਆ ਤੇ ਫਿਰ ਉੱਥੇ ਤੇ ਛੇਤਰਪੌਲਾ ਦੇ ਇਹਾਜ ਤੇ ਬੰਬ ਹੀ ਆ ਔਰ ਤੇ ਕੁਝ ਨਹੀਂ ਇਹ ਸੰਧਾਲੀਆ ਸਾਬ ਤੁਹਾਡੀ ਗੱਲ ਠੀਕ ਹੈ ਬ ਇਧਰ ਕਾਂਗਰਸ ਬਚੇ ਅਸੀਂ ਰਾਹੁਲ ਗਾਂਧੀ ਉਹਨਾਂ ਕਹਿੰਨੇ ਕਿ ਬਚ ਲੋ ਭਾਈ ਜੇ ਬਚ ਸਕਦੇ ਹੋ ਤੁਸੀਂ ਇਹ ਦੇਖੋ ਮਹਾਰਾਸ਼ਟਰ ਦੇ ਵਿੱਚੋਂ ਕਿੰਨੇ ਵੱਖ-ਵੱਖ ਪਾਰਟੀਆਂ ਦੇ ਲੀਡਰ ਇਧਰ ਆ ਗਏ ਸ਼ਿਵ ਸੇਨਾ ਦੇ ਕਿੰਨੇ ਬੰਦੇ ਆ ਗਏ ਕਾਂਗਰਸ ਤੇ ਵੀ ਛੱਡ ਕੇ ਆ ਗਏ ਮੱਧ ਪ੍ਰਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਜੋਤਿਰਦੇ ਦਿੱਤੀ ਇਹ ਸਿੰਧੀ ਅਗਵਾ ਲਿਆ ਸੀ ਯੂਪੀ ਦੇ ਵਿੱਚੋਂ ਕਿੰਨੇ ਬੰਦੇ ਗੋਆਲੇ ਆ ਹੁਣ ਰਹਿੰਦੀ ਖੁੰਦੀ ਕਸਰ ਹਰਿਆਣੇ 'ਚ ਹਰਿਆਣੇ ਤੋਂ ਪਹਿਲਾਂ ਪੰਜਾਬ ਵਾਲੇ ਕਿਹੜਾ ਗਏ ਨਹੀਂ ਕਾਂਗਰਸੀ ਬੀਜੇਪੀ 'ਚ ਹੁਣ ਤੁਸੀਂ ਦੇਖੋ ਜਿੱਥੋਂ ਵੀ ਕੋਈ ਜਾਂਦਾ ਬੀਜੇਪੀ ਜਾ ਰਿਹਾ ਹੈ ਤੇ ਆ ਜਿਹੜੇ ਸੱਜਣ ਕੁਲਦੀਪ ਬਿਸ਼ਨੋਈ ਹਰਿਆਣੇ ਦੇ ਵਿੱਚੋਂ ਗਏ ਨੇ ਕਈ ਵਾਰ ਦਾ ਐਮਪੀ ਕਈ ਵਾਰ ਦਾ ਐਮਐਲਏ ਬੰਦਾ ਇਹਦਾ ਮਤਲਬ ਹੈ ਕਿ ਜੇ ਕਾਨੂੰ ਭពਿੰਦਰ ਸਿੰਘ ਹੁੱਡਾ ਉਹ ਰੀ ਕੁਮਾਰੀ ਸ਼ੈਲਜਾ ਹੋਰੀ ਕਰਨ ਲੈ ਅਸੀਂ ਉਹ ਹੀ ਦਾਇਰਨ ਕਰਦੇ ਹਾਂ ਕਿ ਨਾ ਬੰਦਿਆਂ ਨਹੀਂ ਆ ਕੰਮ ਹੁੰਦੇ ਆ ਯਾਨੀ ਸਾਰੇ ਜਣੇ ਬਾਕੀ ਧਰਾਂ ਨੂੰ ਛੱਡੀ ਜਾਂਦੇ ਆ ਬੀਜੇ ਇੱਕ ਪੱਛਮੀ ਬੰਗਾਲ અપਵਾਦ ਜ਼ਰੂਰ ਆ ਕਿ ਉੱਥੇ ਬੀਜੇਪੀ ਵਾਲੇ ਕੁਝ ਛੱਡ ਕੇ ਤਨਮੂਲ ਕਾਂਗਰਸ ਦੇ ਵਿੱਚ ਆਏ ਆ ਨਹੀਂ ਤਾਂ ਬਾਕੀ ਸਾਰੇ ਭਾਰਤ ਦੇ ਵਿੱਚ ਕੰਮ ਦੂਸਰੇ ਪਾਸੇ ਹੀ ਆ ਹੁਣ ਮਲਿਕ ਅਰਜੁਨ ਖੜਗੇ ਨੂੰ ਈਡੀ ਦਾ ਸਮਨ ਗਿਆ ਵਿਰੋਧੀ ਧਰ ਦੇ ਨੇਤਾ ਨੇ ਪਾਰਲੀਮੈਂਟ ਦੇ ਵਿੱਚ ਉਹ ਕਾਂਗਰਸ ਦੇ ਲੀਡਰ ਨੇ ਉਹ ਬੰਦਾ ਉੱਥੇ ਖੜਾ ਉਹ ਪਾਰਲੀਮੈਂਟ ਉਹ ਕਹਿੰਦੇ ਪਾਰਲੀਮੈਂਟ ਦੀ ਕਾਰਵਾਈ ਚੱਲਦੀ ਮੈਂ ਪਾਰਲੀਮੈਂਟ 'ਚ ਬੈਠਾ ਮੈਨੂੰ ਟੈਲੀਫੋਨ ਆ ਗਿਆ ਕਿ ਜੀਡੀ ਦਾ ਸਮਰਾ ਇੰਨੇ ਵਜੇ ਆਜੋ ਕਹਿੰਦੇ ਜੀ ਕੋਈ ਮੈਨੂੰ ਇੱਧਰ ਸਮਨ ਭੇਜ ਸਕਦਾ ਮੋਰੇ ਮੰਤਰੀ ਸਾਹਿਬ ਕਹਿੰਦੇ ਜੀ ਅਸੀਂ ਨਹੀਂ ਏਜੰਸੀਆਂ ਦੇ ਕੰਮ 'ਚ ਦਖਲ ਦਿੰਦੇ ਅਗਲੇ ਨੇ ਕਹੇ ਗੱਲ ਨਹੀਂ ਸਦਿਆ ਹੋਊਗਾ ਜਾ ਕੇ ਆਓ 7-8 ਘੰਟੇ ਪੁੱਛ ਕੇ ਸ਼ੁਨਾਤ ਹੋਈ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰ ਉਹਦਾ ਬੀਬੀ ਪਤਾ ਨਹੀਂ ਠੀਕ ਹੋਇਆ ਹੋਣਾ ਕਿ ਨਹੀਂ ਉਹ ਸਮੇਂ-ਸਮੇਂ ਦੀਆਂ ਬਾਤਾਂ ਜਿਹੜੇ ਬੰਦੇ ਤੁਸੀਂ ਕਹਿੰਨੇ ਵੀ ਇੱਧਰੋਂ ਉੱਧਰ ਚੱ ਵੀ ਮੰਨ ਲਓ ਮੈਂ ਆ ਜਾਂ ਤੁਸੀਂ ਆ ਵੀ ਜੇ ਹੁਣ ਵਾਟਸਐਪ ਨੇ ਆਏ ਵੀ ਮੈਂ ਵੀ ਮੇਰੀ ਪਾਰਟੀ ਤੁਸੀਂ ਮੈਂ ਵੀ ਤੇਰਾ ਪੱਕਾ ਬੰਦਾ ਕੀ ਕਰਨਾ ਐਮਐਲ ਦੀ ਟਿਕਟ ਚਾਹੀਦੀ ਉਹ ਜੇ ਮੈਂ ਨਹੀਂ ਦੇ ਰਿਹਾ ਤੇ ਕੋਈ ਹੋਰ ਬੰਦਾ ਆ ਕੇ ਵੀ ਆ ਜਾ ਤੂੰ ਮੇਰੇ ਨਾਲ ਮੈਂ ਤੈਨੂੰ ਐਮਐਲ ਦੀ ਟਿਕਟ ਦੇ ਦੇਣਾ ਤੂੰ ਸੌਦਾ ਤੇ ਉਹੀ ਚਾਹੀਦਾ ਮਾਰ ਕੇ ਬਦਲਾਉ ਕਿਤੇ ਕੋਈ ਗੱਲ ਨਹੀਂ ਜੀ ਪਹਿਲਾਂ ਪੰਜ ਦੇ ਵੋਟਾਂ ਮੰਗਿਦਿਆਂ ਸੀ ਹੁਣ ਕਮਲ ਦੇ ਨਿਸ਼ਾਨ ਤੇ ਮੰਗ ਲਵਾਂ ਕੀ ਫਰਕ ਪੈਂਦਾ ਨਹੀਂ ਗੱਲ ਤੁਹਾਡੀ ਠੀਕ ਹੈ ਸੰਧਾਲੀ ਸਾਹਿਬ ਚੇਤਾ ਆ ਗਿਆ ਸਵੇਰ ਵਾਲੇ ਪ੍ਰੋਗਰਾਮ ਪ੍ਰਾਈਮ ਟਾਈਮ ਦੇ ਵਿੱਚ ਗੁਰਦੇਵ ਸਿੰਘ ਸੇਖੋ ਨਾਲ ਗੱਲਬਾਤ ਕੀਤੀ ਉਹਨਾਂ ਨੇ ਇੱਕ ਨਵੀਂ ਗੱਲ ਕਰ ਦਿੱਤੀ ਕਿਉਂਕਿ ਜਿਹੜੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਉਹ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉੱਥੋਂ ਹੀ ਵੀਸੀ ਸਾਹਿਬ ਦਾ ਰੌਲਾ ਪਿਆ ਸੀ ਹੁਣ ਸੇਖੋ ਸਾਹਿਬ ਕਹਿੰਦੇ ਜੀ ਸਾਨੂੰ ਤਾਂ ਡੇਢ ਦਹਾਕਾ ਹੋ ਗਿਆ ਅਸੀਂ ਇੱਕ ਸੰਸਥਾ ਬਣਾਈ ਹੈ ਉਸ ਹਸਪੀਟਲ ਦੇ ਵਿੱਚ ਮਰੀਜ਼ਾਂ ਦੇ ਲਈ ਉਹਨਾਂ ਦੇ ਰਿਸ਼ਤੇ ਨਾਲੇ ਰੋਜ਼ ਲੰਗਰ ਜਾਂਦਾ ਤਿੰਨ ਟਾਈਮ ਚਾਹ ਜਾਂਦੀ ਹੈ ਪੀ ਸਾਡਾ ਵਾਹ ਬਹੁਤ ਆ ਮੈਂ ਤਿੰਨ ਮਹੀਨਿਆਂ ਬਾਅਦ ਕਹਿੰਦੇ ਜੀ ਬਲੱਡ ਨੇਟ ਕਰਦਾ ਰੋਜ਼ ਕਹਿੰਦੇ ਹਸਪਤਾਲ ਮੇਰਾ ਚੱਕਰ ਲੱਗਦਾ ਹੁਣ ਵਿਦੇਸ਼ ਆਏ ਹੋਏ ਆ ਉਹਨਾਂ ਨੇ ਕਿ ਨਵੀਂ ਮੈਂ ਕਿਹਾ ਜੀ ਗੱਦਿਆਂ ਦਾ ਕਿੱਦਾਂ ਵੀ ਯਾਨੀ ਜਿਪਸ ਉਲਟਾ ਤੁਸੀਂ ਵੀ ਸੀ ਸਾਹਿਬ ਨੂੰ ਮਾੜਾ ਕਹੋ ਚੰਗਾ ਕਹੋ ਵੱਖਰੀ ਗੱਲ ਆ ਪਰ ਉਹਨਾਂ ਨੇ ਤਨਖਾਹ ਲੈਣੀ ਆ ਡਾਕਟਰ ਨੇ ਉਹਨੇ ਇਲਾਜ ਕਰਨਾ ਹੈ ਜੇ ਤੁਸੀਂ ਕਹੋ ਕਿ ਆਪਣੀ ਤਨਖਾਹ ਦੇ ਵਿੱਚੋਂ ਅਗਲਾ ਬੰਦਾ ਗੱਦੇ ਖਰੀਦ ਕੇ ਲਿਆਵੇ ਕੁਛ ਹੋਵੇ ਉਹ ਤਾਂ ਸੰਭਵ ਨਹੀਂ ਉਹ ਕਹਿੰਦੇ ਜੀ ਮੈਂ ਤੁਹਾਨੂੰ ਦੱਸ ਦੇ ਨਹੀਂ ਕਹਿੰਦੇ ਮੈਂ ਨਹੀਂ ਕਿ ਨਾ ਮਾੜੇ ਨੇ ਬੜੇ ਵਧੀਆ ਬੰਦੇ ਨੇ ਬਾਕੀ ਡਾਕਟਰਾਂ ਦੀ ਉਹਨਾਂ ਨੇ ਬੜੀ ਸੇਫਤ ਕੀਤੀ ਪਰ ਉਹ ਕਹਿੰਦੇ ਯੁਵਰਾਜ ਸਿੰਘ ਜਿਹੜਾ ਕਰੈਕਟਰ ਹੈ ਉਹਨੇ 2 ਕਰੋੜ ਦਾ ਸਮਾਨ ਹਸਪਤਾਲ ਨੂੰ ਦਿੱਤਾ ਇਸੇ ਨੂੰ ਤੇ ਬਹੁਤ ਸਾਰੇ ਗੱਦੇ ਵੀ ਦਿੱਤੇ ਆ ਉਹ ਕਹਿੰਦੇ ਗੱਦੇ ਸਟੋਰ ਚ ਹੀ ਪਏ ਆ ਇੱਥੇ ਗੰਦੇ ਜਿਹੜੇ ਗੱਦੇ ਨੇ ਜਿਨ੍ਹਾਂ ਨੂੰ ਉਲੀ ਲੱਗੀ ਆ ਉਹ ਸਕਿਨ ਵਾਲੇ ਬਾੜ ਦੇ ਵਿੱਚ ਉਹ ਪਏ ਨੇ ਹੁਣ ਮੈਂ ਉਹਨੂੰ ਪੁੱਛ ਲਿਆ ਮੈਂ ਕਹਾ ਵੀ ਤੁਸੀਂ ਉਹਨਾਂ ਨੂੰ ਕਹੋ ਕਹਿੰਦੇ ਜੀ ਉਹ ਕਹਿੰਦੇ ਜੀ ਨਵਾਂ ਹਾਲ ਬਣਾ ਕੇ ਉੱਥੇ ਰੱਖਣੇ ਹੁਣ ਜੇ ਤਾਂ ਗੱਦੇ ਨਹੀਂ ਆਏ ਫੇਰ ਗੰਦੇ ਗੱਦੇ ਉੱਥੇ ਰੱਖਿਆ ਕੋਈ ਗੱਲ ਨਹੀਂ ਪਰ ਜੇ ਕਿਸੇ ਬੰਦੇ ਨੇ ਡੋਨੇਟ ਕੀਤੇ ਹੋਏ ਨੇ ਕਿਸੇ ਸੰਸਥਾ ਨੇ ਗੱਦੇ ਡੋਨੇਟ ਕੀਤੇ ਤੇ ਉੱਥੇ ਸਾਫ਼ ਸੁਥਰੇ ਗੱਦੇ ਪਏ ਆ ਉਹਦੀ ਵਰਤੋਂ ਨਹੀਂ ਕੀਤੀ ਗਈ ਫਿਰ ਸਵਾਲ ਖੜਦਾ ਹੈ ਨਹੀਂ ਨਹੀਂ ਸਵਾਲ ਖੜਦਾ ਅਗਲੇ ਕਹਿੰਦੇ ਹਾਲ ਬਣਾਉਣਾ ਫੇਰ ਅਸੀਂ ਉਹਦੇ ਗੱਦੇ ਰੱਖਣੇ ਕਿਉਂਕਿ ਗੱਦੇ ਦੇ ਆ ਗਏ ਉਹ ਤਾਂ ਹੁਣ ਦੇਗਾ ਕੋਈ ਬੰਦਾ ਹਾਲ ਦੀ ਗੱਲ ਤੁਸੀਂ ਗੱਲ ਕਰੋ ਫਿਰ ਵੀ ਇਹ ਨੇ ਵੀ ਸਰਿਆਤ ਤੇ ਫਿਰ ਸੀਮਿੰਟ ਤੇ ਫਿਰ ਕਿਥੋਂ ਆਣੀਆਂ ਬਜਰੀ ਬਿਹਾਰ ਦੇ ਵਿੱਚ ਇੱਕ ਲੀਡਰ ਸੀ ਉਹ ਲੀਡਰ ਕਿਤੇ ਰੈਲੀ ਦੇ ਵਿੱਚ ਭਾਸ਼ਣ ਦੇਵੇ ਫਿਰ ਹਮੇ ਵੋਟ ਦਿਓ ਹਮੇ ਵੋਟ ਜ਼ਰੂਰ ਦਿਓ ਹਮ یہاں ਪਰ ਪੁਲੀਆਂ ਬਣਾ ਦੇਗੇ ਪੋਲ ਬਣਾ ਦਵਾਂਗੇ ਉਹ ਥੱਲੇ ਕੋਈ ਨੇ ਕਿਹਾ ਜੀ ਉਹ ਇੱਥੇ ਕਿੱਥੇ ਪਾਣੀ ਦਾ ਨਹੀਂ ਪੁਲ ਕਾਤੇ ਬਣਾਉਣਾ ਕੋਈ ਨਦੀ ਨਹਿਰ ਨਾਲਾ ਕੋਈ ਵੀ ਨਹੀਂ ਉਹ ਕਹਿੰਦੇ ਪੁਲੀਆਂ ਤੋਂ ਬੰਨੇ ਦੋ ਪਾਣੀ ਵੀ ਬਹਾ ਦੇਗੇ ਕੋ ਗੱਲ ਦੋਆਂ ਚੀਜ਼ਾਂ ਚ ਮੁਨਾਫਾ ਵੀ ਮਨਾਫਾ ਹੈ ਨਾ ਇਹ ਗੱਦਿਆਂ ਜੋ ਵੀ ਕੋਈ দান ਕਰਗਾ ਉਹ ਚਕਾ ਦਾ ਮੁਨਾਫਾ ਠੀਕ ਹੈ ਜੀ ਚਲੋ ਹੁਣ ਆਪਾਂ ਚੱਲੀਏ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਉਹ ਲਾਈਕ ਵਾਲਾ ਬਟਨ ਦਬਦਿਆ ਕਰੋ ਬੜੇ ਧੰਨਵਾਦੀ ਅਸੀਂ ਤੁਹਾਡੇ ਦੇਖਦੇ ਰਹਿਣਾ ਪ੍ਰਾਈਮੇਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ